माइक देना सर। सो डियर टीचर्स, होप यू हैव अ गुड टाइम। राइट, सो ड्यूरिंग द ब्रेक टाइम आई गॉट अ चांस टू इंटरैक्ट विद द थ्री मेल टीचर्स एंड दे हैव गॉट समथिंग वेरी इंपॉर्टेंट टू शेयर। सो आई रिक्वेस्ट सर जॉइन मी एंड वन मैथ्स टीचर। यस मिस्टर नितिन, प्लीज जॉइन अस। आई रिक्वेस्ट ऑल मेल टीचर्स हूसोएवर इज विलिंग टू कम। सर प्लीज आइए आइए सर प्लीज। Before we resume our second session, please welcome. We, in the first session, we have discussed how to create effective teaching via examples and how to create connection with the parents, how to utilize the various concepts of effective teaching through internet. And some motivational points are there. I request sir to join me and sir kindly apne aap nu pehle introduce kare. Vaheguru ji ka khalsa, Vaheguru ji ki fateh. Mera naam Rupinder Singh aur main Dashmesh Public School de vich moral science as a teacher kaam kar reha. Sir jadon aaye si shuruaat de vich ta apni introduction de vich ਜਾਂ ਬੋਲਦੇ ਹੋਏ ਸਰ ਨੇ ਇੱਕ ਚੀਜ਼ ਮਤਲਬ ਜਿਹੜਾ ਦਸਮ ਗ੍ਰੰਥ ਦੇ ਵਿੱਚੋਂ ਗੁਰੂ ਸਾਹਿਬ ਦੇ ਬਚਿੱਤਰ ਨਾਟਕ ਦੇ ਵਿੱਚ ਲਿਖਿਆ ਹੋਇਆ ਔਰ ਉਹ ਜਿਹੜੇ ਸੀਗੇ ਠੀਕ ਹੈ ਮੈਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਨਹੀਂ ਕਰਦਾ ਬਟ ਮੈਨੂੰ ਇਹ ਚੀਜ਼ ਹੁੰਦਾ ਕਿ ਜਦੋਂ ਗੁਰਬਾਣੀ ਨਾਲ ਸੰਬੰਧਿਤ ਕੋਈ ਲਾਈਨ ਹੈ ਜਾਂ ਕੋਈ ਅਸੀਂ ਸ਼ਬਦ ਪੜ੍ਹਦੇ ਹਾਂ ਤਾਂ ਬਹੁਤ ਸਾਰੇ ਇੱਦਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਦੇ ਨਾਲ ਕੁਝ ਸੈਂਟੀਮੈਂਟਸ ਧਾਰਮਿਕ ਤੌਰ 'ਤੇ ਜੁੜੇ ਹੋਏ ਆ ਸਾਡੇ ਹੋ ਸਕਦਾ ਕਿਸੇ ਨੂੰ ਉਹ ਗੱਲ ਮਤਲਬ ਪਿੰਚ ਵੀ ਕਰਦੀ ਹੈ ਜੋ ਹੋ ਜਾਂਦਾ ਬਟ ਇਹ ਚੀਜ਼ ਹੁੰਦੀ ਹੈ ਕਿ ਅਸੀਂ ਆਪਣੀ ਭਾਵਨਾ ਜ਼ਾਹਰ ਕਰਨੀ ਚਾਹੁੰਦੇ ਹਾਂ ਬੇਸ਼ੱਕ ਸਾਡੇ ਕੋਲ ਕੋਈ ਉੱਦਾਂ ਦੇ ਸ਼ਬਦ ਨਹੀਂ ਹੈ ਜਾਂ ਸਾਨੂੰ ਗੁਰਬਾਣੀ ਦੀ ਉਹ ਜਿਹੜੀ ਪੰਕਤੀ ਹੈ ਉਹਨੂੰ ਅਸੀਂ ਸਹੀ ਨਹੀਂ ਬੋਲ ਸਕਦੇ ਗੇ ਬਟ ਜਿਹੜੀ ਭਾਵਨਾ ਸੀਗੀ ਉਹਨੂੰ ਮਤਲਬ ਅਸੀਂ ਦਰਸਾ ਸਕਦੇ ਹਾਂ ਕਿ ਅਸੀਂ ਉਸ ਚੀਜ਼ ਨੂੰ ਉਸੇ ਗੱਲ 'ਤੇ ਮਤਲਬ ਮੈਂ ਸ਼ੁਰੂਆਤ ਕਰਨੀ ਚਾਹੁੰਦਾ ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ ਜਦੋਂ ਤੁਸੀਂ ਯੁੱਧ ਦੀ ਘਟਨਾ ਦਾ ਜ਼ਿਕਰ ਕਰਦੇ ਆ ਮਹਾਰਾਜ ਇੱਥੇ ਕਿ ਯੁੱਧ ਦੇ ਵਿੱਚ ਜੇਕਰ ਕਿਸੇ ਯੋਧੇ ਦੇ ਸੂਰਬੀਰ ਜਿਹੜਾ ਲੜ ਰਿਹਾ ਉਹਦੇ ਬਾਣ ਵੱਜੂਗਾ ਨਾ ਹਿੱਕ 'ਚ ਤਾਂ ਫਿਰ ਹੀ ਉਹ ਬੰਦਾ ਆਪਣੇ ਦੁਸ਼ਮਣ ਨੂੰ ਲਲਕਾਰਦਾ ਅੱਗੋਂ ਤਾਂ ਇਹੀ ਚੀਜ਼ ਅਸੀਂ ਸਾਰਿਆਂ ਲਈ ਵੀ ਮੈਂ ਗੁਰਮੁਖੀ ਦੀ ਗੱਲ ਕਰਦਾ 35 ਅੱਖਰ ਹੀ ਆ ਸਾਡੇ 'ਚ ਜਦੋਂ ਅਸੀਂ ਪੜ੍ਹਦੇ ਹੁੰਦੇ ਤਾਂ ਸਾਨੂੰ ਸਮਝਾਉਂਦੇ ਸੀਗੇ ਕਹਿੰਦੇ ਵੀ 35 ਜਿਹੜੇ ਅੱਖਰ ਹੈਗੇ ਆ ਇਹਨਾਂ ਦੇ ਵਿੱਚੋਂ 34 ਭਰਾ ਅਤੇ 34 ਭਰਾਵਾਂ ਦੀ ਇੱਕੋ ਹੀ ਭੈਣ ਆ ਉਹ ਹੈਗੀ ਆ ਈਡੀ ਅਤੇ ਉਹਦੇ 'ਚ ਜੇ ਹੁਣ 35 ਅੱਖਰਾਂ ਨਾਲ ਅਸੀਂ ਕੋਈ ਗੱਲ ਕਰੀਏ ਮੈਂ ਤੁਹਾਨੂੰ ਕੋਈ ਵਧੀਆ ਕੰਪਲੀਮੈਂਟ ਕੋਈ ਵਧੀਆ ਸ਼ਬਦ ਬੋਲਾਂ ਠੀਕ ਹੈ ਨਾ ਤਾਂ ਤੁਸੀਂ ਵੀ ਸੁਣਾਉਂਦੇ ਆ
ਅੱਜ ਰੁਪਿੰਦਰ ਸਰ ਨੇ ਮੈਨੂੰ ਐਂ ਕਿਹਾ ਸੀ ਜੀ, ਅਤੇ ਤੁਸੀਂ ਇਹਨਾਂ ਹੀ ਅੱਖਰਾਂ ਨੂੰ 35 ਅੱਖਰਾਂ ਨੂੰ ਲੈ ਕੇ ਕਿਸੇ ਨੂੰ ਦੋ ਗਾਲਾਂ ਕੱਢ ਦਿਓ ਅਤੇ ਅਗਲਾ ਤੁਹਾਨੂੰ ਚਾਰ ਕੱਢੂਗਾ। ਇਹ ਸ਼ਬਦ ਸਾਡੇ ਅੰਦਰ ਤੁਰਦਾ ਔਰ ਇਸ ਚੀਜ਼ ਨੂੰ ਗੁਰੂ ਸਾਹਿਬ ਨੇ ਸਮਝਾਇਆ ਮਹਾਰਾਜ ਨੇ, ਅੱਖਰੀ ਲਿਖਣ ਬੋਲਣ ਬਾਣ। ਜਿਹੜੇ ਅੱਖਰ ਆ ਉਹਨਾਂ ਨਾਲ ਅਸੀਂ ਲਿਖਣਾ ਸਿੱਖਦੇ ਹਾਂ, ਉਹਨਾਂ ਨਾਲ ਹੀ ਸਾਡੀ ਬੋਲਬਾਣੀ ਹੈ। ਜੇਕਰ ਅਸੀਂ ਤੁਸੀਂ ਸਾਰੇ ਇੱਥੇ ਅੱਜ ਸਾਂਝ ਦੇ ਤੌਰ 'ਤੇ ਬੈਠੇ ਹਾਂ ਤਾਂ ਉਹਦੇ ਵਿੱਚ ਇੱਕੋ ਹੀ ਚੀਜ਼ ਹੈ ਸਾਡੇ ਕੋਲ, ਸਿਰਫ ਸਾਡੇ ਬੋਲ ਜਾਂ ਸਰ ਦੇ ਬੋਲ, ਠੀਕ ਹੈ ਨਾ। ਔਰ ਇਹਨਾਂ ਚੀਜ਼ਾਂ ਦੀ ਸਾਡੇ ਕੋਲ ਸਾਂਝ ਹੈ ਸਰ। ਸਾਡੀ ਜਿਹੜੀ ਅਸੀਂ ਜੇਕਰ ਅਸੀਂ ਆਪਦੇ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਹਾਂ ਤਾਂ ਸਿਰਫ ਸਾਡੇ ਜਿਹੜੇ ਬੋਲ ਆ ਅੱਖਰ ਆ ਉਹਨਾਂ ਰਾਹੀਂ ਅਸੀਂ ਜਿਉਂਦੇ ਰਹਿੰਦੇ ਹਾਂ। ਤਾਂ ਇਸ ਚੀਜ਼ ਲਈ ਇੱਕ ਵਾਰ ਗੁਰੂ ਨਾਨਕ ਦੇ ਨਾਲ ਮਰਦਾਨਾ ਜੀ ਰਹੇ ਔਰ ਸਾਰੀ ਜ਼ਿੰਦਗੀ ਗੁਰੂ ਨਾਨਕ ਨੇ ਹੀ ਗਾਇਆ ਔਰ ਮਰਦਾਨਾ ਜੀ ਨੇ ਰਬਾਬ ਵਜਾਈ। ਮਰਦਾਨਾ ਜੀ 10 ਸਾਲ ਵੱਡੇ ਸੀ ਔਰ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਭਾਈ ਸਾਹਿਬ ਕਹਿੰਦੇ ਹੁੰਦੇ ਸੀ ਮਹਾਰਾਜ। ਡਾਕਟਰ ਹਰਪਾਲ ਸਿੰਘ ਪੰਨੂ ਨੇ ਗੱਲ ਸਾਂਝੀ ਕੀਤੀ ਸੀ ਔਰ ਉਹਦੇ 'ਚੋਂ ਕਹਿੰਦੇ ਕਿ ਇੱਕ ਵਾਰ ਕੀ ਹੋਇਆ, ਜਦੋਂ ਤੁਰਦੇ ਸੀਗੇ, ਮੈਂ ਚਾਹੂੰਗਾ ਜੇਕਰ ਤੁਹਾਡੇ ਕੋਲ ਛੁੱਟੀਆਂ 'ਚ ਟਾਈਮ ਹੋਏ, ਜਸਬੀਰ ਮੰਡ ਦੀ ਨਾਵਲ ਹੈ ਬੋਲ ਮਰਦਾਨਿਆਂ, ਕਦੇ ਪੜ੍ਹਿਆ ਜੋ, ਤੁਹਾਨੂੰ ਲੱਗੂਗਾ ਤੁਸੀਂ ਗੁਰੂ ਨਾਨਕ ਦੇ ਨਾਲ ਤੁਰੇ ਫਿਰਦੇ। ਉਹਦੇ 'ਚ ਇੱਕ ਗੱਲ ਆਉਂਦੀ ਹੈ, ਇੱਕ ਵਾਰ ਗੁਰੂ ਨਾਨਕ ਜਦੋਂ ਉਦਾਸੀ ਤੋਂ ਗਏ ਅਤੇ ਗੁਰੂ ਨਾਨਕ ਸੁਲਤਾਨਪੁਰ ਦੇ ਵਿੱਚ ਰੁਕੇ ਔਰ ਮਹਾਰਾਜ ਆਪ ਤਲਵੰਡੀ ਨਹੀਂ ਜਾਂਦੇ ਹੁੰਦੇ, ਮਰਦਾਨਾ ਜੀ ਨੂੰ ਭੇਜਦੇ ਸੀ, ਅਤੇ ਮਰਦਾਨਾ ਜੀ ਜਦੋਂ ਤਲਵੰਡੀ ਜਾਂਦੇ ਵੀ ਸੀਗੇ ਤਾਂ ਬਾਹਰ ਬਾਲੇ ਦੇ ਖੂਹ ਦੇ ਉੱਪਰ ਜਾ ਕੇ ਬੈਠ ਜਾਂਦੇ ਸੀ। ਜਦੋਂ ਬਾਲੇ ਦੇ ਖੂਹ ਦੇ ਉੱਪਰ ਬੈਠਦੇ ਸੀ ਤਾਂ ਮਰਦਾਨਾ ਜੀ ਬੈਠੇ ਆ, ਉੱਥੇ ਇੱਕ ਰਮਤਾ ਸਾਧੂ ਆਇਆ, ਉਹਨੇ ਪੁੱਛਿਆ, ਕਹਿੰਦਾ ਭਾਈ ਸਾਹਿਬ ਕਿੱਥੋਂ ਆਏ ਹੋ? ਕਹਿੰਦੇ ਸਾਈਂ ਕੋਲੋਂ। ਮਰਦਾਨਾ ਜੀ ਕਹਿੰਦੇ ਸਾਈਂ ਕੋਲੋਂ। ਉਹ ਫਿਰ ਪੁੱਛਦੇ, ਕਹਿੰਦੇ ਚੱਲੇ ਕਿੱਥੇ ਹੋ? ਕਹਿੰਦੇ ਸਾਈਂ ਦੇ ਘਰ। ਉਹ ਰਮਤਾ ਸਾਧੂ ਉੱਠ ਕੇ ਮਰਦਾਨਾ ਜੀ ਦੇ ਪੈਰਾਂ 'ਤੇ ਡਿੱਗ ਪਿਆ ਅਤੇ ਮਰਦਾਨਾ ਜੀ ਪਿੱਛੇ ਹੋ ਗਏ। ਕਹਿੰਦੇ ਤੂੰ ਪਹਿਲਾ ਬੰਦਾ ਦੁਨੀਆ 'ਤੇ ਮਿਲਿਆ ਜਿਹਦੇ ਅੱਗੇ ਵੀ ਸਾਈਂ ਹੈ ਅਤੇ ਪਿੱਛੇ ਵੀ ਸਾਈਂ। ਤਾਂ ਚੱਲਦੇ ਚੱਲਦੇ ਗੁਰੂ ਨਾਨਕ ਪਾਤਸ਼ਾਹ ਨੇ ਰਬਾਬ ਚੱਕੀ ਹੋਈ ਸੀਗੀ ਔਰ ਮਰਦਾਨਾ ਜੀ ਇੱਕ ਵਾਰ ਗਾਉਣ ਲੱਗ ਪਏ। ਕਹਿੰਦੇ ਇੱਕੇ ਤਾਂ ਪੁੱਤਰ ਕਾਲੂਆਨ ਜਿਨ ਸਿਰਜੀ ਤਿੰਨ ਹੀ ਫੁੱਲ ਗੋਈ, ਬਾਬੇ ਕਿਹਾ ਭਾਈ ਸਤਿ ਕਰਤਾਰ ਕਹੋ। ਮਰਦਾਨੇ ਫਿਰ ਕਿਹਾ ਇੱਕੇ ਤਾਂ ਪੁੱਤਰ ਕਾਲੂਆਨ ਜਿਨ ਸਿਰਜੀ ਤਿੰਨ ਹੀ ਫੁੱਲ ਗੋਈ, ਬਾਬੇ ਫਿਰ ਕਿਹਾ ਭਾਈ ਸਤਿ ਕਰਤਾਰ ਕਹੋ। ਮਰਦਾਨੇ ਫਿਰ ਕਿਹਾ ਇੱਕੇ ਤਾਂ ਪੁੱਤਰ ਕਾਲੂਆਨ, ਬਾਬੇ ਕਿਹਾ ਭਾਈ ਸਤਿ ਕਰਤਾਰ ਕਹੋ, ਇਸ ਤੋਂ ਅੱਗੇ ਅੱਖਰ ਨਹੀਂ ਚਲਾਉਣਾ ਕੋਈ। ਗੁਰੂ ਨਾਨਕ ਜੀ ਨੇ ਸਾਨੂੰ ਸਪਸ਼ਟ ਕਰ ਦਿੱਤਾ ਕਿ ਅੱਖਰ ਨੇ ਤੇਰੇ ਸਰੀਰ ਦੇ ਵਿੱਚ ਤੁਰਨਾ ਹੈ ਔਰ ਉਸਨੇ ਤੁਰ ਕੇ ਹੀ ਸਾਨੂੰ ਜਿਹੜੇ ਕੁਛ ਅਸੀਂ ਅੱਜ ਹਾਂ ਨਾ, ਇਹ ਸਾਨੂੰ ਅੱਖਰ ਨੇ ਬਣਾਇਆ ਹੋਇਆ ਔਰ ਇਹ ਸਾਰੀ ਖੇਡ ਜਿਹੜੀ ਅੱਖਰਾਂ ਦੀ ਹੈ। ਵੈਸੇ ਅੱਜ ਦਾ ਜਿਹੜਾ ਦਿਨ ਹੈ ਉਹ 6 ਜੂਨ ਦਾ ਦਿਹਾੜਾ ਔਰ ਵਿਪਿਨ ਸਰ ਨੇ ਮੈਨੂੰ ਕਿਹਾ ਸੀਗਾ ਕਿ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਜ਼ਰੂਰ ਕਰਨੀ ਹੈ। ਜਿਹੜੇ ਦਿਨ ਭੰਗਾਣੀ ਦਾ ਯੁੱਧ ਜਿੱਤੇ ਸੀ ਨਾ ਮਹਾਰਾਜ, ਉਸ ਦਿਨ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਸੀ ਔਰ ਚਲੋ ਇਹਦੇ ਵਿੱਚੋਂ ਇੱਕ ਗੱਲ ਨਿਕਲੇ ਆਈ ਹੈ। ਅਸੀਂ ਆਮ ਕਰਕੇ ਹਰੇਕ ਲਈ ਬਾਬਾ ਸ਼ਬਦ ਕਹਿ ਦਿੰਦੇ ਪਰ ਗੁਰੂ ਨਾਨਕ ਦੀ ਜ਼ਿੰਦਗੀ 'ਚ ਇੱਕ ਹੀ ਬਾਬਾ ਹੋਇਆ, ਬਾਬਾ ਬੁੱਢਾ। ਗੁਰੂ ਨਾਨਕ ਨੇ ਹੋਰ ਕਿਸੇ ਨੂੰ ਬਾਬਾ ਨਹੀਂ ਕਿਹਾ,
ਤੇ ਅਸੀਂ, ਮੈਂ ਤਾਂ ਆਪ ਹੀ ਗੱਲ ਕਰਦਾ ਹੁੰਦਾ ਖਾਸ ਕਰ ਆਪਦੇ ਲਈ, ਅਸੀਂ ਪੜ੍ਹੇ ਲਿਖੇ ਅਨਪੜ੍ਹ ਹੈ, ਅਸੀਂ ਪੜ੍ਹ ਲਿਖ ਕੇ ਵੀ ਕੁਝ ਸਿੱਖ ਨਹੀਂ ਸਕੇ। ਔਰ ਬਾਬਾ ਸ਼ਬਦ ਆਪਦੇ ਆਪ 'ਚ ਬਹੁਤ ਵੱਡਾ ਸ਼ਬਦ ਹੈ। ਚਲੋ ਮੇਰਾ ਇਹ ਵਿਸ਼ਾ ਨਹੀਂ ਹੈ ਵੈਸੇ, ਜੇਕਰ ਅਸੀਂ ਪੰਜਾਬੀ ਦੇ ਬਹੁਤ ਸਾਰੇ ਸ਼ਬਦਾਂ ਦੀ ਗੱਲ ਕਰੀਏ ਤਾਂ ਦਾਦਾ ਸ਼ਬਦ ਕਿੱਥੋਂ ਬਣਿਆ, ਚਾਚਾ ਸ਼ਬਦ ਕਿੱਥੋਂ ਬਣਿਆ, ਚਾਹ ਚਾਹ ਤੋਂ ਚਾਚਾ ਸ਼ਬਦ ਬਣਿਆ, ਭੂ ਆਈ ਤੋਂ ਭੂਏ ਭੂਆ ਸ਼ਬਦ ਬਣਿਆ। ਜੇ ਕਦੇ ਫਿਰ ਮੌਕਾ ਮਿਲਿਆ ਤੁਹਾਡੇ ਨਾਲ ਗੱਲਾਂ ਕਰਾਂਗੇ। ਤਾਂ ਜਿਹੜੇ ਸੀਗੇ ਸਾਹਿਬਜ਼ਾਦਿਆਂ ਦੇ, ਜੇਕਰ ਅਸੀਂ ਉਹਨਾਂ ਦੀ ਜਿਹੜੇ ਕਾਰਨਾਮੇ ਹੈ ਨਾ ਕੀਤੇ, ਉਹਨਾਂ ਕਾਰਨਾਮਿਆਂ ਦਾ ਤਾਂ ਅਸੀਂ ਮਤਲਬ ਕੁਝ ਦੇਣ ਹੀ ਨਹੀਂ ਦੇ ਸਕਦੇ। ਜੇਕਰ ਅਸੀਂ ਸਿਰਫ ਉਹਨਾਂ ਦੇ ਨਾਮ ਨੂੰ ਹੀ ਸਮਝ ਲਈਏ ਤਾਂ ਦੇਖੋ, ਜੇਕਰ ਅਸੀਂ ਚਾਰ ਸਾਹਿਬਜ਼ਾਦਿਆਂ ਦੇ ਨਾਮ ਨੂੰ ਪੜ੍ਹੀਏ ਤਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਜੇ ਤੁਸੀਂ ਉੱਪਰੋਂ ਪੜ੍ਹਨ ਲੱਗ ਪਓ ਤਾਂ ਅਜਿੱਤ ਜੀ ਨੂੰ ਜਿੱਤਿਆ ਨਹੀਂ ਜਾ ਸਕਦਾ। ਅਤੇ ਜਿੱਤਿਆ ਕਿਹਨੂੰ ਨਹੀਂ ਜਾ ਸਕਦਾ? ਜਿਹੜਾ ਜੁਝਾਰੂ ਹੈ। ਅਤੇ ਜੁਝਾਰੂ ਕੌਣ ਹੋਊਗਾ? ਜਿਹੜਾ ਜ਼ੋਰਾਵਰ ਆ। ਅਤੇ ਜਿਹੜਾ ਜ਼ੋਰਾਵਰ ਹੋਊਗਾ ਉਹਦੀ ਫਤਿਹ ਹੋਊਗੀ। ਅਤੇ ਜੇਕਰ ਤੁਸੀਂ ਉਹਨੂੰ ਨੀਚੇ ਪਾਸਿਓਂ ਪੜ੍ਹਨ ਲੱਗ ਪਓ, ਤੁਸੀਂ ਫਤਿਹ ਪਾਉਣੀ ਹੈ ਤਾਂ ਕੀ ਹੋਣੇ ਚਾਹੀਦੇ ਆ? ਜ਼ੋਰਾਵਰ। ਅਤੇ ਜੇ ਤੁਸੀਂ ਜ਼ੋਰਾਵਰ ਹੋਵੋਗੇ ਤਾਂ ਲੜੋਂਗੇ ਵੀ ਜੁਝਾਰੂਆਂ ਵਾਂਗੂ। ਅਤੇ ਜੇ ਤੱਕਰ ਤੁਸੀਂ ਲੜਦੇ ਜੁਝਾਰੂਆਂ ਵਾਂਗੂ ਹੈ ਤਾਂ ਤੁਹਾਨੂੰ ਕੋਈ ਜਿੱਤ ਵੀ ਨਹੀਂ ਸਕਦਾ। ਤਾਂ ਅਸੀਂ ਤਾਂ ਮਤਲਬ ਇਹਨਾਂ ਦੇ ਹਜੇ ਨਾਵਾਂ ਤੱਕ ਹੀ ਨਹੀਂ ਪਹੁੰਚ ਸਕੇ ਅੱਗੇ, ਜਾਂ ਉਹਨਾਂ ਦੀ ਕਾਰਨਾਮੇ ਜਿਹੜੇ ਹੈਗੇ ਉਹਨਾਂ ਨੂੰ ਨਤਮਸਤਕ ਹੋਣਾ ਤਾਂ ਸ਼ਾਇਦ ਮੈਨੂੰ ਲੱਗਦਾ ਸਾਡੇ ਲਈ ਇਹ ਜਿਉਂਦੇ ਜਾਗਦੇ ਜੇ ਸਾਡੇ ਕਰਮਾਂ 'ਚ ਇਹ ਗੱਲ ਆ ਜਾਵੇ ਤਾਂ ਮੈਂ ਕਹੂੰਗਾ ਵੀ ਅਸੀਂ ਬਹੁਤ ਵਡਭਾਗੇ ਹਾਂ। ਚਲੋ ਐਨੀ ਉਹ, ਮੈਂ ਤੁਹਾਡੇ ਨਾਲ ਦੋ ਕਵਿਤਾਵਾਂ ਸਾਂਝੀਆਂ ਕਰਨੀਆਂ ਚਾਹੁੰਦਾ। ਮੇਰਾ ਆਪਦਾ ਜਿਹੜਾ ਵਿਸ਼ਾ ਹੈਗਾ, ਮੈਂ ਪੋਇਟਿਕ ਬੰਦਾ ਥੋੜ੍ਹਾ ਜਿਹਾ, ਮੈਂ ਕਵਿਤਾ ਲਿਖ ਵੀ ਲੈਂਦਾ ਔਰ ਜ਼ਿਆਦਾ ਕਵਿਤਾ ਪੜ੍ਹਨੀ ਵੀ ਮੈਨੂੰ ਮਤਲਬ ਸ਼ੌਂਕ ਹੈ। ਪਹਿਲੀ ਕਵਿਤਾ ਹੈਗੀ ਸ਼ਿਵਰਾਜ ਲੁਧਿਆਣਵੀ ਦੀ ਲਿਖੀ ਹੋਈ ਹੈ, ਅੱਜ ਦੇ 6 ਜੂਨ ਦੇ ਸਾਕੇ ਦੇ ਸੰਬੰਧੀ ਲਿਖੀ ਹੋਈ ਹੈ। ਉਹ ਕਹਿੰਦੇ ਕਿ ਬਾਣਿਆਂ ਦੀ ਵੱਖਰੀ ਤਸੀਰ ਦੱਸੀਏ, ਬਾਣਿਆਂ ਦੀ ਵੱਖਰੀ ਤਸੀਰ ਦੱਸੀਏ, ਕੌਣ ਸੀ ਉਹ ਗੁਰੂ ਦੇ ਫਕੀਰ ਦੱਸੀਏ। ਵਜੇ ਕਰ ਨੇੜ ਪਰਵਾਹ ਕੋਈ ਨਾ, ਜ਼ਾਲਮਾਂ ਤੋਂ ਸਿੱਖੀ ਸਿਰੋਂ ਲਾਹ ਹੋਈ ਨਾ। ਪੰਜ ਤੱਤ ਸਿੱਖੀ ਅਤੇ ਸਿੱਖੀ ਅਤੇ ਜ਼ਮੀਰ ਵੱਖਰੇ, ਸੂਰਿਆਂ ਫਕੀਰਾਂ ਦੇ ਸਰੀਰ ਵੱਖਰੇ। ਕਿਹੜੀ ਸੀ ਉਹ ਮਿੱਟੀ ਜਿਹਦੇ ਵਿੱਚ ਗੁਣ ਤੇ, ਕਿਹੜੇ ਸੀ ਕਰਾਂਗ ਰੂਹਾਂ 'ਚ ਪਰੁਣ ਤੇ। ਗੁਰੂ ਸਾਹਿਬ ਦੀ ਸ਼ਕਤੀ ਹੈ ਨਾ, ਤੁਸੀਂ ਸਾਰਿਆਂ ਨੇ ਪਿੱਛੇ ਜੇ ਅਰਦਾਸ ਦੇਖੀ ਹੋਣੀ ਇਹਦੇ 'ਚ, ਜਿਹੜੀ ਇੱਕ ਮੂਵੀ ਆਈ ਸੀ। ਕਿਹੜੇ ਸੀ ਕਰਾਂਗ ਰੂਹਾਂ ਵਿੱਚ, ਰੂਹਾਂ 'ਚ ਪਰੁਣ ਤੇ। ਧਰਤੀ ਪਤਾਲ ਨਵ ਖੰਡ ਬੋਲਦੇ, ਜਦੋਂ ਵੀ ਜੈਕਾਰਾ ਸੁੱਚੇ ਘੰਡ ਬੋਲਦੇ। ਮੱਥੇ 'ਤੇ ਤਰੇਲੀਆਂ ਸ਼ਿਕੰਨ ਕੋਈ ਨਾ, ਸੀਸ ਦੇਣ ਲੱਗਿਆ ਵਿਘਨ ਕੋਈ ਨਾ। ਬੰਦਗੀ 'ਚ ਜਿਹੜੇ ਵੀ ਸਮੋਏ ਹੋਏ ਨੇ, ਅੰਬਰਾਂ ਦੇ ਸਿਰਾਂ 'ਤੇ ਚੰਦੋਏ ਹੋਏ ਨੇ। ਧਰਤਾਂ ਖੰਡ ਵਿਛੀਆਂ ਨੇ ਦਰੀਆਂ, ਖਾਲਸੇ ਨੇ ਜਦੋਂ ਅਰਦਾਸਾਂ ਕਰੀਆਂ। ਇੱਕੋ ਅੱਖ ਤੱਕਣਾ ਅਸੂਲ ਰੱਖਦੇ। ਇਹ ਚੀਜ਼ ਦੀ ਕਮੀ ਮੈਂ ਅੱਜ ਆਮ ਮਹਿਸੂਸ ਕਰਦਾ ਕਿ ਅਸੀਂ ਬਹੁਤ ਸਾਰੇ ਸਿੱਖ ਤਾਂ ਬਣ ਗਏ, ਜਾਂ ਅਧਿਆਪਕ ਵਰਗ ਦੇ ਵਿੱਚ ਵੀ ਇਹ ਬਹੁਤ ਲੋੜੀਂਦੀ ਹੁੰਦੀ ਹੈ ਚੀਜ਼, ਕਿ ਸਾਡੇ ਕੋਲ ਸਾਡਾ ਕਰੈਕਟਰ ਹੋਣਾ ਚਾਹੀਦਾ। ਔਰ ਖਾਸ ਕਰਕੇ ਮੈਂ ਬੇਝਿਜਕ ਗੱਲ ਕਹੂੰਗਾ ਕਿ ਸਿੱਖਾਂ 'ਚ ਅੱਜ ਕਰੈਕਟਰ ਦੀ ਘਾਟ ਹੈ, ਹੈ ਨਹੀਂ ਗਾ, ਸਿੱਖੀ ਦੇ ਵਿੱਚ ਉਹ ਕਰੈਕਟਰ ਨਹੀਂ ਹੈ। ਬੰਦਗੀ 'ਚ ਜਿਹੜੇ ਵੀ ਸਮੋਏ ਹੋਏ ਨੇ, ਅੰਬਰਾਂ ਦੇ ਸਿਰਾਂ 'ਤੇ ਚੰਦੋਏ ਹੋਏ ਨੇ। ਧਰਤਾਂ ਖੰਡ ਵਿਛੀਆਂ ਨੇ ਦਰੀਆਂ,
ਖਾਲਸੇ ਨੇ ਜਦੋਂ ਅਰਦਾਸਾਂ ਕਰੀਆਂ, ਇੱਕੋ ਅੱਖ ਤੱਕਣਾ ਅਸੂਲ ਰੱਖਦੇ, ਭਾਣਿਆਂ ਨੂੰ ਕਰਕੇ ਕਬੂਲ ਰੱਖਦੇ, ਸੋਧ ਵੀ ਅਤੇ ਸਾਧ ਵੀ ਦਾ ਤੱਤ ਰੱਖਦੀ, ਸੋਧ ਵੀ ਅਤੇ ਸਾਧ ਵੀ ਦਾ ਤੱਤ ਰੱਖਦੀ, ਅਸਲੋਂ ਜੋ ਸਿੱਖੀ ਰੂਹਾਂ ਰੱਤ ਰੱਖਦੀ। ਜਦੋਂ ਵੀ ਹਨੇਰੀਆਂ ਨੇ ਆਣ ਝੁੱਲੀਆਂ, ਛੱਡ ਦਿੱਤੇ ਮਹਿਲ ਮੱਲ ਲਈਆਂ ਕੁੱਲੀਆਂ, ਦਿੰਦੇ ਨੇ ਸਬੂਤ ਕਣ ਕਣ ਬੋਲਦੇ, ਮਾਛੀਵਾੜੇ ਸੰਘਣੇ ਜੋ ਵਣ ਬੋਲਦੇ, ਮਾਛੀਵਾੜੇ ਸੰਘਣੇ ਜੋ ਵਣ ਬੋਲਦੇ। ਦੂਸਰੀ ਕਵਿਤਾ ਜਿਹੜੀ ਹੈਗੀ ਆ ਉਹ ਮਨਜੀਤ ਪੁਰੀ ਆਪਣੇ ਭਾਸ਼ਾ ਵਿਭਾਗ ਦੇ ਅਫਸਰ ਹੈ, ਇੱਥੇ ਮੇਰੇ ਮਿੱਤਰ ਵੀ ਆ, ਉਹਨਾਂ ਦੀ ਲਿਖੀ ਹੋਈ ਹੈ। ਨਿੱਕੀਆਂ ਜਿੰਦਾਂ ਵੱਡੇ ਸਾਕੇ, ਇਤਿਹਾਸ ਦੀ ਉਹ ਘਟਨਾ ਪੜ੍ਹ ਰਿਹਾ ਸਾਂ, ਦੋ ਨਿੱਕੇ ਨਿੱਕੇ ਬਾਲ ਨੀਹਾਂ ਵਿੱਚ ਖੜ੍ਹੇ ਨੇ ਅਤੇ ਜਿੱਦ 'ਤੇ ਅੜੇ ਨੇ, ਆਖਣ ਮੁਸਲਮਾਨ ਨਹੀਂ ਬਣਨਾ ਹੈ, ਇੱਦਾਂ ਹੀ ਤਣਨਾ ਹੈ। ਸੋਚਦਾ ਉਹ ਤਾਂ ਆਖਦੇ ਸਨ, ਸੋਚਦਾ ਉਹ ਤਾਂ ਆਖਦੇ ਸਨ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪੁਰਾਣ। ਉਹ ਤਾਂ ਆਖਦੇ ਸਨ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਉਹ ਤਾਂ ਆਖਦੇ ਸਨ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ। ਉਹ ਤਾਂ ਆਖਦੇ ਸਨ, ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅਤੇ ਫਿਰ ਕੀ ਹਰਜ ਸੀ, ਹੋ ਸਕਦਾ ਸੀ ਇਹਨਾਂ ਬੱਚਿਆਂ ਨੂੰ ਮੁਸਲਮਾਨ ਬਣਨ ਵਿੱਚ। ਨਾਲੇ ਇਹ ਤਾਂ ਬੱਚੇ ਸਨ, ਅਤੇ ਬੱਚਿਆਂ ਦੀ ਕਿਹੜੀ ਜਾਤ, ਕਿਹੜਾ ਧਰਮ, ਕਿਹੜੀ ਨਸਲ ਕੀ ਹੁੰਦੀ ਹੈ। ਇਹ ਬੱਚੇ ਤਾਂ ਨਵਾਬ ਸ਼ੇਰ ਖਾਨ ਨੂੰ ਵੀ ਪਿਆਰੇ ਸਨ, ਇਹ ਤਾਂ ਮੋਤੀ ਮਹਿਰੇ ਦੀਆਂ ਵੀ ਅੱਖਾਂ ਦੇ ਤਾਰੇ ਸਨ। ਤਾਂ ਫਿਰ ਕੀ ਹਰਜ ਸੀ, ਕੀ ਹਰਜ ਸੀ ਇਹਨਾਂ ਬੱਚਿਆਂ ਨੂੰ ਮੁਸਲਮਾਨ ਬਣਨ ਦੇ ਵਿੱਚ। ਫਿਰ ਸੋਚਦਾ ਹੋ ਵੀ ਸਕਦਾ ਬੇਗਾਨਿਆਂ ਨੂੰ ਤਖ਼ਤ 'ਤੇ ਬਿਠਾ ਕੇ, ਤਖ਼ਤ ਦੇ ਪਾਵਿਆਂ ਥੱਲੇ ਸਿਰ ਦੇ ਕੇ ਜਿਉਣਾ ਵੀ ਕਾਹਦਾ ਜਿਉਣਾ ਹੋਇਆ, ਇਹ ਤਾਂ ਨਿਉਣਾ ਹੋਇਆ। ਅਤੇ ਇਹ ਜੋ ਨੀਹਾਂ 'ਚ ਖੜ੍ਹਾ ਸੀ ਉਹ ਭਲਾ ਕੁਝ ਹੋਰ ਸੀ, ਜਿਸ ਨੂੰ ਸਮਝਣ ਲਈ ਮਸਤਕ ਵਿੱਚ ਚਾਨਣ ਦੀ ਲੋੜ ਸੀ, ਜਿਸ ਨੂੰ ਸਮਝਣ ਲਈ ਚਾਨਣ ਮਸਤਕ ਵਿੱਚ ਚਾਨਣ ਦੀ ਲੋੜ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਕੋਟੀ ਕੋਟੀ ਧੰਨਵਾਦ। ਮੈਂ ਬਹੁਤ ਸਾਰੀ ਵਰਕਸ਼ਾਪ ਕੀਤੀਆਂ, ਬਟ ਫਰੀਦਕੋਟ ਦੀ ਧਰਤੀ 'ਤੇ ਜੋ ਅੱਜ ਗਿਆਨ ਤੁਸੀਂ ਵੰਡਿਆ ਔਰ ਜੋ ਕਰੈਕਸ਼ਨਸ ਕਰਵਾਈਆਂ ਨੇ, ਉਮੀਦ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਉੱਦਾਂ ਹੀ ਹੋਣ। ਔਰ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਔਰ ਆਪ ਜੀ ਨੇ ਜੋ ਗਿਆਨ ਵੰਡਿਆ, ਅਸੀਂ ਤਾਂ ਫਿਜ਼ਿਕਸ, ਕੈਮਿਸਟਰੀ, ਮੈਥ, ਫਾਰਮੂਲੇ 'ਚ ਸੁਣਾ ਦਿੰਦੇ ਹਾਂ, ਲੇਕਿਨ ਜੋ ਅਸੀਂ ਹਰ ਵਕਤ ਸਿੱਖਦੇ ਹਾਂ, ਠੀਕ ਹੈ, ਉਹ ਸਮਾਜ ਦੇ ਵਿੱਚ ਜਾ ਕੇ, ਸੁਸਾਇਟੀ 'ਚ ਜਾ ਕੇ, ਆਪ ਜੈਸੇ ਬੁੱਧੀਜੀਵੀ ਕੋਲੋਂ, ਤਾਂ ਆਪ ਜੀ ਦਾ ਇੱਕ ਵਾਰੀ ਫਿਰ ਧੰਨਵਾਦ ਅਤੇ ਸਰ ਲਈ ਥੈਂਕ ਯੂ ਸਰ, ਥੈਂਕ ਯੂ ਸਰ। ਮੈਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਜਦੋਂ ਵੀ ਇਸ ਤਰ੍ਹਾਂ ਦਾ ਕੁਛ ਨੌਲੇਜ ਮਿਲਦੀ ਹੈ, ਕਿਉਂਕਿ ਉਹ ਐਡ ਔਨ ਹੁੰਦੀ ਹੈ। ਮੈਂ ਜੋ ਇੱਥੇ ਵਰਕਸ਼ਾਪ ਕਰਦਾ ਹੈ ਉਹਦੇ 'ਚੋਂ ਸਾਰਾ ਇਨਫੋਰਮੇਸ਼ਨ ਤੁਹਾਡੇ ਕੋਲੋਂ ਹੀ ਹੁੰਦਾ ਹੈ, ਕਲੈਕਟ ਕੀਤਾ ਹੋਇਆ, ਕੁਛ ਐਕਸਪੀਰੀਅੰਸ ਹੋ ਗਏ, ਕੁਛ ਹੋ ਗਿਆ, ਪਤਾ ਨਹੀਂ ਇਸ ਨੂੰ ਅਗਰ ਮੋਟੀਵੇਸ਼ਨ ਕਹਿੰਦੇ, ਆਪਾਂ ਇਹਨੂੰ ਮੋਟੀਵੇਸ਼ਨ ਕਹਿ ਲਓ, ਰਿਸੋਰਸ ਪਰਸਨ ਬਣ ਗਏ ਤੁਸੀਂ, ਮੇਰੇ ਤੋਂ ਬੈਟਰ ਹੋ। ਫਿਰ ਕਿੰਨਾ ਇੱਕ ਮੈਨੂੰ ਮੌਕਾ ਮਿਲ ਗਿਆ ਬੋਲਣ ਦਾ, ਮੈਨੂੰ ਕੋਡੋਵਾ ਨੇ ਬੁਲਾ ਲਿਆ, ਠੀਕ ਹੈ ਨਾ, ਬਟ ਇਸ ਤੋਂ ਇਲਾਵਾ ਵੀ ਮੈਂ ਪੂਰੇ ਭਾਰਤ ਵਿੱਚ 2019 ਨਵੰਬਰ ਤੋਂ
ਮੈਂ ਸਭ ਕੁਝ ਛੱਡ ਦਿੱਤਾ ਸੀ ਅਤੇ ਮੈਂ ਪਿੰਡਾਂ ਦੇ ਵਿੱਚ ਜਾ ਜਾ ਕੇ ਮਿਲਦਾ ਸੀ ਬੱਚਿਆਂ ਨੂੰ ਅਤੇ ਇੱਕ ਵਿਚਾਰ ਆਉਂਦਾ ਸੀ ਵੀ ਸਰਕਾਰੀ ਸਕੂਲ ਦੇ ਟੀਚਰਸ ਦੇ ਬੱਚੇ ਤਾਂ ਬਹੁਤ ਵਧੀਆ ਸਕੂਲ 'ਚ ਪੜ੍ਹਦੇ ਨੇ ਅਤੇ ਜਿਹੜੇ ਇੱਥੇ ਬੱਚੇ ਪੜ੍ਹਾਉਂਦੇ ਨੇ ਤਾਂ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਕਿ ਇਹਨਾਂ ਦਾ ਘਰ ਦਾ ਮਾਹੌਲ ਅੱਛਾ ਨਹੀਂ ਹੈ, ਇਹਨਾਂ ਨੂੰ ਜੋ ਮਰਜ਼ੀ ਕਹਿ ਦਿਉ, ਅੰਗਰੇਜ਼ੀ ਨਾ ਬੋਲਿਓ, ਇੱਦਾਂ ਕਰ ਦਿਉ, ਇੱਦਾਂ ਕਰ ਦਿਉ, ਉਹ ਥੋੜ੍ਹਾ ਚੁੱਭਦਾ ਮੈਨੂੰ। ਮੈਨੂੰ ਪਰਸਨਲ ਲੈਵਲ 'ਤੇ ਮੈਂ ਕੋਈ ਬਹੁਤ ਵਧੀਆ ਇਨਸਾਨ ਨਹੀਂ ਹੈ ਜੇ ਕਹਾਂ, ਮੈਂ ਤਾਂ ਬਹੁਤ ਗਲਤੀਆਂ ਦਾ ਪੁਤਲਾ ਹੈ, ਪਰ ਮੈਨੂੰ ਚੁੱਭਦਾ ਵੀ ਸਭ ਨੂੰ ਸਿੱਖਿਆ ਲੈਣ ਦਾ ਅਧਿਕਾਰ ਅਤੇ ਸਿੱਖਿਆ ਦਾ ਮਿਆਰ ਸਭ ਦੇ ਲਈ ਬਰਾਬਰ ਹੋਣਾ ਚਾਹੀਦਾ। ਕੀ ਤੁਸੀਂ ਐਗਰੀ ਕਰਦੇ ਹੋ? ਇਸੇ ਤਰ੍ਹਾਂ ਹੀ ਹੈਲਥ ਵਿੱਚ, ਜੇ ਕਿਸੇ ਗਰੀਬ ਆਦਮੀ ਨੂੰ ਹੈਲਥ ਕੇਅਰ ਚਾਹੀਦੀ ਹੈ ਅਤੇ ਇੱਕ ਅਮੀਰ ਆਦਮੀ ਨੂੰ ਹੈਲਥ ਕੇਅਰ ਚਾਹੀਦੀ ਹੈ। ਮੈਂ ਇੱਕ ਵਾਰੀ ਪਾਲਮਪੁਰ ਦੇ ਵਿੱਚ ਇੱਕ ਨਰਸਿੰਗ ਕਾਲਜ ਦੇ ਵਿੱਚ ਚੀਫ ਗੈਸਟ ਬਣ ਗਿਆ ਤਾਂ ਮੈਨੇ ਉਨਕੋ ਹਿੰਦੀ ਮੇਂ ਇੱਕ ਹੀ ਬਾਤ ਬੋਲੀ ਕਿ ਜਿਤਨੀ ਜਲਦੀ ਐਂਬੂਲੈਂਸ ਪੀ ਜੀ ਆਈ ਮੇਂ ਪੇਸ਼ੈਂਟ ਕੋ ਲੈ ਕੇ ਜਾਤੀ ਹੈ ਕਿਆ ਉਤਨੀ ਜਲਦੀ ਡਾਕਟਰ ਪੇਸ਼ੈਂਟ ਕੇ ਪਾਸ ਆਤਾ ਹੈ? ਨਹੀਂ ਨਾ। ਔਰ ਅੱਜ ਇੱਕ ਬਹੁਤ ਅੱਛਾ ਬੱਚੇ ਨੂੰ ਮਿਲਣ ਦਾ ਮੌਕਾ ਮਿਲਿਆ, ਤੁਹਾਡੇ ਦਸ਼ਮੇਸ਼ੀਅਨ ਹੈ ਅਲਫਾਜ਼, ਕਿੰਨੇ ਲੋਕ ਜਾਣਦੇ ਹੈ? ਦੈਟ ਬੋਏ ਹੈਜ਼ ਡਨ ਅ ਵੰਡਰ, ਹੀ ਹੈਜ਼ ਗੋਟ 660+ ਮਾਰਕਸ ਇਨ ਨੀਟ ਐਂਡ ਹੀ ਸੈਡ ਦੈਟ ਆਈ ਹੈਵਨਟ ਗੋਨ ਐਨੀ ਕੋਚਿੰਗ, ਆਈ ਹੈਵ ਜਸਟ ਸਟੱਡੀਡ ਔਨਲਾਈਨ, ਹੀ ਹੈ ਜਸਟ ਯੂਜ ਟੈਕਨੋਲੋਜੀ। ਐਂਡ ਮੈਂ ਉਹਨੂੰ ਇੱਕੋ ਹੀ ਗੱਲ ਕਹੀ ਅਲਫਾਜ਼, ਮੇਰਾ ਇੱਕ ਸਟੂਡੈਂਟ ਹੈ ਫਰੀਦਕੋਟ ਦੇ ਵਿੱਚ, ਸ਼ਾਇਦ ਕਈ ਲੋਕ ਜਾਣਦੇ ਹੋ, ਡਾਕਟਰ ਗੁਰਬਖਸ਼ ਸਿੰਘ ENT ਸਪੈਸ਼ਲਿਸਟ ਹੈ, ਯੂ ਨੋ ਹਿਮ, ਹੀ ਇਜ਼ ਮਾਈ ਸਟੂਡੈਂਟ। ਉਹਨੂੰ ਕਹਿ ਦਿਓ ਅਸੀਂ ਭੋਲੂ ਸਰ ਨੂੰ ਮਿਲਣਾ, ਉਹਦਾ ਨਾਮ ਮੈਂ ਭੋਲੂ ਰੱਖਿਆ ਹੋਇਆ, ਟੀਚਰ ਨਾ ਪਿਆਰ ਨਾਲ ਨਾਮ ਰੱਖ ਦਿੰਦਾ, ਮੈਂ ਉਹਨੂੰ ਭੋਲੂ ਕਹਿਣਾ, ਅੰਮ੍ਰਿਤਸਰ, ਓਕੇ, ਤੋ ਹੀ ਵਾਜ਼, ਹੀ ਇਜ਼ ਮਾਈ ਸਟੂਡੈਂਟ। ਐਂਡ ਪਤਾ ਮੈਮ, ਟੀਚਰ ਦਾ ਸੀਨਾ ਨਾ 112 ਇੰਚ ਦਾ ਹੋ ਜਾਂਦਾ ਜਦੋਂ ਉਹਦਾ ਕੋਈ ਬੱਚਾ ਟੌਪ ਕਰਦਾ ਜਾਂ ਵਧੀਆ ਕੰਮ ਕਰਦਾ, ਅਸੀਂ ਉਹੀ ਹੋਏ ਨਾ, ਸਾਡਾ ਬੱਚਾ ਪੜ੍ਹਾਇਆ ਹੋਇਆ ਹੁੰਦਾ ਨਾ, ਹਾਂ, ਜਦੋਂ ਫੇਲ ਹੁੰਦਾ ਅਸੀਂ ਚੁੱਪ ਜੀ ਕਰ ਜਾਂਦੇ ਵੀ ਇਹਦੇ ਨੂੰ ਗੱਲ ਕਰੀਏ। ਉਹ ਪੰਜਾਬੀ 'ਚ ਕਹਿੰਦੇ ਨਾ ਹਸਾਏ ਦਾ ਨਾਂ ਹੈਗਾ, ਹਾਂ, ਹੈ ਨਾ। ਸੋ ਮੇਰੇ ਨਾਲ ਇੱਕ ਬਹੁਤ ਵਧੀਆ ਸ਼ਖਸੀਅਤ, ਮੈਨੂੰ ਕਹਿੰਦੇ ਸਰ ਕਿ ਸਰ ਪਿੱਛੇ ਤੁਸੀਂ ਕਿਉਂ ਨਹੀਂ ਜਾ ਰਹੇ? ਮੈਂ ਕਿੱਧਰੋਂ ਜਾਵਾਂ? ਪਰ ਮੈਂ ਸਾਰਿਆਂ ਦੇ ਲਈ ਇੱਕ ਓਪਨ ਨਿਮੰਤਰਣ ਦਿੰਦਾ ਕਿ ਤੁਹਾਡੇ ਅੰਦਰ ਬਹੁਤ ਟੈਲੈਂਟ ਹੈ, ਜੇ ਤੁਸੀਂ ਆਪਣੇ ਅੰਦਰ ਹੀ ਸ਼ੇਅਰ ਨਹੀਂ ਕਰੋਗੇ, ਰੱਖੋਗੇ, ਉਹ ਕਿਤੇ ਨਾ ਕਿਤੇ ਤੁਸੀਂ ਸਾਡੇ ਨਾਲ ਵਿਤਕਰਾ ਕਰ ਰਹੇ ਹੋ, ਰਾਈਟ, ਸਾਡੇ ਨਾਲ ਵਿਤਕਰਾ ਕਰ ਰਹੇ ਹੋ। ਪਲੀਜ਼ ਟੀਚਰਸ, ਜਿਵੇਂ ਰੁਪਿੰਦਰ ਸਰ ਨੇ ਦੋ ਕਵਿਤਾਵਾਂ ਸੁਣਾਈਆਂ, ਕੁਛ ਕਰੈਕਸ਼ਨ ਕਰਵਾਈਆਂ, ਕੁਛ ਵਿਚਾਰ ਦਿੱਤੇ, ਸਭ ਨੂੰ ਵਧੀਆ ਲੱਗੇ ਨਹੀਂ? ਅਤੇ ਮੇਰੇ ਨਾਲ ਇੱਕ ਬਹੁਤ ਉੱਘੀ ਸ਼ਖਸੀਅਤ ਕੁਛ ਕਹਿਣਾ ਚਾਹੇਗੀ। ਸਰ ਪਲੀਜ਼ ਇਹਨੂੰ ਇੱਥੇ ਲਾ ਦਈਏ ਤਾਂ ਫਿਰ ਤੁਹਾਡੀ ਵੋਇਸ ਆਏਗੀ। ਐਂਡ ਆਪ ਜੀ ਨੂੰ 7-8 ਹਜ਼ਾਰ ਲੋਕ ਦੇਖਣਗੇ ਔਰ ਬਹੁਤ ਕੁਛ ਤੁਹਾਡੇ ਕੋਲੋਂ ਸਿੱਖਣ ਦਾ ਮੌਕਾ ਵੀ ਮਿਲੇਗਾ। ਪਲੀਜ਼ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰਨੀਆਂ। ਮੇਰਾ ਨਾਮ ਹੈ ਅਰੁਣਜੀਤ ਸਿੰਘ।
ਅਤੇ ਮੈਨੂੰ ਸਕੂਲ ਦੇ ਵਿੱਚ 2 ਕੁ ਮਹੀਨੇ ਲਗਭਗ ਹੋ ਗਏ ਨੇ ਅਤੇ ਮੈਂ ਸਕੂਲ ਵਿੱਚ ਕੁਝ ਗੱਲਾਂ ਨੋਟ ਕੀਤੀਆਂ ਜਿਸ ਵਿੱਚ ਜਿਵੇਂ ਹੁਣ ਸੈਮੀਨਾਰ ਲੱਗ ਰਹੇ ਨੇ ਵੀ ਇਫੈਕਟਿਵ ਟੀਚਿੰਗ ਦੀ ਗੱਲ ਹੋ ਰਹੀ ਹੈ ਅਤੇ ਮੇਰੇ ਮਨ 'ਚ ਕਾਫੀ ਵਿਚਾਰ ਆ ਰਹੇ ਸੀਗੇ ਵੀ ਇਫੈਕਟਿਵ ਟੀਚਿੰਗ ਕਿੱਥੋਂ ਨਿਕਲ ਸਕਦੀ ਹੈ ਜਾਂ ਕਿਵੇਂ ਆ ਸਕਦੀ ਹੈ ਵੀ ਹਾਓ ਵੀ ਕੈਨ ਕ੍ਰੀਏਟ ਇਫੈਕਟਿਵ ਟੀਚਿੰਗ ਅਤੇ ਇਸ ਵਿੱਚ ਜੋ ਮੈਂ ਹੁਣ ਵਿਚਾਰ ਪੇਸ਼ ਕਰੂੰਗਾ ਇਸ ਵਿੱਚ ਕਾਫੀ ਮੇਰੀ ਆਪਣੀ ਰਿਸਰਚ ਹੈ ਕਾਫੀ ਮੈਂ ਟਾਈਮ ਸਪੈਂਡ ਕੀਤਾ ਟਾਈਮ ਮੈਂ ਸਪੈਂਡ ਕੀਤਾ ਸਾਇਲੈਂਸ ਦੇ ਵਿੱਚ ਮਤਲਬ ਕੋਈ ਅਪਰੇਜ਼ ਨਹੀਂ ਹੈ ਬਟ ਮਤਲਬ ਮੇਰੇ ਲਾਈਫ ਵਿੱਚ ਕੁਛ ਕਿਸ ਹਰੇਕ ਦੀ ਲਾਈਫ ਵਿੱਚ ਕੁਝ ਨਾ ਕੁਝ ਇੰਸੀਡੈਂਟਸ ਹੁੰਦੇ ਨੇ ਅਤੇ ਕੁਝ ਜੋ ਮੈਨੂੰ ਲੱਗਿਆ ਅਤੇ ਮੈਂ ਕਾਫੀ ਸਮਾਂ ਆਪਣਾ ਘਰ ਦੇ ਵਿੱਚ ਸਾਇਲੈਂਸ ਦੇ ਵਿੱਚ ਗੁਜ਼ਾਰਿਆ ਗੱਲਬਾਤ ਮੈਂ ਕਰਦਾ ਹੁੰਦਾ ਸੀ ਸਾਰਿਆਂ ਨਾਲ ਬਟ ਅੰਦਰ ਮੇਰੇ ਇੱਕ ਵੋਇਡ ਸੀਗਾ ਉਹ ਹੁਣ ਵੀ ਹੈ ਇਸ ਕੰਟੀਨਿਊ ਸੋ ਉਸ ਚੀਜ਼ 'ਚੋਂ ਮੈਨੂੰ ਕਾਫੀ ਆਂਸਰ ਮਿਲਦੇ ਨੇ ਪਹਿਲਾਂ ਮੈਂ ਕਟਿੰਗ ਦੇ ਵਿੱਚ ਸੀਗਾ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦਾ ਸੀਗਾ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਅਤੇ ਖਾਲਸਾ ਸਾਜਿਆ ਅਤੇ ਫਤਿਹ ਦਾ ਜਵਾਬ ਜਿਸਨੇ ਫਤਿਹ ਦਿੱਤਾ ਇੱਕ ਮੈਨੂੰ ਵੈਸੇ ਪਹਿਲਾਂ ਰੁਪਿੰਦਰ ਸਾਹਿਬ ਨੇ ਫਤਿਹ ਬੁਲਾਈ ਸੀ ਅਤੇ ਕੁਝ ਸ਼ਾਇਦ ਟੀਚਰ ਨਹੀਂ ਦਿੱਤਾ ਹੋਏਗਾ ਸੋ ਮੇਰੀ ਥੋੜ੍ਹੀ ਆਦਤ ਹੈ ਵੀ ਉਸ ਗੱਲ ਦੀ ਕੁਝ ਸ਼ੇਅਰ ਕਰਾਂ ਸ਼ਾਇਦ ਕੁਝ ਸਿੱਖਣ ਨੂੰ ਮਿਲ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੰਘਾਂ ਨੇ ਪੁੱਛਿਆ ਵੀ ਪਾਤਸ਼ਾਹ ਵੀ ਫਤਿਹ ਦਾ ਜਵਾਬ ਫਤਿਹ ਦਾ ਵੀ ਇਹਦਾ ਕੀ ਮਤਲਬ ਹੈ ਗੁਰੂ ਸਾਹਿਬ ਕਹਿੰਦੇ ਵੀ ਜਦੋਂ ਤੁਸੀਂ ਗੁਰਸਿੱਖ ਨੂੰ ਫਤਿਹ ਬੁਲਾਉਂਦੇ ਹੋ ਜਿਹੜਾ ਪਹਿਲਾਂ ਬੁਲਾਉਂਦਾ ਕਹਿੰਦਾ ਮੇਰਾ ਉਸ ਵੱਲ ਮੁੱਖ ਹੁੰਦਾ ਪਾਤਸ਼ਾਹ ਕਹਿੰਦੇ ਵੀ ਮੇਰਾ ਉਸ ਵੱਲ ਮੁੱਖ ਹੁੰਦਾ ਜਿਹੜਾ ਦੂਸਰਾ ਬੁਲਾਉਂਦਾ ਕਹਿੰਦਾ ਉਸ ਮੈਂ ਉਸਦੇ ਸਾਈਡ 'ਤੇ ਖੜਾ ਹੁੰਦਾ ਸਾਈਡ ਹੁੰਦੀ ਹੈ ਮੇਰੀ ਮੇਰਾ ਪਾਸਾ ਹੁੰਦਾ ਮੈਂ ਨਾਲ ਹੀ ਹੁੰਦਾ ਉਹਦੇ ਅਤੇ ਜੋ ਕਹਿੰਦਾ ਫਤਿਹ ਦਾ ਜਵਾਬ ਫਤਿਹ 'ਚ ਨਹੀਂ ਦਿੰਦਾ ਮੇਰੀ ਪਿੱਠ ਹੋ ਜਾਂਦੀ ਸੋ ਜਦੋਂ ਗੁਰੂ ਦੀ ਪਿੱਠ ਹੋ ਜਾਂਦੀ ਹੈ ਤਾਂ ਕੋਈ ਵੀ ਵਿੱਦਿਆ ਇਸ ਜਹਾਨ 'ਚ ਨਹੀਂ ਚੱਲ ਸਕਦੀ ਕੋਈ ਵੀ ਐਜੂਕੇਸ਼ਨ ਕੁਛ ਵੀ ਨਹੀਂ ਚੱਲ ਸਕਦਾ ਕਿਉਂਕਿ ਵਿੱਦਿਆ ਦਾ ਜਿਹੜਾ ਭੰਡਾਰ ਹੈ ਜਾਂ ਸੋਰਸ ਹੈ ਉਹ ਪਰਮੇਸ਼ਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਪਰ ਰਿਸਰਚ ਕਰਦਿਆਂ ਹੋਇਆਂ ਮੈਂ ਇਸ ਨੂੰ ਬਹੁਤ ਬਰੀਕੀ 'ਚ ਦੇਖਿਆ ਕੱਲ੍ਹ ਇੱਕ ਸੈਮੀਨਾਰ 'ਚ ਆਏ ਸੀਗੇ ਜਿਹੜੇ ਮੈਡਮ ਆਏ ਸੀਗੇ ਪ੍ਰੀਤੀ ਸਿੰਘ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕੀਤੀ ਵੀ ਆਪਣਾ ਜਿਹੜਾ ਵਿੱਦਿਆ ਹੈ ਐਜੂਕੇਸ਼ਨ ਹੈ ਉਹ ਗੁਰੂਕੁਲ ਦੇ ਮੁਤਾਬਕ ਹੋਣੀ ਚਾਹੀਦੀ ਹੈ ਤਾਂ ਮੈਂ ਉਸ ਚੀਜ਼ ਨਾਲ ਬਹੁਤ ਐਗਰੀ ਸੀਗਾ ਕਿਉਂਕਿ ਮੈਂ ਇਸ ਚੀਜ਼ ਉੱਪਰ ਗੁਰੂ ਸਾਹਿਬ ਨੇ ਬਹੁਤ ਰਿਸਰਚ ਕਰਾਈ ਹੈ ਵੀ ਜੋ ਗੁਰਮਤ ਹੈ ਉਹ ਟੌਪ ਹੈ ਗੁਰਮਤ ਨੂੰ ਸਿੱਖੀ ਨਾਲ ਨਾ ਜੋੜਿਆ ਜਾਵੇ ਇਕੱਲਾ ਮੈਂ ਭਗਵਦ ਗੀਤਾ ਦੇ ਉੱਪਰ ਵੀ ਗੁਰੂ ਸਾਹਿਬ ਨੇ ਰਿਸਰਚ ਕਰਾਈ ਹੈ ਜਿਵੇਂ ਕਹਿ ਲਓ ਵੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਬਾਣੀ ਦੇ ਨਾਲ ਇਸ ਤਰ੍ਹਾਂ ਗੱਲ ਕਰਦਾ ਵਾਹਿਗੁਰੂ ਮਤਲਬ ਬਿਲਕੁਲ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੰਘਾਂ ਨੇ ਪੁੱਛਿਆ ਸੀਗਾ ਗੱਲ 'ਚ ਗੱਲ ਆ ਜਾਂਦੀ ਹੈ ਵੀ ਗੁਰੂ ਸਾਹਿਬ ਤੁਸੀਂ ਜੋਤੀ 'ਚੋਂ ਸਮਾਨ ਲੱਗੇ ਹੋ ਹਜ਼ੂਰ ਸਾਹਿਬ ਦੀ ਘਟਨਾ ਇਹ ਅਤੇ ਵੀ ਅਸੀਂ ਜੇ ਤੁਹਾਡੇ ਦਰਸ਼ਨ ਦੀਦਾਰੇ ਕਰਨੇ ਹੋਣ ਜਾਂ ਮੰਨ ਲਓ ਵੀ ਸਾਡੀ ਹੁਣ ਰਹਿਨੁਮਾਈ ਕੌਣ ਕਰੇਗਾ ਹੂ ਵਿਲ ਬੀ ਦਾ ਲੀਡਰ ਸੋ ਕਹਿੰਦੇ ਵੀ ਅਸੀਂ ਥਾਪੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਿੱਤਾ ਹੈ ਅਤੇ ਤੁਸੀਂ ਇਸ ਨੂੰ ਹੁਣ ਗੁਰੂ ਮੰਨਣਾ ਫਿਰ ਕਹਿੰਦੇ ਵੀ ਇਹ ਵੀ ਅਸੀਂ ਕਿਸ ਤਰ੍ਹਾਂ ਗੱਲ ਕਰਾਂਗੇ ਕਹਿੰਦੇ ਵੀ ਜੋ ਤੁਸੀਂ ਆਓਗੇ ਮੇਰੇ ਕੋਲ ਤਿਆਰ ਪਰ ਤਿਆਰ ਹੋਣੇ ਚਾਹੀਦੇ ਹੋ ਸ਼ਸਤਰ ਤੁਹਾਡੇ ਸਜੇ ਹੋਣ ਜੋ ਮਰਿਆਦਾ ਹੈਗੀ ਉਹਦੇ ਵਿੱਚ ਆਓ ਚਲੋ ਜਿਸ ਤਰ੍ਹਾਂ ਦੇ ਵੀ ਦਿਲ ਲੈ ਕੇ ਆਓਗੇ ਕਹਿੰਦਾ ਤੁਸੀਂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੁਸੀਂ ਪ੍ਰਕਾਸ਼ ਕਰੋਗੇ ਕਹਿੰਦਾ ਮੇਰਾ ਹਿਰਦਾ ਗੁਰੂ ਸਾਹਿਬ ਕਹਿੰਦੇ ਮੇਰਾ ਹਿਰਦਾ ਹੈ ਅਤੇ ਤੁਸੀਂ ਜੋ ਹੁਕਮਨਾਮਾ ਲਓਗੇ ਉਹ ਮੈਂ ਤੁਹਾਨੂੰ ਦੱਸ ਰਿਹਾ ਹੋਊਂਗਾ ਅਤੇ ਉਸ ਮੁਤਾਬਕ ਕਾਰਜ ਸ਼ੁਰੂ ਕਰੋਗੇ ਤਾਂ ਕਦੇ ਅਸਫਲ ਨਹੀਂ ਹੋਊਂਗੇ ਦੋ ਬਚਨ ਕਰਕੇ ਗੁਰੂ ਸਾਹਿਬ ਕਹੇ ਸੀਗੇ ਵੀ ਸ਼ਸਤਰ ਅਭਿਆਸ ਅਤੇ ਬਾਣੀ ਦਾ ਅਭਿਆਸ ਨਾ ਛੱਡਿਓ ਕੋਈ ਵੀ ਕੌਮ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਸੋ ਜੋ ਐਜੂਕੇਸ਼ਨ 'ਚ ਅੱਜ ਕਮੀਆਂ ਨੇ 2 ਮੰਥਸ ਦੇ ਵਿੱਚ ਮੈਂ ਬੱਚਿਆਂ ਨੇ ਇੰਟਰੈਕਟ ਕੀਤਾ ਹੈ ਮੇਰਾ ਸਬਜੈਕਟ ਮੋਰਲ ਸਾਇੰਸ ਹੈ ਨੈਤਿਕ ਸਿੱਖਿਆ ਸੋ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਸੀਗੀ ਪਹਿਲਾਂ ਮੈਂ ਇੰਗਲਿਸ਼ ਟੀਚ ਕਰਦਾ ਸੀਗਾ ਇਮੀਗ੍ਰੇਸ਼ਨ ਇੰਡਸਟਰੀ 'ਚ ਸੋ ਆਇਲਸ ਟੀਚ ਕਰਦਾ ਹੁੰਦਾ ਸੀਗਾ ਅਤੇ ਕੁਝ ਕਾਉਂਸਲਿੰਗ ਵੀ ਕਰਦਾ ਹੁੰਦਾ ਸੀਗਾ
ਸਾਈਕੋਲੋਜੀਕਲ ਕਾਉਂਸਲਿੰਗ ਵੀ ਕਰਦਾ ਸੀ। ਕਿਉਂ? ਕਿਉਂਕਿ ਮੈਨੂੰ ਥੋੜ੍ਹਾ ਬੁੱਕਸ ਪੜ੍ਹਨ ਦਾ ਸ਼ੌਂਕ ਸੀਗਾ ਔਰ ਮੈਂ ਗੁਰੂ ਸਾਹਿਬ ਨਾਲ ਮਿੱਤਰ ਵਾਂਗੂ ਗੱਲ ਕਰਦਾ ਸੀਗਾ ਅਤੇ ਮੇਰੇ ਅੰਦਰੋਂ ਕਈ ਜਵਾਬ ਗੁਰੂ ਸਾਹਿਬ ਪ੍ਰਗਟ ਕਰਦੇ ਨੇ। ਮੈਂ ਉਹ ਕੁਝ ਲਿਖੇ ਵੀ ਹੋਏ ਨੇ, 80 ਸਟੋਰੀਜ਼ ਲਿਖੀਆਂ ਹੋਈਆਂ ਨੇ, ਪਰ ਉਹ ਸਿਰਫ ਮੈਂ ਹੀ ਜਾਣਦਾ ਜਾਂ ਜਿਸ ਨੇ ਪੜ੍ਹੀਆਂ ਨੇ। ਸੋ ਉਸ ਵਿੱਚ ਮੈਨੂੰ ਇਹ ਸਿੱਖਣ ਨੂੰ ਮਿਲਿਆ, ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, ਗੁਰੂ ਸਾਹਿਬ ਜੀ ਮੈਨੂੰ ਕੋਈ ਕੰਮ ਦਿਓ ਪਰ ਮੈਂ ਕੰਮ ਨਾ ਇਸ ਤਰ੍ਹਾਂ ਦਾ ਕਰਨਾ ਚਾਹੁੰਦਾ ਵੀ ਮੈਂ ਖੁਸ਼ ਹੋਵਾਂ, ਮੈਂ ਖੁਸ਼ ਹੋ ਕੇ ਕਰਾਂ। ਮੈਨੂੰ ਬਚਪਨ ਦੇ ਵਿੱਚ ਹੀ ਕੁਝ ਚੀਜ਼ਾਂ ਦਿਖਦੀਆਂ ਹੁੰਦੀਆਂ ਸੀਗੀਆਂ, ਕੁਝ ਮੇਰਾ ਇੰਟਲੈਕਚੁਅਲ ਮਾਇੰਡ ਸੀਗਾ, ਕੋਈ ਪ੍ਰੇਜ਼ ਨਹੀਂ ਹੈ, ਵਾਹਿਗੁਰੂ ਇਹ ਚੀਜ਼ਾਂ ਮੈਨੂੰ ਫੀਲ ਹੋਈਆਂ ਨੇ, ਤੁਹਾਨੂੰ ਆਪਸ 'ਚ ਆਪਦੀਆਂ ਕੋਈ ਕੁਆਲਿਟੀਜ਼ ਫੀਲ ਹੁੰਦੀਆਂ ਹੋਣਗੀਆਂ। ਛੋਟੇ ਹੁੰਦੇ ਤੋਂ ਮੈਂ ਆਪਦੇ ਦੋਸਤਾਂ ਨਾਲ ਵੀ ਖੇਡਦਾ ਹੁੰਦਾ ਸੀ, ਬਟ ਮੈਂ ਧਰਮ ਦੀ ਕੋਈ ਨਿਊਜ਼ ਪੇਪਰ 'ਚ ਕੋਈ ਧਰਮ ਦੀ ਨਿਊਜ਼ ਆਈ ਹੈ, ਕੋਈ ਕੋਈ ਬੁੱਕਸ ਹੈ, ਮੈਂ ਚੱਕ ਕੇ ਪੜ੍ਹ ਲੈਂਦਾ ਸੀ ਛੋਟੇ ਹੁੰਦਿਆਂ ਹੀ। ਕਾਲਜ ਤੱਕ ਜਾਂਦੇ ਜਾਂਦੇ ਮੈਂ ਬਹੁਤ ਬਜ਼ੁਰਗਾਂ ਨਾਲ ਬੈਠਣਾ ਮੈਨੂੰ ਚੰਗਾ ਲੱਗਦਾ ਹੁੰਦਾ ਸੀਗਾ, ਅਤੇ ਬਾਅਦ 'ਚ ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਦਾਤ ਦਿੱਤੀ ਅਤੇ ਗੁਰੂ ਸਾਹਿਬ ਦੇ ਬਚਨ ਨੇ ਵੀ ਪੁੱਤਰ ਦੋ ਟਾਈਮ ਮੇਰੇ ਕੋਲ ਆਉਣਾ ਹੈ ਅਤੇ ਹਮੇਸ਼ਾ ਵਾਹਿਗੁਰੂ ਦਾ ਸਿਮਰਨ ਕਰਨਾ, ਤੇਰੇ ਅੰਦਰੋਂ ਮੈਂ ਇਹੋ ਜਿਹੀਆਂ ਐਨਰਜੀ ਪੈਦਾ ਕਰੂੰਗਾ ਵੀ ਯੂ ਕੈਨ ਲੀਡ ਦਾ ਚਿਲਡਰਨ ਔਰ ਯੂ ਕੈਨ ਲੀਡ ਦਾ ਪੀਪਲ। ਮੇਰੇ ਕੋਲ ਕੁਝ ਇਗਜ਼ਾਮਪਲਸ ਨੇ ਸੁਸਾਇਟੀ ਦੇ ਵਿੱਚ, ਕਲਾਸ ਦੇ ਵਿੱਚ ਵੀ 2 ਮਹੀਨੇ ਹੋਏ ਨੇ, ਕਈ ਬੱਚੇ ਮੇਰੇ ਕੋਲ ਆ ਕੇ ਉਹਨਾਂ ਨੇ ਕਿਹਾ ਵੀ ਅਸੀਂ ਸਰ ਦੁਮਾਲਾ ਸਿੱਖਣਾ ਚਾਹੁੰਦੇ ਹਾਂ। ਇੱਕ ਹਿੰਦੂ ਫੈਮਿਲੀ 'ਚੋਂ ਬੱਚਾ ਸੀ 7th ਕਲਾਸ ਦਾ, ਮੈਨੂੰ ਸੈਕਸ਼ਨ ਭੁੱਲ ਗਿਆ, ਮੈਂ ਬਹੁਤ ਸ਼ੌਕ ਹੋਇਆ, ਸ਼ੌਕ ਇਸ ਕਰਕੇ ਹੋਇਆ ਕੋਈ ਕਈ ਵਾਰੀ ਇੱਕਦਮ ਪਤਾ ਨਹੀਂ ਹੁੰਦਾ, ਵੈਸੇ ਮੈਨੂੰ ਇਹ ਚੀਜ਼ਾਂ ਪਤਾ ਹੁੰਦਾ ਵੀ ਜੋ ਤੁਸੀਂ ਕੋਈ ਦਿਲੋਂ ਕੋਈ ਚੀਜ਼ ਕਰਦੇ ਹੋ ਤੁਹਾਡੇ ਸਾਹਮਣੇ ਪ੍ਰਗਟ ਹੁੰਦੀ ਹੈ। ਸੋ ਬੱਚਾ ਮੇਰੇ ਕੋਲ ਆਇਆ, ਨਰੁੱਲਾ ਉਸਦੀ ਲਾਸਟ ਨੇਮ ਸੀਗਾ, ਕਹਿੰਦਾ ਸਰ ਵੀ ਮੈਂ ਅੰਮ੍ਰਿਤ ਛਕਣਾ ਚਾਹੁੰਦਾ ਤੁਹਾਡੀਆਂ ਗੱਲਾਂ ਸੁਣ ਕੇ। ਅਤੇ ਮੈਂ ਕਿਹਾ ਬੱਚੇ ਵੀ ਕੀ ਨਾਮ ਤੁਹਾਡਾ, ਕੀ ਫੈਮਿਲੀ? ਕਹਿੰਦੇ ਹਿੰਦੂ ਬੈਕਗਰਾਊਂਡ ਹੈ। ਮੈਂ ਕਿਹਾ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਹੈ? ਕਹਿੰਦੇ ਹਾਂਜੀ। ਕਹਿੰਦੇ ਮੈਂ ਕੀ ਤੁਹਾਡੀ ਬੈਕਗਰਾਊਂਡ ਕੀ ਹੈ, ਕਿਉਂ ਤੁਹਾਨੂੰ ਇਹ ਖਿਆਲ ਆਇਆ? ਕਹਿੰਦੇ ਸਰ ਮੈਨੂੰ ਇਹ ਸੁਪਨੇ ਆਉਂਦੇ ਨੇ, ਮੈਨੂੰ ਸਿੱਖੀ ਦੇ ਸੁਪਨੇ ਆਉਂਦੇ ਨੇ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਮੈਂ ਵਾਹਿਗੁਰੂ ਤੁਸੀਂ ਟੈਨਸ਼ਨ ਨਾ ਲਓ, ਗੁਰੂ ਸਾਹਿਬ ਦਾ ਬੀਜ ਤੁਹਾਡੇ ਵਿੱਚ ਬੀਜਿਆ ਗਿਆ, ਤੁਹਾਨੂੰ ਸਿੱਖੀ ਜ਼ਰੂਰ ਮਿਲੇਗੀ, ਪਰ ਹੁਣ ਤੁਸੀਂ ਹਜੇ ਸਟੱਡੀ 'ਤੇ ਆਪਣਾ ਫੋਕਸ ਰੱਖੋ। ਜਿਵੇਂ ਜਿਵੇਂ ਤੁਹਾਨੂੰ ਗੁਰੂ ਸਾਹਿਬ ਲੀਡ ਕਰਨਗੇ ਤੁਸੀਂ ਅੰਮ੍ਰਿਤਧਾਰੀ ਬਣੋਗੇ, ਕਿਉਂਕਿ ਇਹ ਨਾ ਤਾਂ ਪੇਰੈਂਟਸ ਦੇ ਹੱਥ ਵਿੱਚ ਹੈ, ਨਾ ਤੁਹਾਡੇ ਆਪਣੇ ਹੱਥ ਵਿੱਚ ਹੈ, ਤੁਹਾਡੇ ਕਰਮ ਨੇ ਉਹ ਫੁੱਟ ਰਹੇ ਨੇ। ਸੋ ਬੱਚਾ ਥੋੜ੍ਹਾ ਰਿਲੈਕਸ ਹੋਇਆ। ਇੱਕ ਬੱਚੀ ਆਈ ਹਿੰਦੂ ਫੈਮਿਲੀ 'ਚੋਂ, ਉਹ ਕਹਿੰਦੀ ਜਦੋਂ ਕੋਈ ਪਰਮਾਤਮਾ ਦੀ ਗੱਲ ਕਰਦਾ ਮੈਨੂੰ ਕ੍ਰਿਸ਼ਨ ਮਹਾਰਾਜ ਅਤੇ ਸ਼ਿਵ ਮਹਾਰਾਜ ਦੀ ਮੈਨੂੰ ਯਾਦ ਆਉਂਦੀ ਹੈ, ਰੋਣ ਲੱਗ ਗਈ, ਬਹੁਤ ਇਮੋਸ਼ਨਲ ਹੋ ਗਈ ਗੱਲ ਕਰਦੇ। ਬੱਚਾ ਕਹਿੰਦਾ ਵੀ ਇਸ ਮੈਨੂੰ ਕਹਿੰਦੇ ਵੀ ਇਸ ਤਰ੍ਹਾਂ ਕਿਉਂ ਹੈ, ਵਾਈ ਲਾਈਕ ਦਿਸ? ਮੈਂ ਕਿਹਾ ਵੀ ਇਹ ਤੁਹਾਡੇ ਕਰਮ ਨੇ, ਤੁਹਾਨੂੰ ਪਰਮੇਸ਼ਰ ਸਾਈਨ ਦੇ ਰਿਹਾ ਵੀ ਤੂੰ ਮੇਰੀ ਬੱਚੀ ਹੈ, ਤੈਨੂੰ ਮੈਂ ਚੁਣ ਲਿਆ, ਤੁਸੀਂ ਇਸ ਟਰੈਕ 'ਤੇ ਰਹੋ, ਬਾਣੀ ਨੂੰ ਸੁਣਿਆ ਕਰੋ, ਅਭਿਆਸ ਕਰਿਆ ਕਰੋ ਆਪਣੇ ਗ੍ਰੰਥ ਦਾ, ਭਗਵਦ ਗੀਤਾ ਦਾ ਅਭਿਆਸ ਕਰੋ, ਜੋ ਵੀ ਤੁਹਾਨੂੰ ਚੰਗਾ ਲੱਗਦਾ ਉਹਦਾ ਅਭਿਆਸ ਕਰੋ, ਪਰ ਹੋਵੇ ਗੁਰਮਤਿ ਦੀ। ਸੋ ਹੁਣ ਮੈਂ ਐਜੂਕੇਸ਼ਨ 'ਤੇ ਥੋੜ੍ਹਾ ਜਾਣਾ ਚਾਹੂੰਗਾ। 2 ਮਹੀਨੇ ਦੇ ਵਿੱਚ ਮੈਂ ਆਪਣੇ ਸਬਜੈਕਟ ਵਿੱਚ ਇਹ ਚੀਜ਼ ਨੋਟਿਸ ਕੀਤੀ ਹੈ ਵੀ ਬੱਚਿਆਂ ਨੇ ਬਹੁਤ ਇੰਟਰਸਟ ਲਿਆ ਹੈ, ਮੈਨੂੰ ਪਰਸਨਲੀ ਕਾਲ ਵੀ ਕਰ ਲੈਂਦੇ ਨੇ, ਕਲਾਸ ਦੇ ਵਿੱਚ ਵੀ ਇੱਕ ਦਿਨ ਗੱਲ ਚੱਲੀ। ਸੋ ਮੇਰਾ 8 ਮੈਜੈਂਟਾ ਦੇ ਵਿੱਚ 2-3 ਹਫ਼ਤਿਆਂ ਤੋਂ ਲੈਕਚਰ ਨਹੀਂ ਲੱਗ ਰਿਹਾ ਸੀਗਾ, ਇੱਕ ਲੈਕਚਰ ਹੀ ਲਾਇਆ ਸੀ ਹਜੇ ਮੈਂ ਸਿਰਫ, ਅਤੇ ਉਹ ਪਤਾ ਨਹੀਂ ਕੀ ਉਸ ਕਲਾਸ ਨੂੰ ਦਿਖਿਆ, ਉਹ ਕਹਿੰਦੇ ਵੀ ਸਰ ਤੁਹਾਡਾ ਨੈਕਸਟ ਲੈਕਚਰ ਨੂੰ ਕਦੋਂ ਆਊਗਾ? ਬੁੱਧਵਾਰ ਛੁੱਟੀ ਆ ਜਾਂਦੀ ਸੀ, ਵੈਡਨਸਡੇ ਨੂੰ ਉਹ ਲੈਕਚਰ ਹੁੰਦਾ 8 ਮੈਜੈਂਟਾ 'ਚ। ਸੋ ਫਿਰ ਕੁਦਰਤੀ ਚਲੋ ਉਸ ਦਿਨ ਛੁੱਟੀ ਨਹੀਂ ਸੀ, 2 ਛੁੱਟੀਆਂ ਲਗਾਤਾਰ ਬੁੱਧਵਾਰ 'ਚੋਂ ਆਈਆਂ। ਸੋ ਜਦੋਂ ਮੇਰੀ ਕਲਾਸ ਸੀਗੀ, ਸੋ ਉਸ ਵਿੱਚ ਮੈਂ ਜਦੋਂ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਆਪਣੇ ਸਬਜੈਕਟ ਨੂੰ, ਸਬਜੈਕਟ ਤਾਂ ਗੁਰਮਤਿ ਦੇ ਅਧੀਨ ਹੀ ਹੈ, ਮੋਰਲ ਸਾਇੰਸ, ਨੈਤਿਕ ਸਿੱਖਿਆ, ਪਰ ਪਰਮੇਸ਼ਰ ਦੀਆਂ ਗੱਲਾਂ ਚੱਲ ਪਈਆਂ, ਕਈ ਬੱਚਿਆਂ ਨੇ ਆ ਕੇ ਗੱਲਾਂ ਕੀਤੀਆਂ, ਕਈਆਂ ਨੇ ਫਿਊਚਰ ਦੀਆਂ ਗੱਲਾਂ ਪੁੱਛੀਆਂ ਮੈਨੂੰ, ਭਗਵਦ ਗੀਤਾ ਦੇ ਵਿੱਚੋਂ ਕਿਸੇ ਨੇ ਸਲੋਕ ਦੀ ਗੱਲ ਕੀਤੀ ਵੀ ਕ੍ਰਿਸ਼ਨ ਮਹਾਰਾਜ 'ਚ ਕੀ ਕਹਿ ਰਹੇ ਨੇ, ਜਾਂ ਮਤਲਬ ਵੀ ਮੈਂ ਥੋੜ੍ਹਾ ਜਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਕ ਬੁੱਕ ਹੈ 100 ਸਾਖੀ, ਉਹਨਾਂ 'ਚ ਫਿਊਚਰ ਬਾਰੇ ਦੱਸਿਆ ਹੋਇਆ ਵੀ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੋਏਗੀ, ਲੋਕ ਕਿਸ ਤਰ੍ਹਾਂ ਦੇ ਹੋ ਜਾਣਗੇ। ਮੈਂ ਰਿਕਮੈਂਡ ਕਰੂੰਗਾ ਵੀ 100 ਸਾਖੀ ਜਾਂ ਗੁਰੂ ਸਾਹਿਬ ਦੇ ਬਚਨ ਜ਼ਰੂਰ ਸੁਣੋ, ਫਿਊਚਰ ਇਜ਼ ਵੈਰੀ ਡਾਰਕ। ਕਿਉਂ? ਕਿਉਂਕਿ ਜਦੋਂ ਗੁਰਮਤ ਨਹੀਂ ਆਪਾਂ ਐਕਸੈਪਟ ਕਰਾਂਗੇ
ਤਾਂ ਬਹੁਤ ਡਾਰਕਨੈਸ ਹੈ ਅੱਗੇ। ਇਹ ਮੈਂ ਸਾਰੇ ਗ੍ਰੰਥ ਵਿੱਚ ਇਹ ਗੱਲ ਦੇਖੀਆਂ ਨੇ, ਮੈਂ ਲਾਈ ਨਹੀਂ ਕਹਿ ਰਿਹਾ, ਕ੍ਰਿਸ਼ਨ ਮਹਾਰਾਜ ਨੇ ਵੀ ਗੱਲਾਂ ਕੀਤੀਆਂ ਨੇ ਅਤੇ ਇਸਲਾਮ ਵਿੱਚ ਵੀ ਇਹ ਗੱਲਾਂ ਨੇ, ਕ੍ਰਿਸਚੈਨਿਟੀ ਵਿੱਚ ਵੀ ਗੱਲਾਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਗੁਰੂ ਨੇ ਇਸ ਯੁੱਗ ਦੇ, ਅਤੇ ਉਹ ਕਹਿ ਰਹੇ ਨੇ ਅਗਲਾ ਸਮਾਂ ਬਹੁਤ ਜ਼ਿਆਦਾ ਭਿਆਨਕ ਆਉਣਾ ਹੈ, ਕਿਉਂਕਿ ਗੁਰਮਤਿ ਦੇ ਅਧੀਨ ਨਹੀਂ ਐਜੂਕੇਸ਼ਨ ਚੱਲ ਰਹੀ। ਗੁਰਮਤਿ ਸਾਨੂੰ ਸਿਖਾਉਂਦੀ ਹੈ, ਅੱਛਾ ਕੁਝ ਇਗਜ਼ਾਮਪਲ ਇਸ ਤਰ੍ਹਾਂ ਦੇ ਹੋਏ, ਮੈਂ ਵਾਸ਼ਰੂਮ ਬੋਇਜ਼ ਵਾਸ਼ਰੂਮ ਦੇ ਵਿੱਚ ਗਿਆ, ਜਦੋਂ ਸਟਾਰਟਿੰਗ 'ਚ ਆਇਆ ਆਈਸਕ੍ਰੀਮ ਦੇ ਰੈਪਰਸ ਪਏ ਹੋਏ ਨੇ ਟੋਇਲਟ 'ਚ, ਟੋਫੀਆਂ ਦੇ ਰੈਪਰ ਪਏ ਹੋਏ ਨੇ ਟੋਇਲਟ ਦੇ ਵਿੱਚ, ਜਦੋਂ ਮੈਂ ਉਹਨਾਂ ਨੂੰ ਲਾਈ, ਅੱਛਾ ਮੈਂ ਆਪਦੀ ਪ੍ਰੈਕਟੀਕਲ ਜਿਹੜੇ ਮੇਰੇ ਨਾਲ ਇੰਸੀਡੈਂਟਸ ਹੁੰਦੇ ਨੇ ਮੈਂ ਉਹ ਸ਼ੇਅਰ ਕਰਦਾ ਬੱਚਿਆਂ ਨਾਲ। ਸੋ ਬੱਚੇ ਇੰਨੇ ਇੰਟਰਸਟ ਲੈਂਦੇ ਨੇ, ਮੈਂ ਉਹਨਾਂ ਨੂੰ ਕਹਿੰਦਾ ਵੀ ਦੇਖੋ ਫੂਡ ਪਰਮੇਸ਼ਰ ਨੇ ਸੱਚਖੰਡ ਤੋਂ ਭੇਜਿਆ, ਕੋਈ ਵੀ ਫੋਰਮ ਹੋਵੇ ਫੂਡ ਦੀ, ਆਈਸਕ੍ਰੀਮ ਹੈ, ਦੁੱਧ ਤੋਂ ਬਣੀ ਹੈ, ਤੁਸੀਂ ਉਹਦਾ ਰੈਪਰ ਵਾਸ਼ਰੂਮ 'ਚ ਖੋਲ੍ਹ ਰਹੇ ਹੋ, ਵਟ ਇਜ਼ ਦ ਐਟੀਕੇਟ? ਮਤਲਬ ਮੋਰਲ ਸਾਇੰਸ ਮੈਨੂੰ ਜੋ ਸਿਖਾਉਂਦੀ ਹੈ ਮੈਂ ਤੁਹਾਨੂੰ ਉਹੀ ਸਿਖਾਊਂਗਾ। ਗੁਰੂ ਸਾਹਿਬ ਨੇ ਮੈਨੂੰ ਇੱਕ ਤਿਲ ਜਿੰਨਾ ਵੀ ਪਾਸੇ ਜਾਣ ਨੂੰ ਨਹੀਂ ਕਿਹਾ ਵੀ ਮੈਂ ਇਹ ਚੀਜ਼ ਦੇਖੀ ਅਤੇ ਇਗਨੋਰ ਕਰਤੀ। ਬੱਚਿਆਂ ਨੂੰ ਕਾਫੀ ਸ਼ੇਮ ਫੀਲ ਹੋਈ, ਕਾਫੀ ਬੱਚਿਆਂ ਨੂੰ ਮੈਂ ਉਸ ਚੀਜ਼ ਤੋਂ ਕਿਹਾ ਵੀ ਤੁਸੀਂ ਫੂਡ ਦੀ ਡਿਸਰਿਸਪੈਕਟ ਕਰ ਰਹੇ ਹੋ, ਵਟ ਐਵਰ ਯੂ ਡਿਸਰਿਸਪੈਕਟ ਦੈਟ ਡਿਸਰਿਸਪੈਕਟ ਸੇਮ, ਵਟ ਐਵਰ ਯੂ ਗਿਵ ਟੂ ਦ ਨੇਚਰ ਗਿਵ ਬੈਕ ਟੂ ਯੂ। ਸੋ ਜੋ ਵੀ ਤੁਸੀਂ ਬੀਜਦੇ ਹੋ ਉਹ ਚੀਜ਼ ਵਾਪਸ ਆਉਂਦੀ ਹੈ। ਇਹ ਚੀਜ਼ ਮੈਂ ਆਪਣੇ ਤਨ ਦੇ ਉੱਪਰ ਹੰਢਾਈ ਹੈ, ਸੋਲ ਦੇ ਉੱਪਰ ਹੰਢਾਈ ਹੈ, ਜੋ ਮੇਰੇ ਤੋਂ ਪਹਿਲਾਂ ਕੋਈ ਗਲਤੀਆਂ ਹੋਈਆਂ ਉਸਦੇ ਮੈਂ ਕਰਮ ਭੁਗਤੇ ਨੇ। ਆਈ ਟੇਕ ਮਾਈ ਐਕਸ਼ਨਸ। ਸੋ ਗੁਰੂ ਸਾਹਿਬ ਨੇ ਮੈਨੂੰ ਸਮਝਾਇਆ ਵੀ ਇਸ ਤਰ੍ਹਾਂ ਤੇਰੀ ਲਾਈਫ ਦਾ ਸਰਕਲ ਚੱਲਦਾ, ਬਟ ਨਾਓ ਯੂ ਆਰ ਅੰਡਰ ਇਨ ਦਾ ਗੁਰਮਤਿ ਵਿੱਦਿਆ, ਅਤੇ ਹੁਣ ਤੁਹਾਡਾ ਜਿਹੜਾ ਸਾਈਕਲ ਹੈ ਉਹ ਤੁਹਾਡਾ ਹੁਣ ਜਿਸ ਤਰ੍ਹਾਂ ਸਾਡੇ ਹੁਕਮ ਹੈ ਉਸ ਤਰ੍ਹਾਂ ਚੱਲੋ। ਸੋ ਜੋ ਗੁਰੂ ਘਰ ਦਾ ਐਜੂਕੇਸ਼ਨ ਦਾ ਸਿਸਟਮ ਹੈ ਸਾਨੂੰ ਉਹ ਅਪਣਾਉਣਾ ਪੈਣਾ, ਗੁਰਮਤਿ ਵਿੱਦਿਆ ਦੇ ਮੁਤਾਬਕ ਸਾਨੂੰ ਐਜੂਕੇਸ਼ਨ ਕਰਾਉਣੀ ਪੈਣੀ ਹੈ। ਉਸ ਨਾਲ ਨਾ ਤਾਂ ਬੱਚੇ ਡਿਪਰੈਸ਼ਨ 'ਚ ਆਉਣਗੇ, ਨਾ ਟੀਚਰ ਡਿਪਰੈਸ਼ਨ 'ਚ ਆਉਣਗੇ, ਨਾ ਪੇਰੈਂਟਸ ਆਉਣਗੇ, ਕਿਉਂਕਿ ਮੈਂ 2 ਮੰਥਸ ਦੇ ਵਿੱਚ ਹੀ, ਔਰ ਮੇਰੇ ਕੋਈ ਜ਼ਿਆਦਾ ਲੈਕਚਰ ਨਹੀਂ ਲੱਗੇ ਕਲਾਸ ਦੇ ਵਿੱਚ। ਬੱਚਿਆਂ ਨੇ ਇੱਥੋਂ ਤੱਕ ਵੀ ਕਿਹਾ ਸਰ ਨੈਕਸਟ ਲੈਕਚਰ ਵੀ ਤੁਸੀਂ ਲੈ ਲਓ, ਤੁਹਾਡਾ ਅਸੀਂ ਲੈਕਚਰ ਵੇਟ ਕਰਦੇ ਹਾਂ। ਕੋਈ ਸਪਿਰਿਚੁਅਲ ਇੰਨੀਆਂ ਡੀਪ ਗੱਲਾਂ ਕਰਦੇ ਨੇ ਵੀ ਮੈਨੂੰ ਉਹਨਾਂ ਦਾ ਆਂਸਰ ਗੁਰੂ ਸਾਹਿਬ ਦੇ ਦਿੰਦੇ, ਚਲੋ ਨਾਲ ਦੀ ਨਾਲ ਦੇ ਦਿੰਦੇ ਨੇ। ਸੋ ਇੱਕ ਬੱਚੀ ਨੇ ਆਂਸਰ ਕੀਤਾ, ਮੈਂ ਕਿਹਾ ਵੀ ਗੁਰੂ ਸਾਹਿਬ ਦਾ ਬਚਨ ਹੈ ਔਰ ਭਗਵਦ ਗੀਤਾ ਵਿੱਚ ਵੀ ਲਿਖਿਆ ਵੀ ਕ੍ਰਿਸ਼ਨ ਮਹਾਰਾਜ ਕਹਿੰਦੇ ਵੀ ਸਾਡੇ ਬਹੁਤ ਜਨਮ ਹੁੰਦੇ ਨੇ, ਅੱਗੇ ਵੀ ਜਨਮ ਹੋਣਗੇ। ਤੋ ਇੱਕ ਲੜਕੀ ਕਹਿੰਦੀ ਮੈਂ ਗੁਰੂ ਸਾਹਿਬ ਦਾ ਬਚਨ ਹੈ ਵੀ ਅੱਗੇ ਖਾਲਸਾ ਰਾਜ ਨੇ ਆਉਣਾ, ਖਾਲਸਾ ਰਾਜ ਮਤਲਬ ਪਿਓਰ ਰਾਜ ਨੇ ਆਉਣਾ, ਜੋ ਵੀ ਪਿਓਰ ਹੋਊਗਾ ਰਾਜ ਕਰੇਗਾ ਔਰ ਧਰਮ ਦਾ ਰਾਜ ਕਰੇਗਾ, ਸਮਾਜ ਆਰਥਿਕ ਰਾਜਨੀਤਿਕ ਇਸ ਦੇ ਉੱਪਰ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਕੁੰਡਾ ਧਰਮ ਦਾ ਹੋਣਾ ਚਾਹੀਦਾ, ਰਿਲੀਜਨ ਦਾ ਧਰਮ ਹੋਣਾ ਚਾਹੀਦਾ, ਧਰਮ ਮਤਲਬ ਵੀ ਸਹੀ ਐਟੀਕੇਟਸ ਹੋਣੇ ਚਾਹੀਦੇ ਤੁਹਾਡੇ ਕੋਲ, ਫਿਰ ਤੁਸੀਂ ਸਾਰੇ ਕੰਮ ਸਹੀ ਕਰੋਗੇ। ਡਿਪਰੈਸ਼ਨ ਨਾਮ ਦੀ ਚੀਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਹੀਂ ਹੈ, ਉਹਨਾਂ ਨੇ ਸਿਰਫ ਉਹਦਾ ਤੋੜ ਦੱਸਿਆ ਵੀ ਤੁਹਾਨੂੰ ਕਿਉਂ ਆਉਂਦੀ ਹੈ। ਨਹੀਂ ਤਾਂ ਕੋਈ ਭਗਤਾਂ ਦੀ ਦੇਖੋ ਤੁਸੀਂ ਜੀਵਨ ਜਾਂ ਸ਼ਹੀਦਾਂ ਦਾ ਜੀਵਨ ਦੇਖੋ। ਅਤੇ ਇੱਕ ਮੈਂ ਹੋਰ ਇਗਜ਼ਾਮਪਲ ਦੇਣਾ ਚਾਹੂੰਗਾ, ਵਿੱਦਿਆ ਦੇ ਰਿਲੇਟਡ ਹੀ ਹੈ। ਤਲਵੰਡੀ ਸਾਬੋ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਸਾਹਿਬ ਦਾ ਕਿਲ੍ਹਾ ਛੱਡਿਆ ਅਤੇ ਉਸ ਤੋਂ ਬਾਅਦ ਜੰਗਾਂ ਲੜਦੇ ਹੋਏ ਤਲਵੰਡੀ ਸਾਬੋ ਆਏ ਨੇ, ਅਤੇ ਗੁਰੂ ਸਾਹਿਬ ਦੇ ਕਮਰ ਕੱਸੇ ਦੇ ਵਿੱਚ ਬਹੁਤ ਸ਼ਸਤਰ ਲੱਗੇ ਸੀਗੇ, ਅਤੇ ਇੱਥੇ ਆ ਕੇ ਇਹਨਾਂ ਨੇ ਕਮਰ ਕੱਸਾ ਖੋਲ੍ਹਿਆ ਕਈ ਮਹੀਨਿਆਂ ਬਾਅਦ, ਔਰ ਇੰਨੇ ਹੈਵੀ ਵੈਪਨ ਸੀਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ, ਅਤੇ ਕਿਵੇਂ ਉਹ ਲੜੇ ਹੋਣਗੇ। ਅਤੇ ਇੱਥੇ ਆ ਕੇ ਇਹਨਾਂ ਨੇ ਆਪਣਾ ਕਮਰ ਕੱਸਾ ਖੋਲ੍ਹਿਆ, ਅਤੇ ਉਸ ਤੋਂ ਬਾਅਦ ਸਿੰਘਾਂ ਨੇ ਕਿਹਾ ਵੀ ਗੁਰੂ ਪਾਤਸ਼ਾਹ ਜੀ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਭੇਦ ਉਹਨਾਂ ਦੇ ਅਰਥ ਸਮਝਾਓ। ਗੁਰੂ ਉਹਨਾਂ ਨੇ ਕਿਹਾ ਸੀਗਾ ਅਨੰਦਪੁਰ ਸਾਹਿਬ, ਉਹ ਕਹਿੰਦੇ ਸਮਾਂ ਆਏਗਾ ਮੈਂ ਤੈਨੂੰ ਜ਼ਰੂਰ ਦੱਸੂੰਗਾ। ਸੋ ਜੰਗਾਂ ਯੁੱਧਾਂ ਤੋਂ ਵੇਲ ਤੋਂ ਬਾਅਦ ਤਲਵੰਡੀ ਸਾਬੋ ਗੁਰੂ ਸਾਹਿਬ ਨੇ ਜਦੋਂ ਕਮਰ ਕੱਸਾ ਆਪਣਾ ਖੋਲ੍ਹਿਆ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੰਪਾਦਨਾ ਕੀਤੀ ਹੈ ਦੁਬਾਰਾ, ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਨੂੰ ਐਡ ਕਰਕੇ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਰਥ ਸਮਝਾਏ ਨੇ, ਪਹਿਲੇ ਅੰਗ ਤੋਂ ਲੈ ਕੇ 1430 ਅੰਗ ਤੱਕ ਅਰਥ ਸਮਝਾਏ ਨੇ, 42 ਜਾਂ 40 ਉੱਥੇ ਸਿੰਘ ਸੀਗੇ ਸਾਰੇ ਵਿਦੇਹ ਮੁਕਤ ਹੋਏ ਨੇ, ਦੇ ਆਲ ਆਰ ਲਿਬਰੇਟਡ। ਅਤੇ ਜੇ ਆਪਾਂ ਟੀਚਰ ਗੁਰਮਤਿ ਦੇ ਮੁਤਾਬਕ ਸਮਝਾਵਾਂਗੇ ਤਾਂ ਬੱਚੇ ਮੁਕਤ ਕਿਵੇਂ ਹੋਣਗੇ? ਬੱਚੇ ਮੁਕਤ ਹੋਣਗੇ ਆਪਣੀ ਟੈਨਸ਼ਨ ਡਿਪਰੈਸ਼ਨ ਤੋਂ।
ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਮਤਿ ਦੀ ਵਿੱਦਿਆ ਦੀ ਗੱਲ ਸੁਣ ਕੇ ਸਾਰੇ 40 ਦੇ 40 ਲਿਬਰੇਟ ਹੋ ਗਏ, ਮੁਕਤ ਹੋ ਗਏ। ਸੋ ਹੁਣ ਦੇ ਜਿਹੜੇ ਬੱਚੇ ਦੀ ਜਿਹੜੀ ਵਿੱਦਿਆ ਉਹ ਮੁਕਤ ਨਹੀਂ ਹੋ ਰਹੇ ਨੇ ਆਪਣੇ ਡਿਪਰੈਸ਼ਨ ਤੋਂ, ਆਪਣੀਆਂ ਗਲਤ ਆਦਤਾਂ ਤੋਂ। ਆਪਾਂ ਵਿੱਚ ਵੀ ਬਹੁਤ ਗਲਤ ਆਦਤਾਂ ਨੇ, ਸੋ ਸਾਨੂੰ ਗੁਰਮਤਿ ਦਾ ਸਹਾਰਾ ਲੈਣਾ ਪੈਣਾ। ਤੋ ਉਸ ਤੋਂ ਬਾਅਦ ਆਪਾਂ ਜਿਵੇਂ ਗੁਰੂ ਸਾਹਿਬ ਨੇ ਉਹ ਮੁਕਤ ਕੀਤੇ ਨੇ, ਉਵੇਂ ਸਾਨੂੰ ਅਸੀਂ ਵੀ ਮੁਕਤ ਹੋਵਾਂਗੇ ਜਦੋਂ ਅਸੀਂ ਗੁਰਮਤਿ ਦੇ ਅਧੀਨ ਗੁਰਮਤਿ ਤੋਂ ਸਿੱਖ ਕੇ ਅਸੀਂ ਐਜੂਕੇਸ਼ਨ ਟੀਚ ਕਰਾਂਗੇ ਤਾਂ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਉਸ ਚੀਜ਼ ਦਾ। ਥੈਂਕ ਯੂ। ਸੋ ਡੀਅਰ ਟੀਚਰਸ, ਆਈ ਡੋਂਟ ਹੈਵ ਐਨੀ ਵਰਡਸ ਟੂ ਸੇ, ਬਸ ਇੰਨਾ ਕਹਿ ਸਕਦਾ ਕਿ ਅਸੀਂ ਬੜੇ ਭਾਗੀਸ਼ਾਲੀ ਹਾਂ ਕਿ ਅਸੀਂ ਤੁਹਾਡੇ ਨਾਲ ਖੜ ਗਏ 2 ਮਿੰਟ ਲਈ, ਠੀਕ ਹੈ। ਔਰ ਤੁਹਾਡਾ ਵਿਚਾਰ ਮੈਂ, ਇੱਕ ਮਿੰਟ ਬੇਨਤੀ ਹੈ, ਇੱਕ ਮਿੰਟ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਨਾ ਚਾਹੁੰਦਾ। ਜਦੋਂ ਮੈਂ ਪੰਜਾਬ ਤੋਂ ਬਾਹਰ ਜਾਂਦਾ, ਮੈਨੂੰ ਬਹੁਤ ਮੌਕਾ ਮਿਲਦਾ ਅਤੇ ਉਹ ਮੈਨੂੰ ਸ਼ਕਲ ਸ਼ੁਕਲ ਦੇਖ ਕੇ ਕੋਈ ਕਹਿੰਦਾ ਵੀ ਇੱਧਰ ਤਾਂ ਨਹੀਂ ਆਉਣਾ, ਜਦ ਮੈਂ ਪੰਜਾਬੀ ਬੋਲਦਾ ਮੈਂ ਪੰਜਾਬ ਤੋਂ ਹੈ ਤਾਂ ਕਹਿੰਦਾ ਜੀ ਬੱਲੇ ਬੱਲੇ। ਮੈਂ ਕਿਹਾ ਹਾਂ, ਬਾਕੀ ਸਾਰੇ ਥੱਲੇ ਥੱਲੇ। ਕਹਿੰਦਾ ਥੱਲੇ ਥੱਲੇ ਮੀਨਸ? ਮੈਂ ਕਿਹਾ ਨੀਚੇ ਨੀਚੇ। ਫਿਰ ਕਹਿੰਦੇ ਤੁਸੀਂ ਕਨੇਡਾ ਜਾਣਾ? ਮੈਂ ਕਿਹਾ ਨਹੀਂ। ਫਿਰ ਪੁੱਛਦੇ, ਸਾਡੀ ਛਵੀ ਇਹੋ ਜਿਹੀ ਬਣ ਗਈ ਹੈ ਜਿਹੜਾ ਦੁੱਖ ਲੱਗਦਾ ਕਹਿੰਦੇ ਹੋਏ, ਐਸਾ ਸੰਗੀਤ ਸਾਡੀ ਪੀੜ੍ਹੀ ਨੂੰ ਪਰੋਸ ਕੇ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਮੈਂ ਨਹੀਂ ਸਮਝਦਾ ਕਿ ਸਾਡੀ ਸੱਭਿਅਤਾ ਦਿਖਦੀ ਹੈ। ਸਹੀ ਕਹਿ ਰਿਹਾ ਮੈਂ? ਡੀਅਰ ਟੀਚਰਸ, ਸਰ ਨੇ ਇੰਨੀ ਵਧੀਆ ਗੱਲਾਂ ਕੀਤੀਆਂ, ਮੇਰੀ ਵਰਕਸ਼ਾਪ 'ਚ ਤਾਂ ਅੱਜ ਤੱਕ ਹੋਈਆਂ ਨਹੀਂ। ਜੇ ਮੈਂ ਇਹਨਾਂ ਨੂੰ ਬੇਨਤੀ ਨਾ ਕਰਦਾ, ਰੁਪਿੰਦਰ ਸਰ ਨੂੰ, ਅਰੁਣ ਸਰ ਨੂੰ, ਠੀਕ ਬੋਲ ਰਿਹਾ, ਤਾਂ ਸ਼ਾਇਦ ਆਪਾਂ ਸਾਰੇ ਵਾਂਝੇ ਰਹਿ ਜਾਂਦੇ ਇਸ ਚੀਜ਼ ਤੋਂ। ਤਾਂ ਬਹੁਤ ਸਾਰੇ ਅਜਿਹੇ ਟੀਚਰਸ ਨੇ, ਮੈਂ ਕਿਉਂਕਿ ਤੁਹਾਨੂੰ ਨਹੀਂ ਜਾਣਦਾ, ਠੀਕ ਹੈ, ਮੈਂ ਤਾਂ ਇੱਕ ਜ਼ਰੀਆ ਹੈ, ਇੱਕ ਕਹਿ ਲਓ ਇੱਕ ਮੌਕਾ ਹੈ ਵੀ ਚਲ ਮੇਰੇ ਥਰੂ ਇਹ ਪ੍ਰੋਗਰਾਮ ਹੋ ਗਿਆ, ਇਹ ਵਰਕਸ਼ਾਪ ਹੋ ਗਈ। ਮੈਂ ਇਹਨੂੰ ਵਰਕਸ਼ਾਪ ਕਹਾਂ ਕੀ ਕਹਾਂ, ਮੈਂ ਨਹੀਂ ਜਾਣਦਾ, ਬਟ ਇੰਨਾ ਪਤਾ ਹੈ ਕਿ ਦਿਲੋਂ ਬੋਲੋਂਗੇ ਤਾਂ ਦੁਨੀਆ ਦਿਲੋਂ ਸੁਣੇਗੀ, ਦਿਲੋਂ ਪੜ੍ਹਾਓਗੇ ਤਾਂ ਬੱਚਾ ਦਿਲੋਂ ਪੜ੍ਹੇਗਾ। ਜੇ ਤੁਹਾਡੀ ਭਾਵਨਾ ਸਹੀ ਹੈ, ਤੁਹਾਡਾ ਉਚਾਰਨ ਗਲਤ ਹੋ ਸਕਦਾ, ਪਰ ਜੇ ਤੁਹਾਡੀ ਭਾਵਨਾ ਸਹੀ ਹੈ ਔਰ ਬੱਚੇ ਨੂੰ ਤੁਸੀਂ ਦਿਲੋਂ ਸਮਝਾ ਰਹੇ ਹੋ, ਤੁਸੀਂ ਕਿਸੇ ਨਾਲ ਦਿਲੋਂ ਮਿਲ ਰਹੇ ਹੋ, ਤਾਂ ਮੇਰੇ ਹਿਸਾਬ ਦੇ ਵਿੱਚ ਉਹਦੇ 'ਚ ਰੱਬ ਵੱਸਦਾ ਹੈ, ਹੈ ਨਾ ਸਰ? ਟੀਚਰਸ, ਮੈਂ ਬੜਾ ਕੁਛ ਦੇਖਦਾ ਸਮਾਜ ਦੇ ਵਿੱਚ, ਇੰਨੇ ਗੁਣਵਾਨ ਸ਼ਖਸੀਅਤਾਂ ਨਾਲ ਖੜ ਕੇ ਥੋੜ੍ਹਾ ਜਿਹਾ ਇੱਕ ਗੱਲ ਕਹਿਣਾ ਚਾਹੁੰਦਾ। ਸਾਡੀ ਬੱਚਿਆਂ ਦੀ ਕੰਡੀਸ਼ਨਿੰਗ ਠੀਕ ਨਹੀਂ ਹੈ। ਅਸੀਂ ਬੱਚਿਆਂ ਨੂੰ ਮੋਬਾਈਲ ਤੋਂ, ਇੰਟਰਨੈਟ ਤੋਂ ਬਾਰ ਬਾਰ ਰੋਕਦੇ ਹਾਂ। ਮੈਂ ਕਹਿੰਦਾ ਨਾ ਰੋਕੋ, ਉਹਨਾਂ ਦੀ ਕੰਡੀਸ਼ਨਿੰਗ ਕਰੋ ਕਿ ਬੇਟਾ ਇਹਦੇ 'ਚ ਸਭ ਕੁਝ ਮਿਲੇਗਾ ਤੈਨੂੰ, ਇਹ ਤੇਰੀ ਇੱਛਾ ਹੈ ਕਿ ਤੂੰ ਕੀ ਲੈਣਾ। ਫਿਰ ਆਂਤਰਿਕ ਜਿਹੜੀ ਸਿਸਟਮ ਦੇ ਅੰਦਰ ਇੱਕ ਘਟੀਆ ਪੋਲਿਟਿਕਸ ਐਂਟਰ ਕਰ ਜਾਂਦੀ ਹੈ ਵਿੱਦਿਅਕ ਅਦਾਰਿਆਂ ਦੇ ਵਿੱਚ, ਉਹ ਵਿੱਦਿਅਕ ਅਦਾਰੇ ਨੂੰ ਜਾਂ ਕਿਸੇ ਵੀ ਪਰਿਵਾਰ ਨੂੰ ਉਹ ਦਿਮਕ ਦੀ ਤਰ੍ਹਾਂ ਖਾ ਜਾਂਦੀ, ਪਤਾ ਲੱਗਦਾ ਨਹੀਂ, ਅੰਦਰੋਂ ਅੰਦਰ ਖੋਖਲਾ ਕਰ ਦਿੰਦੀ ਹੈ। ਅਸੀਂ ਸਾਰੇ ਅਧਿਆਪਕ ਜੇ ਇੱਕ ਪ੍ਰਣ ਕਰ ਲਈਏ ਕਿ ਅਸੀਂ ਆਪਣਾ 100% ਦੇਣਾ ਅਤੇ ਜਿੱਥੇ ਇੱਕ ਦੂਜੇ ਤੋਂ ਅਸੀਂ ਗਿਆਨ ਲੈ ਸਕਦੇ ਹਾਂ, ਜਿਵੇਂ ਸਰ
ਮੇਰੇ ਹਿਸਾਬ ਨਾਲ ਸਰ ਨੇ ਇੰਨੀ ਵਧੀਆ ਗੱਲਾਂ ਕੀਤੀਆਂ, ਬਹੁਤ ਸਾਰੇ ਲੋਕ ਹੈਰਾਨ ਹੋਏ ਹੋਣਗੇ ਜੇ ਕਿਸੇ ਨੇ ਪਹਿਲੀ ਵਾਰ ਸੁਣਿਆ ਕਿ ਸਾਡੇ ਕੁਲੀਗ ਨੇ ਔਰ ਇੰਨਾ ਕੁਛ ਹੈ. ਐਮ ਆਈ ਰਾਈਟ? ਹਾਊ ਮੈਨੀ ਪੀਪਲ ਹੈਵ ਲਿਸਨਡ ਹਿਮ ਫਸਟ ਟਾਈਮ? ਜਸਟ ਰੇਜ਼ ਹੈਂਡ. ਮਜ਼ੋਰਿਟੀ ਪੀਪਲ ਯੂ ਆਰ, ਹਾਂਜੀ, ਅਬ ਨਏ ਆਏ ਨੇ. ਰੁਪਿੰਦਰ ਸਰ ਦੀ ਜਿਹੜੀ ਆ ਦੋ ਪੋਇਮ ਸੀਗੀਆਂ, ਮਤਲਬ ਇੰਨਾ ਇਮੋਸ਼ਨਲ ਕਰ ਦਿੱਤਾ ਸੀ ਉਹਨਾਂ ਨੇ ਕਿ ਬਹੁਤ ਅੱਛਾ ਲੱਗਿਆ. ਅਤੇ ਰੁਪਿੰਦਰ ਸਰ ਦੀ ਪੋਇਮ ਕਿਸੇ ਨੇ ਸੁਣੀ ਹੈ ਪਹਿਲਾਂ? ਬਿਗ ਰਾਊਂਡ ਆਫ ਅਪਲਾਸ ਫੋਰ ਰੁਪਿੰਦਰ ਸਰ ਐਂਡ ਅਰੁਣ ਸਰ. ਸਰ ਥੈਂਕ ਯੂ ਵੈਰੀ ਮਚ, ਧੰਨਵਾਦ ਬਹੁਤ ਬਹੁਤ. ਇੱਕ ਨਾ ਸਾਡੇ ਪਰਿਵਾਰ ਦੇ ਵਿੱਚ ਮਾਹੌਲ ਵਧੀਆ ਨਹੀਂ ਹੁੰਦਾ. ਬੱਚਾ ਸੈਲਫ ਸਟੱਡੀ ਕਿੱਥੇ ਕਰਦਾ? ਘਰ ਜਾ ਕੇ. ਜਿਵੇਂ ਹੁਣੀ ਮੈਂ ਡਾਇਰੈਕਟਰ ਸਾਹਿਬ ਨਾਲ ਲੰਚ ਕੀਤਾ ਅਤੇ ਕਹਿੰਦੇ ਸਾਰੇ, ਮੈਂ ਕਿਹਾ ਸਾਰੇ ਖਾਣਾ ਬਹੁਤ ਟੇਸਟੀ ਹੈ. ਕਹਿੰਦੇ ਸਾਡੀ ਮੈਸ ਤੋਂ ਆਇਆ. ਕਹਿੰਦੇ ਸਾਡੀ ਮੈਸ ਬੱਚੇ ਪੜ੍ਹਦੇ ਨੇ, ਖਾਣਾ ਖਾਂਦੇ ਨੇ, ਰਹਿੰਦੇ ਨੇ. ਮੈਂ ਕਿਹਾ ਸਰ ਬੜਾ ਐਕਸਪੈਂਸਿਵ ਫੂਡ ਪੈਂਦਾ ਹੋਣਾ. ਕਹਿੰਦੇ ਸਰ ਤੁਸੀਂ ਯਕੀਨ ਨਹੀਂ ਕਰੋਗੇ, ਜੋ ਉਹਨਾਂ ਨੇ ਮੈਨੂੰ ਧਨ ਰਾਸ਼ੀ ਦੱਸੀ, ਮੈਂ ਬਿਲੀਵ ਨਹੀਂ ਕਰਦਾ ਕਿ ਉਹਦੇ 'ਚ ਏਸੀ ਵਿੱਚ ਵੀ ਬੱਚੇ ਰਹਿ ਰਹੇ ਆ, ਇੰਨਾ ਵਧੀਆ ਖਾਣਾ ਵੀ ਖਾ ਰਹੇ ਹੈ ਐਂਡ ਨਾਲ ਪੜ੍ਹਾਈ ਵੀ ਕਰ ਰਹੇ ਆ. ਤਾਂ ਮੇਰਾ ਇੱਕ ਵਾਅਦਾ ਹੈ ਤੁਹਾਡੇ ਸਕੂਲ ਨਾਲ, ਸਾਰੇ ਦਸ਼ਮੇਸ਼ ਗਰੁੱਪ ਨਾਲ. ਮੈਨੂੰ ਥੋੜ੍ਹੀ ਬਹੁਤ ਫਿਜ਼ਿਕਸ ਮੈਂ ਆਪਣੇ ਗੁਰੂ ਪ੍ਰੋਫੈਸਰ ਸੁਰਿੰਦਰ ਲਾਲ ਕੋਲੋਂ ਸਿੱਖੀ ਹੈ, ਜਿਹੜੇ ਕਿ ਪ੍ਰਦੀਪ ਫੰਡਾਮੈਂਟਲ ਫਿਜ਼ਿਕਸ ਦੇ ਔਥਰ ਹੈ. ਅਤੇ ਇੱਕ ਉਹਨਾਂ ਨੇ ਮੈਨੂੰ ਮੌਕਾ ਵੀ ਦਿੱਤਾ ਨਿਊ ਏਰਾ ਫਿਜ਼ਿਕਸ ਦੇ ਵਿੱਚ ਲਿਖਣ ਦਾ. ਪ੍ਰਦੀਪ ਫੰਡਾਮੈਂਟਲ ਬੜੀ ਫੇਮਸ ਕਿਤਾਬਾਂ ਰਹੀਆਂ ਨੇ, ਸ਼ਾਇਦ ਸਾਇੰਸ ਵਾਲੇ ਜਾਣਦੇ ਹੋ. ਅਗਰ ਤੁਸੀਂ ਮੇਰੇ ਯੂਟਿਊਬ ਚੈਨਲ 'ਚ ਜਾਓਗੇ ਤਾਂ ਮਾਈ ਇੰਸਪੀਰੇਸ਼ਨ 'ਚ ਮੇਰੇ ਸਰ, ਮੇਰੇ ਪ੍ਰਿੰਸੀਪਲ ਸਰ, ਮੇਰੇ ਮੈਥ ਸਰ ਅਤੇ ਕੁਛ ਸਟੂਡੈਂਟਸ ਔਰ ਕੁਛ ਸ਼ਖਸੀਅਤਾਂ ਨੇ ਕੁਛ ਮੈਸੇਜ ਵੀ ਦਿੱਤੇ ਨੇ, ਤੁਹਾਡੇ ਵਰਗੀ ਸ਼ਖਸੀਅਤਾਂ ਨੇ. ਤਾਂ ਉਹ ਮੇਰੇ ਲਈ ਬਹੁਤ ਇੱਕ ਐਂਡੋਰਫਿਨ, ਇੱਕ ਹਾਰਮੋਨ ਹੁੰਦਾ. ਬਾਇਓ ਵਾਲੇ ਟੀਚਰਸ ਜਾਣਦੇ ਹੋਣਗੇ, ਬਾਇਓ ਵਾਲੇ ਜਰਾ ਰੇਜ਼ ਹੈਂਡ ਪਲੀਜ਼. ਬਾਇਓ ਟੀਚਰਸ, ਹਾਂ ਮੈਮ, ਉਹਦੇ 'ਚ ਨਾ ਮੇਰੇ ਤੋਂ ਕੁਛ ਪੁੱਛਣਾ, ਮੈਨੂੰ ਅਮਿਤਬੇ ਤੋਂ ਸਵਾਲ ਕੁਛ ਨਹੀਂ ਆਉਂਦਾ, ਉਹਦੀ ਕੋਈ ਸ਼ੇਪ ਨਹੀਂ ਹੁੰਦੀ. ਠੀਕ ਹੈ, ਆਪਾਂ ਇੱਕ ਪਰਿਵਾਰ ਹੈ. ਦੇਸ਼ ਨੂੰ ਨਾ ਦੇਸ਼ ਨੂੰ ਫੌਜੀ ਚਾਹੀਦਾ ਹੈ, ਦੇਸ਼ ਨੂੰ ਇਨਫਰਾਸਟ੍ਰਕਚਰ ਚਾਹੀਦਾ ਹੈ. ਮੈਂ ਕਹਿੰਦਾ ਦੇਸ਼ ਨੂੰ ਸਭ ਤੋਂ ਵਧੀਆ ਟੀਚਰ ਚਾਹੀਦੇ ਹੈ ਅੱਜ ਦੀ ਡੇਟ 'ਚ. ਮੈਂ ਇੰਨੇ ਸਕੂਲਾਂ 'ਚ ਜਾਣਾ, ਕਿਆ ਬਣੇਗਾ? ਸਰ ਮੈਂ IAS ਬਣੂੰਗਾ, ਮੈਂ ਫੌਜ ਮੈਂ ਜਾਊਂਗਾ, ਮੈਂ ਡਾਕਟਰ ਬਣੂੰਗਾ. ਮੈਨੂੰ ਲੱਗਦਾ 100 ਚੋਂ 0.5% ਨਹੀਂ ਬੋਲਦੇ ਕਿ ਮੈਂ ਟੀਚਰ ਬਣੂੰਗਾ. ਐਮ ਰਾਈਟ? ਟੀਚਰਸ ਬਾਏ ਚੋਇਸ ਜਦੋਂ ਅਸੀਂ ਦੇਖਦੇ ਹਾਂ, ਨਿਤਿਨ ਸਰ ਖੜ੍ਹੇ ਹੈ, ਹੁਣੀ ਪਹਿਲਾਂ ਮੇਰੇ ਹਮੀਰਪੁਰ ਵਾਲੇ ਫਰੈਂਡ ਖੜ੍ਹੇ ਸੀਗੇ, ਵਿਨੋਦ ਜੀ ਐਂਡ ਬਾਕੀ ਟੀਚਰਸ. ਇੱਕ ਹੁੰਦਾ ਟੀਚਰ ਬਾਏ ਫੋਰਸ, ਮੈਂ ਟੀਚਰ ਬਾਏ ਚੋਇਸ ਬਣਿਆ. ਮੈਂ ਇੰਜੀਨੀਅਰਿੰਗ ਕੀਤੀ ਤਾਂ ਸਾਡੇ ਰੁੜਕੀ ਯੂਨੀਵਰਸਿਟੀ IIT ਦੇ ਵਿੱਚ ਇੱਕ ਬੰਦਾ ਮੋਟਰਸਾਈਕਲ ਲਿਆ, YAMAHA RX 100. ਬੱਚਿਆਂ ਦੇ ਵਿੱਚ ਬੜੀ ਰੇਸ ਹੁੰਦੀ ਹੈ ਵੀ ਇਹ ਲਿਆਇਆ ਤਾਂ ਮੈਂ ਵੀ ਲਿਆਵਾਂ. ਤਾਂ ਮੈਂ ਆਪਣੇ ਫਾਦਰ ਨੂੰ ਕਿਹਾ ਕਿ 16,108 ਰੁਪਏ ਦਾ ਨਵਾਂ ਆਉਂਦਾ, ਮੈਨੂੰ ਯਾਮਾ ਚਾਹੀਦਾ. ਕਹਿੰਦੇ ਅਜਾ ਦੋ ਪਏ. ਕਹਿੰਦਾ ਪੂਤ ਕਪੂਤ ਤੋ ਕਿਆ ਸੰਚੇ, ਪੂਤ ਸਪੂਤ ਤੋ ਕਿਆ ਸੰਚੇ, ਆਪ ਹੀ ਕਰ ਲਈ. ਮੈਂ ਸਾਡੀ ਜਿਹੜੀ ਮੈਸ ਸੀਗੀ ਉਹਦੇ ਵਿੱਚ 95% IIT ਦੇ ਵਿੱਚ ਉਸ ਟਾਈਮ 'ਚ ਸਾਊਥ ਇੰਡੀਅਨ ਹੁੰਦੇ ਸੀ. ਉਹਨਾਂ ਦੀ ਮੈਸ 'ਚ ਮੀਨੂ ਕਿਆ ਹੁੰਦੀ ਸੀ? ਇਡਲੀ, ਸਾਂਬਰ, ਬੜਾ, ਡੋਸਾ,
ਉਹ ਸਾਡੇ ਅਸੀਂ ਹੈਗੇ ਮੱਕੀ ਦੀ ਰੋਟੀ ਸਰੋਂ ਦੇ ਸਾਗ ਖਾਣ ਵਾਲੇ ਬੰਦੇ, ਮੈਨੂੰ ਬੜੀ ਔਖੀ ਹੁੰਦੀ ਸੀ। ਮੈਂ ਬਾਹਰ ਖਾਣਾ ਲਾ ਲਿਆ ਅਤੇ ਉੱਥੇ ਇੱਕ ਆਰਮੀ ਦੇ ਆਫਿਸਰ ਮਿਲੇ, ਉਹ ਕਹਿੰਦੇ ਯੂਅਰ ਸਟੂਡੈਂਟ, ਮੈਂ ਕਿਹਾ ਯੈਸ ਸਰ, ਕਹਿੰਦਾ ਵੁੱਡ ਯੂ ਲਾਈਕ ਟੂ ਵੀ ਨੀਡ ਸਮ ਗੁੱਡ ਟੀਚਰ ਟੂ ਟੀਚ ਹੋਮ ਟਿਊਸ਼ਨ। ਮੈਂ ਕਿਹਾ ਹਾਂ ਮਿਲ ਜਾਏਗਾ। ਕਹਿੰਦੇ ਵਿਨ? ਮੈਂ ਕਿਹਾ ਜੀ ਸਰ ਗਿਵ ਮੀ ਦਾ ਐਡਰੈਸ, ਆਈ ਵਿਲ ਕਮ ਐਂਡ ਵਿਦ ਦਾ ਟੀਚਰ। ਤਾਂ ਮੈਂ ਚਲਾ ਗਿਆ। ਮੈਂ ਕਿਹਾ ਜੀ ਮੈਂ ਹੀ ਪੜ੍ਹਾਉਣਾ। ਮੇਰੇ ਕੋਲ ਇੱਕ ਸਾਈਕਲ ਹੁੰਦੀ ਸੀ, A1 ਸਾਈਕਲ, ਮੈਨੂੰ ਯਾਦ ਹੈ। ਉਹ ਫਾਦਰ ਨੇ ਪਹਿਲੀ 24 ਇੰਚ ਦੀ ਲੈਤੀ ਸੀ, ਕਦ ਮੇਰਾ ਛੋਟਾ ਸੀ ਉਦੋਂ, ਉਹ ਬੜਾ ਔਖਾ ਚੜ੍ਹਦਾ ਸੀ ਮੈਂ। ਉਹ ਕਹਿੰਦੇ ਵੀ ਪਹਿਲਾਂ ਪਤਾ ਕੀ ਹੁੰਦਾ ਸੀ, ਪੈਂਟ ਵੀ ਨਾ ਐਸੀ ਸਿਲਾਉਂਦੇ ਸੀ ਨੀਚੋਂ 2-3 ਫੋਲਡ ਹੋ ਜਾਂਦੇ ਵੀ ਜੋ ਜੋ ਲੰਬਾ ਹੋਏਗਾ ਕਰ ਦਾਂਗੇ। ਹੁੰਦਾ ਦੇਖੋ ਬਾਈ, ਮੈਂ ਤਾਂ ਦੇਖੋ ਬਈ ਜ਼ਮੀਨ ਨਾਲ ਗੱਲ ਕਰਦਾ ਐਂ ਵੀ। ਸਾਡੇ ਕੋਲ ਤਾਂ ਵਿਆਹ 'ਚ ਵੀ ਅਸੀਂ ਖਾਕੀ ਪੈਂਟ ਚਿੱਟੀ ਕਮੀਜ਼ ਹੀ ਕਈ ਵਾਰ ਪਾ ਜਾਂਦੇ ਸੀ ਸਕੂਲ ਦੀ, ਅਤੇ ਅਗਲਾ ਕਹਿੰਦਾ ਸੀ ਤੇਰੇ ਕੋਲ ਇਹ ਕੱਪੜੇ? ਹਾਂਜੀ ਹੈਗੇ ਆ। ਮੇਰੀ ਮਾਂ ਪ੍ਰਿੰਸੀਪਲ ਸੀ, ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਕਿ ਕੁੱਟੀ ਖਾਧੀ ਹੈ ਅਸੀਂ, ਜੇ ਕੁਛ ਮੰਗਣਾ ਤਾਂ ਪੈਂਦੇ ਹੀ ਹੁੰਦੇ ਸੀ। ਅੱਜ ਕੱਲ੍ਹ ਦੀ ਡੇਟ 'ਚ ਹਲਕਾ ਜਿਹਾ ਕੋਈ ਥੱਪੜ ਮਾਰ ਦੇ, ਬ੍ਰੇਕਿੰਗ ਨਿਊਜ਼ ਬਣ ਜਾਂਦੀ ਹੈ, ਖੂੰਖਾਰ ਅਧਿਆਪਕ। ਮੇਰਾ ਪਹਿਲਾ ਬੈਗ ਜਿਹੜਾ ਸੀਗਾ ਉਹ ਮੇਰੀ ਪੁਰਾਣੀ ਪੈਂਟ ਤੋਂ ਬਣਾ ਕੇ ਬਣਾਇਆ ਗਿਆ ਸੀ, ਮੰਮੀ ਨੇ ਬਣਾਇਆ। ਸਰ ਮੈਂ ਤੁਹਾਨੂੰ ਰੋਕ ਰਿਹਾ ਥੋੜ੍ਹੀ ਦੇਰ ਲਈ, ਮੈਂ ਵਿੱਚ ਮੈਂ ਐਕਚੁਲੀ ਪੰਜਾਬੀ ਹੋਣ ਦੇ ਨਾਤੇ ਨਾ ਮੈਂ ਭਾਵੁਕ ਬੜਾ, ਅਤੇ ਉਹ ਪੰਜਾਬੀ ਕਿਹਾ ਜਾਓ ਇਮੋਸ਼ਨਲ ਨਾ ਹੋਵੇ। ਦੋ ਬੰਦੇ ਸੜਕ 'ਤੇ ਲੜ ਰਹੇ ਨਾ ਆਪਸ 'ਚ, ਪੰਜਾਬੀ ਬੰਦਾ ਉੱਤਰ ਜਾਏਗਾ ਕੀ ਹੋ ਗਿਆ, ਕਿ ਜੀ ਇਹਨੇ ਮੈਨੂੰ ਇੱਦਾਂ ਕਿਹਾ, ਤੂੰ ਮੈਨੂੰ ਕਹਿ ਕੇ ਦਿਖਾ। ਉਹ ਆਪਸ 'ਚ ਲੜ ਪੈਣਗੇ, ਜਿਹਨੂੰ ਕੁੱਟ ਰਿਹਾ ਉਹ ਚਲਾ ਜਾਂਦਾ। ਤਾਂ ਐਨੀਵੇ, ਦੇਸ਼ ਦੇ ਲਈ ਸਭ ਤੋਂ ਜ਼ਿਆਦਾ ਸ਼ਹਾਦਤਾਂ ਵੀ ਅਸੀਂ ਦਿੱਤੀਆਂ ਨੇ, ਠੀਕ ਹੈ। ਔਰ ਸਾਨੂੰ ਕਦੇ ਨਾ ਕਦੇ ਅਸੀਂ ਮਹਿਸੂਸ ਕਰਦੇ ਕਿ ਸਾਨੂੰ ਉਹ ਮਾਨ ਤੋਂ ਅਸੀਂ ਵਾਂਝੇ ਹੈ ਜਿਸ ਮਾਨ ਦੇ ਅਸੀਂ ਹੱਕਦਾਰ ਹੈ। ਐਨੀਵੇ, ਆਪਣੇ ਪਰਿਵਾਰ ਦੇ ਵਿੱਚ ਬੱਚਾ ਸੈਲਫ ਸਟੱਡੀ ਕਰਦਾ ਹੈ, ਮਾਹੌਲ ਬੜਾ ਨੈਗੇਟਿਵ ਹੁੰਦਾ ਜਨਰਲੀ। ਅੱਜ ਦੀ ਪੀੜ੍ਹੀ ਜਿਹੜੀ ਹੈ ਉਹਦੇ 'ਚ ਇੱਕ ਸਮੱਸਿਆ ਆਉਂਦੀ ਹੈ ਕਿ ਦਾਦਾ ਦਾਦੀ ਨਾਨਾ ਨਾਨੀ ਨਿਗਲੈਕਟਡ ਰਹਿੰਦੇ ਨੇ। ਮੈਂ ਆਪ ਜੀ ਨੂੰ ਇੱਕ ਰਿਕੁਐਸਟ ਕਰੂੰਗਾ, ਛੋਟੇ ਬੱਚਿਆਂ ਨੂੰ ਕਹੋ ਕਿ ਅਗਰ ਸਕੂਲ ਅਲਾਓ ਕਰਦਾ ਹੈ ਕਿ ਹਰ ਹਫ਼ਤੇ ਵੀਕਐਂਡ 'ਤੇ ਬਜ਼ੁਰਗਾਂ ਦੇ ਨਾਲ ਇੱਕ ਸੈਲਫੀ ਪਾਇਆ ਕਰੋ ਔਰ 10 ਮਿੰਟ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਬਿਤਾਇਆ ਕਰੋ। ਹਾਊ ਇਜ਼ ਇਟ? ਮੈਨੂੰ ਤਾਂ ਬੜਾ ਫਾਇਦਾ ਹੁੰਦਾ ਸੀ। ਮੇਰੀ ਜਿਹੜੀ ਦਾਦੀ ਸੀ ਉਹ ਮੇਰੀ ਮਾਂ ਦੀ ਚੁਗਲੀਆਂ ਕਰ ਦਿੰਦੇ ਸੀ, ਅਤੇ ਮੈਂ ਕਹਿੰਦਾ ਸੀ ਹਾਂ ਮੈਨੂੰ ਵੀ ਇੱਦੀ 50 ਰੁਪਏ ਦੇਣਾ। ਅਤੇ ਮਾਂ ਕੋਲ ਜਾਣਾ, ਮੈਂ ਕਿਹਾ ਅੱਜ ਦਾਦੀ ਨੇ ਨਾ ਮੈਨੂੰ 50 ਰੁਪਏ ਦਿੱਤੇ ਆ। ਅੱਛਾ, ਲੈ 100 ਰੁਪਏ, ਤਾਂ ਆਪਣਾ ਫਾਇਦਾ ਹੋ ਜਾਂਦਾ ਸੀ। ਬਟ ਇਹ ਜ਼ਰੂਰ ਹੈ ਕਿ ਬਜ਼ੁਰਗ ਜਿਹੜੇ ਨੇ ਉਹ ਅੱਜ ਦੀ ਦਿਹਾੜੀ ਦੇ ਵਿੱਚ ਘਰ ਵਿੱਚ ਇੱਦਾਂ ਨੇ ਜਿਵੇਂ ਹਲਵਾਈ ਦੀ ਦੁਕਾਨ 'ਤੇ ਬੂੰਦੀ ਵਾਲਾ ਲੱਡੂ ਕਿਤੇ ਨੀਚੇ ਪਿਆ, ਉਹਨੂੰ ਵਿਚਾਰੇ ਨੂੰ ਕੋਈ ਖਾਂਦਾ ਹੀ ਨਹੀਂ। ਬੱਚੇ ਕੀ ਖਾਂਦੇ? ਮੋਮੋਸ, ਪੀਜ਼ਾ, ਬਰਗਰ। ਡਾਇਟ ਸਾਡੀ ਐਸੀ ਹੋ ਗਈ ਹੈ ਕਿ ਜੈਸਾ ਅਸੀਂ ਅੰਨ ਖਾਵਾਂਗੇ ਉਸ ਤਰ੍ਹਾਂ ਦੀ ਸਾਡਾ ਬ੍ਰੇਨ ਡਿਵੈਲਪ ਹੁੰਦਾ ਹੈ। ਫੂਡ ਸਾਡੇ ਬੱਚੇ ਉਹ ਨਹੀਂ ਖਾ ਰਹੇ। ਕਿਸੇ ਦੇ ਘਰ 'ਚ ਹਲਵਾ ਬਣੇ, ਅਗਲਾ ਕਹਿੰਦਾ ਜੀ ਕੋਈ ਮੱਥਾ ਟੇਕਣ ਗਏ ਸੀ, ਮਤਲਬ ਹਲਵੇ ਨੂੰ ਐਂ ਲੈਣ ਲੱਗ ਜਾਂਦੇ ਵੀ ਇਹ ਕੋਈ ਧਾਰਮਿਕ ਅੱਜ ਦਿਨ ਹੋਇਆ, ਤਾਂ ਉਹਨੂੰ ਨਿਗਲੈਕਟਡ ਮੰਨਦੇ ਆ। ਬੱਚੇ ਨੂੰ ਕਹਿੰਦੇ ਬੇਟਾ ਖਾਣਾ ਖਾ ਲਿਆ, ਕੀ ਬਣਿਆ? ਆਹ ਸਬਜ਼ੀ ਬਣੀ ਹੈ, ਨਹੀਂ ਖਾਣਾ ਹੀ। ਥੋੜ੍ਹੀ ਦੇਰ ਬਾਅਦ ਉਹ ਪੀਜ਼ਾ ਡੋਮੀਨੋ ਵਾਲਾ ਸਵਿਗੀ ਵਾਲਾ ਬਾਹਰ ਖੜਾ ਹੈ। ਵੀ ਆਰ ਰਿਸਪੋਂਸੀਬਲ ਫੋਰ ਦੈਟ, ਵੀ ਆਰ ਰਿਸਪੋਂਸੀਬਲ ਫੋਰ ਦੈਟ। ਜੇ ਅਸੀਂ ਆਪਣੇ ਬੱਚੇ ਨੂੰ ਕੰਡੀਸ਼ਨ ਨਹੀਂ ਕਰਾਂਗੇ ਤਾਂ ਸ਼ਾਇਦ ਅਸੀਂ ਸਾਡੀ ਜਿੰਨੀਆਂ ਵੀ ਪੜ੍ਹਾਈਆਂ ਨੇ ਉਹ ਬੇਕਾਰ ਹੈ।
knowledge is not confined to degrees. Knowledge is confined to the observations and the changes. So, dear teachers, sadik plus point bhi hai na, asi teacher bhi hai, student bhi hai, parents bhi hai. Ta ik tarah da sade commonly bahut sariyan cheezan asi understand karde ek dooje naal. Mere naal ik azahi shakshiyat khadi hai, Mr. Nitin. Main jadon itthon nikal ke gaya tab main ਹਰ ਬੰਦੇ ਨੂੰ ਨਾ ਸੈਲਫ ਪ੍ਰੇਜ਼ ਬੜੀ ਚੰਗੀ ਲੱਗਦੀ ਹੈ, ਮੈਨੂੰ ਵੀ ਲੱਗਦੀ ਹੈ। ਮੈਂ ਕਿਹਾ ਸਰ ਵਰਕਸ਼ਾਪ ਕਿਵੇਂ ਹੈ? ਸਰ ਕਹਿੰਦੇ ਮਾਈਂਡ ਬਲੋਇੰਗ। ਹੁਣ ਇਹ ਪਤਾ ਨਹੀਂ ਵੀ ਮਾਈਂਡ ਬਲੋ ਤਾਂ ਨਹੀਂ ਕਰ ਗਿਆ ਕਿਤੇ। ਉਹ ਨਹੀਂ, ਮੈਨੂੰ ਐਕਚੁਅਲੀ ਸਰ ਪੁੱਛਣ ਲੱਗੇ, ਕਹਿੰਦੇ ਸਰ ਉਹ PPT ਕੇ ਲਈ ਚਾਹੀਏ। ਗਗਨ ਮੈਮ ਕਿੱਥੇ ਹੈ? ਵੇਅਰ ਇਜ਼ ਗਗਨ ਮੈਮ? ਮੈਂ ਆਉਣਾ ਜ਼ਰਾ ਇੱਕ ਮਿੰਟ। ਇਹ ਮੈਮ ਨੂੰ ਮਿਲਾਇਆ ਮੈਨੂੰ ਅਤੇ ਕਹਿੰਦੇ ਵੀ ਮੈਮ ਤੁਹਾਨੂੰ ਹੈਲਪ ਕਰਨਗੇ। ਮੈਂ ਕਿਹਾ ਜੀ ਦੇਖੋ, ਇੱਕ ਟੈਲੀਵਿਜ਼ਨ 'ਚ ਖਬਰਾਂ ਆਉਂਦੀਆਂ ਹੁੰਦੀਆਂ, ਉਹਦੇ 'ਚ ਨਾ ਤਾਂ ਕੋਈ ਐਂਕਰ ਹੁੰਦਾ ਨਾ ਕੁਛ ਹੁੰਦਾ। ਪਹਿਲੇ ਇੱਕ ਜਹਾਜ਼ ਇੱਧਰ ਨੂੰ ਗਿਆ, ਛੂ ਫਿਰ ਬ੍ਰੇਕ, ਫਿਰ ਇੱਕ ਬੰਬ ਗਿਰਾ ਤਾ, ਕੋਈ ਨਹੀਂ ਮਿਊਜ਼ਿਕ ਭਰਿਆ ਹੁੰਦਾ, ਇੱਕ ਕਿਮ ਜੋਮ ਦਿਖਾ ਦਿੰਦੇ ਆ ਵੀ ਉਹਨੇ ਮਿਜ਼ਾਈਲਾਂ ਮਾਰਨੀਆਂ। ਉਹ ਮੈਨੂੰ ਕੁਝ ਸਮਝ ਆਉਂਦੇ ਵੀ ਨਿਊਜ਼ ਤਾਂ ਹੈ ਹੀ ਨਹੀਂ। ਜੇ ਮੈਂ PPT ਦਿਖਾਉਣੀ ਹੈ ਉਹ ਤਾਂ ਮੈਂ ਤੁਹਾਨੂੰ ਲਿੰਕ ਦੇ ਦਾਂਗਾ, ਤੁਸੀਂ ਦੇਖ ਲਓ। ਆਪਾਂ ਜੇ PPT ਦਿਖਾਉਂਦੇ ਤਾਂ ਆਪਣੇ ਅਰੁਣ ਸਰ, ਰੁਪਿੰਦਰ ਸਰ, ਨਿਤਿਨ ਸਰ, ਬਾਕੀ ਟੀਚਰਸ ਸਾਹਿਬਾਨ ਜਿੰਨੇ ਵੀ ਆਏ ਆ, ਕਿਆ ਆਪਾਂ ਉਹਨਾਂ ਨੂੰ ਦੇਖ ਸਕਦੇ, ਮਿਲ ਸਕਦੇ? ਸ਼ਾਇਦ ਤੁਸੀਂ ਵੀ ਇਹ ਐਕਸਪੈਕਟ ਕਰ ਰਹੇ ਸੀ ਕਿ PPT ਚੱਲਣਗੀਆਂ, ਹੈ ਨਾ? ਨਾ, ਇਟ ਇਜ਼ ਡਾਇਮੈਟ੍ਰੀਕਲੀ ਆਪੋਜ਼ਿਟ ਟੂ ਵਟ ਯੂ ਵਰ ਥਿੰਕਿੰਗ, ਹੈ ਨਾ? ਡਾਇਮੈਟ੍ਰੀਕਲੀ ਆਪੋਜ਼ਿਟ, ਬਿਕੋਜ਼ ਇਟ ਇਜ਼ ਦ ਮੈਕਸੀਮਮ ਆਪੋਜ਼ਿਟ। ਸੋ ਇੱਕ ਕੁਐਸਚਨ ਪੁੱਛਾ, ਹਾਊ ਇਜ਼ ਦ ਵਰਕਸ਼ਾਪ? ਮਰੀ ਜੀ ਆਵਾਜ਼, ਹਾਊ ਇਜ਼ ਦ ਵਰਕਸ਼ਾਪ? ਕਿੱਡੇ ਬੇਕਾਰ ਬੰਦੇ, ਤਾੜੀਆਂ ਤਾਂ ਵਜਾ ਦਿਓ ਫਿਰ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ ਔਰ ਆਪਣਾ ਪੰਜਾਬ ਦੀਆਂ ਨਦੀਆਂ ਪਾਣੀ ਦੇ ਨਾਲ ਭਰਨ। ਸਾਡੇ ਪੰਜਾਬ ਦੇ ਵਿੱਚ ਹੀ ਕੈਨੇਡਾ ਆਵੇ, ਸਾਡੇ ਪੰਜਾਬ ਦੇ ਵਿੱਚ ਹੀ ਇੰਗਲੈਂਡ ਆਏ, USA ਆਏ, ਸਾਡਾ ਪੰਜਾਬ ਇੰਨਾ ਵਧੀਆ ਬਣ ਜਾਏ ਕਿ ਸਾਡੇ ਹਰ ਘਰ ਦੇ ਵਿੱਚ ਜੋ ਗਿਆਨ ਅਰੁਣ ਸਰ, ਰੁਪਿੰਦਰ ਸਰ ਨੇ ਵੰਡਿਆ ਉਹ ਹਰ ਘਰ ਵਿੱਚ ਹੋਵੇ, ਤਾਂ ਸ਼ਾਇਦ ਨਾ ਅਸੀਂ ਨਸ਼ਿਆਂ ਵੱਲ ਜਾਵਾਂਗੇ, ਨਾ ਅਸੀਂ ਕੈਨੇਡਾ ਵੱਲ ਜਾਵਾਂਗੇ, ਨਾ ਅਸੀਂ ਕਿਸੇ ਨੂੰ ਓਏ ਕਰਕੇ ਬੋਲਾਂਗੇ, ਠੀਕ ਹੈ? ਔਰ ਬਾਹਰਲੀ ਸਟੇਟਾਂ 'ਚ ਪਤਾ ਕੀ ਕਹਿੰਦੇ ਆ ਕਿ ਸਰ ਪੰਜਾਬ 'ਚ ਐਸਾ ਕੀ ਹੈ? ਮੈਂ ਕਿਹਾ ਤਾਂ ਕੋਈ ਭੁੱਖਾ ਨਹੀਂ ਸੁਣਦਾ, ਸਾਡੇ ਦਰਵਾਜ਼ੇ ਚਾਰੋਂ ਪਾਸੇ ਖੁੱਲ੍ਹੇ ਆ, ਜਦੋਂ ਮਰਜ਼ੀ ਆਓ। ਸੋ ਨਿਤਿਨ ਸਰ, ਗਗਨ ਮੈਮ, ਤੁਹਾਨੂੰ ਮੈਂ ਦੁਬਾਰਾ ਬੁਲਾਉਂਗਾ, ਹੈ ਨਾ? ਹਾਂ, ਕਿਉਂਕਿ ਵਿਚਾਰੇ ਫਿਰ ਕਈ ਟੀਚਰ ਕਹਿੰਦੇ ਬੁਲਾ ਕੇ ਸਾਨੂੰ ਖੜ੍ਹਾ ਕਰਤਾ, ਕੋਈ ਫਾਇਦਾ ਨਹੀਂ ਹੈ। ਆਈ ਰਿਕੁਐਸਟ ਯੂ ਟੂ ਜੁਆਇਨ, ਰੀਜੁਆਇਨ, ਕਿਉਂਕਿ ਨਿਤਿਨ ਸਰ ਕਾਫੀ ਦੇਰ ਤੋਂ ਬਰਦਾਸ਼ਤ ਕਰ ਰਹੇ, ਇਸ ਤੋਂ ਪਹਿਲਾਂ ਮੇਰੇ ਘਸੁੰਦ ਠੋਕਣ, ਮੈਂ ਕਿਹਾ ਫੜਾ ਹੀ ਨਹੀਂ। Nothing like that sir, ਬੰਨੂ ਨਾ ਕਰੋ, ਇਹ ਰੱਖੋ, ਨਹੀਂ ਨਹੀਂ ਆਵਾਜ਼ ਆ ਜਾਏਗੀ ਇੱਧਰ, ਉਹ ਨਹੀਂ ਆਉਣੀ ਪਰ ਉਹਦੇ 'ਚ ਨਹੀਂ ਨਾ ਆਉਣੀ। ਚਲੋ ਵੈਲ ਓਕੇ, ਨਾਮ ਤਾਂ ਸੁਣਾਈ ਹੋਊਗਾ। ਸਰ ਨੇ ਮਾਈਕ ਫੜਾਤਾ, ਸਰ ਨੇ ਕਿਹਾ ਸਾਰਿਆਂ ਤੋਂ ਇੱਕ ਇੱਕ ਮੈਥ ਦਾ ਕੁਐਸਚਨ ਪੁੱਛਣਾ, ਤਿਆਰੀਆਂ ਕਰ ਲਓ। ਵੈਲ, ਇੰਨੀਆਂ ਅੱਛੀ ਅੱਛੀਆਂ ਗੱਲਾਂ ਸੁਣਨ ਤੋਂ ਬਾਅਦ, ਰੁਪਿੰਦਰ ਸਰ ਦੀਆਂ, ਅਰੁਣ ਸਰ ਦੀਆਂ, ਲਾਈਕ ਆਈ ਵਾਜ਼ ਥਿੰਕਿੰਗ ਵਟ ਆਈ ਐਮ ਗੋਇੰਗ ਟੂ ਸਪੀਕ, ਨਥਿੰਗ ਲਾਈਕ ਦੈਟ। ਸਰ ਨੇ ਬੜਾ ਅੱਛਾ ਸ਼ੁਰੂ ਕੀਤਾ, ਬਟ ਆਈ ਵੁੱਡ ਲਾਈਕ ਟੂ ਟੈਲ ਸਰ ਕਿ ਸਰ ਨੇ ਕਿਹਾ ਮੈਥ ਟੀਚਰ ਬੜੇ ਸੜੂ ਹੁੰਦੇ ਆ, ਤਾਂ ਮੈਂ ਇੱਥੇ ਕਹਿਣਾ ਚਾਹੂੰਗਾ ਸਰ, ਹੇਅਰ ਇਟ ਇਜ਼ ਡਿਫਰੈਂਟ ਇਨ ਦਸ਼ਮੇ ਸਕੂਲ। ਆਈ ਥਿੰਕ ਟੀਚਰਸ ਵਿਲ ਐਗਰੀ ਵਿਦ ਮੀ, ਲਾਈਕ ਆਰ ਟੀਚਿੰਗ, ਮੈਥਸ ਟੀਚਿੰਗ ਇਜ਼ ਨੋਟ ਲਾਈਕ ਦੈਟ।
students love, they want to attend the math class. That is the beauty of the Dashmesh school, no? Yes. Agree? Yes. Thank you. 2001 ਤੋਂ ਮੈਂ ਪੜ੍ਹਾ ਰਿਹਾ ਇੱਥੇ ਲਗਾਤਾਰ ਦਸ਼ਮੇਸ਼ ਸਕੂਲ 'ਚ, ਔਰ ਇੰਨੇ ਸਾਲਾਂ ਵਿੱਚ ਜੋ ਮੇਨ ਚੀਜ਼ ਮੈਂ ਫੋਲੋ ਕੀਤੀ ਹੈ ਉਹ ਇੱਕੋ ਹੀ ਹੈ ਕਿ ਤੁਸੀਂ ਦਿਲ ਤੋਂ ਪੜ੍ਹਾਓ। ਕੱਲ੍ਹ ਤੋਂ ਹੀ ਕੁਐਸਚਨ ਚੱਲ ਰਿਹਾ ਟੀਚਰ ਬਾਏ ਚੋਇਸ, ਟੀਚਰ ਬਾਏ ਫੋਰਸ, ਤੋ ਆਈ ਐਮ ਟੀਚਰ ਬਾਏ ਚੋਇਸ। ਵੈਨ ਆਈ ਵਾਜ਼ ਇਨ ਨਾਈਨਥ ਕਲਾਸ ਆਈ ਟੋਟ 7th ਸਟੈਂਡਰਡ ਸਟੂਡੈਂਟ, 7th ਕਲਾਸ ਦੇ ਬੱਚੇ ਪੜ੍ਹਾਏ ਮੈਂ ਡਿਊ ਟੂ ਫੈਮਿਲੀ ਕੰਡੀਸ਼ਨਸ ਐਂਡ ਆਲ। ਆਪਣੇ ਕਾਲਜ ਦੀ ਗ੍ਰੈਜੂਏਸ਼ਨ ਦੇ ਦੌਰਾਨ ਵੈਨ ਆਈ ਵਾਜ਼ ਇਨ ਬੀ ਕੌਮ ਫਸਟ ਈਅਰ, ਐਮ ਕੌਮ ਬੀ ਐਡ, ਤਾਂ ਬੀ ਕੌਮ ਫਸਟ ਈਅਰ ਦੇ ਵਿੱਚ ਮੈਂ ਆਪਣੀ ਹੀ ਕਲਾਸ ਦੇ 7 to 8 ਸਟੂਡੈਂਟਸ ਪੜ੍ਹਾਏ ਹੈ, ਜਿਨ੍ਹਾਂ ਵਿੱਚੋਂ ਕੁਝ ਬੱਚੇ ਉਹ ਸੀ ਵਿਦਆਊਟ ਫੀਸ। I never charged them that time because they were from very very poor family. ਤਾਂ ਮੈਂ ਉਹਨਾਂ ਵਿੱਚ ਇੱਕ ਪ੍ਰਪੋਜ਼ਲ ਰੱਖਿਆ ਸੀ ਆਪਣੀ ਫਰੈਂਡ ਸਰਕਲ ਵਿੱਚ ਕਿ ਆਪਾਂ 10 ਜਣੇ ਹੈ, 10 ਦੇ 10 ਜਣੇ ਟਿਊਸ਼ਨ ਜਾਵਾਂਗੇ ਤਾਂ 500 ਦੇ ਹਿਸਾਬ ਨਾਲ 5000 ਪੇ ਕਰਨਾ ਪਏਗਾ, ਅਤੇ ਬਜਾਏ ਇਹਦੇ ਐਂ ਕਰੋ ਕਿ ਆਪਣੇ ਵਿੱਚ ਕੋਈ ਇੱਕ ਜਣਾ ਚਲਾ ਜਾਏ, 5000 ਪੇ ਕਰੇ, ਜੋ ਸਿੱਖ ਕੇ ਆਏ ਉਹ ਅਗਲੇ ਦਿਨ ਸਿਖਾ ਦੇਵੇ। ਤਾਂ ਮੇਰੇ ਨਾਲ ਦੇ 10 ਬੱਚਿਆਂ ਨੇ ਐਗਰੀ ਕੀਤਾ, ਤਾਂ ਸਭ ਨੇ 50-50 ਰੁਪਏ ਕੰਟਰੀਬਿਊਟ ਕੀਤੇ, ਅਤੇ ਉਹਨਾਂ ਨੇ ਮੈਨੂੰ ਚੂਜ਼ ਕੀਤਾ ਕਿ ਤੂੰ ਜਾ ਅਤੇ ਸਿੱਖ ਕੇ ਆ। ਐਂਡ ਬਿਲੀਵ ਮੀ ਕਿ ਮੈਨੂੰ ਬੀ ਕੌਮ ਫਸਟ ਸੈਕਿੰਡ ਥਰਡ ਈਅਰ 'ਚ ਮੇਰੇ ਗੁਰੂ ਰਹੇ ਨੇ ਪ੍ਰੋਫੈਸਰ ਤੇਜਿੰਦਰ ਸਿੰਘ ਜੀ, ਉਹਨੇ ਹੀ ਨੇ ਉਹਨਾਂ ਦੇ ਬੱਚੇ ਮੈਂ ਪੜ੍ਹਾਏ ਹੈ ਇਸੇ ਸਕੂਲ ਵਿੱਚ। ਐਂਡ ਆਈ ਐਮ ਵੈਰੀ ਲੱਕੀ ਕਿ ਮੇਰੇ ਖੁਦ ਦੇ ਟੀਚਰਸ ਦੇ ਬੱਚੇ ਮੇਰੇ ਹੱਥੋਂ ਪੜ੍ਹੇ ਆ, ਚਾਹੇ ਉਹ ਪੂਜਾ ਭੱਲਾ ਮੈਮ ਹੋਣ, ਤੇਜਿੰਦਰ ਸਰ ਹੋਣ, ਅਤੇ ਹੋਰ ਵੀ ਟੀਚਰਸ ਨੇ। ਤਾਂ ਉਹ ਬੱਚੇ ਜਿਨ੍ਹਾਂ ਨੂੰ ਮੈਂ ਪੜ੍ਹਾਇਆ ਉਹ ਬੱਚੇ ਸਾਰੇ ਹੀ ਬਹੁਤ ਹੀ ਅੱਛੇ ਨੰਬਰਾਂ ਨਾਲ ਪਾਸ ਹੋਏ, ਅਤੇ ਉਹ ਮੈਨੂੰ ਪ੍ਰੋਫੈਸਰ ਕਹਿੰਦੇ ਸੀ। ਕਾਲਜ ਵਿੱਚ ਅਕਸਰ ਹੀ ਗੱਲਾਂ ਹੁੰਦੀਆਂ ਸੀ ਬੋਆਇਜ਼ ਗਰਲਜ਼ ਦੀਆਂ ਗੱਲਾਂ ਕਰਦੇ, ਬਟ ਆਈ ਵੁੱਡ ਲਾਈਕ ਟੂ ਸ਼ੇਅਰ ਕਿ ਜਦੋਂ ਮੈਂ ਉੱਥੇ ਜਾਣਾ ਬੱਚਿਆਂ ਦੇ ਵਿੱਚ ਤਾਂ ਉਹਨਾਂ ਨੇ ਇਹ ਕਹਿ ਕੇ ਟੋਪਿਕ ਰੋਕ ਦੇਣਾ ਵੀ ਰੁਕ ਜਾਓ ਭਾਈ ਨਿਤਿਨ ਸਰ ਆ ਗਏ। ਤੋ ਆਈ ਯੂਜ਼ ਟੂ ਬੀ ਕਾਲਡ ਨਿਤਿਨ ਸਰ ਫਰੋਮ ਦੈਟ ਟਾਈਮ। ਤੋ ਆਈ ਐਮ ਟੀਚਰ ਬਾਏ ਚੋਇਸ, ਔਰ ਸ਼ਾਇਦ ਇਹੀ ਕਾਰਨ ਹੈ ਕਿ ਇੰਨੇ ਸਾਲਾਂ ਵਿੱਚ, ਔਰ ਬਹੁਤ ਕੁਛ ਮੈਂ ਦਸ਼ਮੇਸ਼ ਸਕੂਲ ਤੋਂ ਵੀ ਸਿੱਖਿਆ, ਬਹੁਤ ਸਾਰੇ ਟੀਚਰਸ ਨੇ ਜਿਨ੍ਹਾਂ ਤੋਂ ਇੰਸਪੀਰੇਸ਼ਨ ਮਿਲੀ, ਉਹਨਾਂ ਵਿੱਚੋਂ ਕੁਛ ਟੀਚਰਸ ਹਲੇ ਵੀ ਹੈਗੇ ਨੇ। ਸਤੰਤਰ ਮੈਮ ਇਜ਼ ਦੇਅਰ, ਵੈਨ ਆਈ ਕੇਮ ਹੇਅਰ ਇਨ ਫਰੀਦਕੋਟ ਸ਼ੀ ਵਾਜ਼ ਕਲਾਸ ਇੰਚਾਰਜ ਆਫ 10th ਸੀ ਆਈ ਸਪੋਜ਼, ਅੰਡਰਨੀਥ ਦਾ ਦਿਸ ਲਾਇਬ੍ਰੇਰੀ ਕਲਾਸਰੂਮ, 3rd ਰੂਮ ਸੀ ਤੁਹਾਡਾ। ਤੋ ਆਈ ਲਰਨਡ ਅਲੋਟ ਫਰੋਮ ਸਾਨੀ ਸਰ, ਸਵਤੰਤਰ ਮੈਮ, ਸ਼ਿਵਿੰਦਰ ਸਰ, ਮਤਲਬ ਮੇਨ ਟ੍ਰੇਨਿੰਗ ਮੇਰੀ ਦਸ਼ਮੇਸ਼ ਸਕੂਲ 'ਚ ਹੀ ਹੋਈ ਹੈ, ਐਂਡ ਆਈ ਐਮ ਵੈਰੀ ਲੱਕੀ। ਤੋ ਮੇਨਲੀ ਇਫੈਕਟਿਵ ਟੀਚਿੰਗ ਦੇ ਉੱਪਰ ਹੈ, ਤਾਂ ਮੈਂ ਆਪਣੇ ਸਾਰੇ ਫਰੈਂਡਸ ਨੂੰ, ਕਲੀਗਸ ਨੂੰ, ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਬਈ ਵੈਨ ਯੂ ਵਿਲ ਟੀਚ ਫਰੋਮ ਹਾਰਟ ਰਾਈਟ, ਤਾਂ ਰਿਜ਼ਲਟਸ ਆਪਣੇ ਆਪ ਹੀ ਆਉਣਗੇ, ਰਾਈਟ? ਥੈਂਕ ਯੂ। ਵਾਹ, ਗ੍ਰੇਟ। ਮੇਰੀ ਗੱਲ ਅਧੂਰੀ ਰਹਿ ਗਈ, ਉਹ ਮੈਨੂੰ ਬ੍ਰਿਗੇਡੀਅਰ ਨੇ ਬੁਲਾਇਆ ਜਦੋਂ ਮੈਂ ਗਿਆ ਨਾ ਪੜ੍ਹਾਉਣ,
ਤਾਂ ਉਹਨੇ ਮੈਨੂੰ ਉਸ ਟਾਈਮ ਦੇ ਵਿੱਚ 800 ਰੁਪਇਆ ਦਿੱਤਾ 800 ਬਿਗ ਥਿੰਗ ਉਦੋਂ ਪਟਿਆਲਾ ਰੁੜਕੀ ਦਾ ਕਿਰਾਇਆ ਹੁੰਦਾ ਸੀ 9 ਰੁਪਏ 29 ਪੈਸੇ ਪਤਾ ਨਹੀਂ ਇਹੋ ਜਿਹਾ ਕੁਛ ਹੁੰਦਾ ਸੀ ਮੈਂ ਜੀ ਲਾਲਚ ਪੈ ਗਿਆ ਮੈਂ ਕਿਹਾ ਸਰ ਦੋ ਤਿੰਨ ਬੱਚੇ ਹੋਰ ਉਹ ਪੰਜਾਬੀ ਸੀਗੇ ਉਹਨੇ ਵਾਈਫ ਕਹਿੰਦੀ ਬੇਟਾ ਰੋਟੀ ਮੈਂ ਕਹਿੰਦੀ ਨਹੀਂ ਮੈਂ ਨਹੀਂ ਖਾਧਾ ਮੈਨੂੰ ਕੜੀ ਚੌਲ ਦਾ ਮੈਂ ਕੜੀ ਚੌਲ ਖਾ ਕੇ ਨਾ ਬੜੇ ਬੱਚੇ ਫ੍ਰੀ ਪੜ੍ਹਾਇਆ ਇੱਕ ਮੇਰਾ ਸਟੂਡੈਂਟ ਡਾਕਟਰ ਸੀਗਾ ਡਾਕਟਰ ਗੁਰਬਖਸ਼ ਉਹ ਅੱਜ ਪਤਾ ਲੱਗਿਆ ਫਰੀਦਕੋਟ ਤੋਂ ਅੰਮ੍ਰਿਤਸਰ ਚਲਾ ਗਿਆ ENT ਡਿਪਾਰਟਮੈਂਟ ਇਜ਼ ਮਾਈ ਸਟੂਡੈਂਟ ਅਤੇ ਮੈਂ ਗੁਰਬਖਸ਼ ਨਾਲ ਮਤਲਬ ਮੇਰੇ ਕੋਈ ਅਰਾਊਂਡ 6000 ਸਟੂਡੈਂਟਸ ਦੇ ਆਰ ਥੋੜ੍ਹਾ ਜਿਹਾ ਫੁਕਰੀ ਮਾਰੀ ਦਿੰਦਾ ਦੇ ਆਰ ਡਾਕਟਰ ਇੰਜੀਨੀਅਰਸ ਆਈ ਹੈਡ ਗਿਵਨ ਏਮਸ ਫਸਟ ਰੈਂਕ ਇਨ ਇੰਡੀਆ ਐਂਡ CBSE PMT NEET JEE ਦੇ ਵਿੱਚ ਹੁਣ ਵੀ ਸਾਡਾ ਕੱਲ੍ਹ ਰਿਜ਼ਲਟ ਆਇਆ ਤਾਂ ਵੀ ਗੋਟ 690 ਮੈਂ ਬੇਸਿਕਲੀ ਐਡਵਾਈਜ਼ਰ ਹੈ ਅਸਪਾਇਰ IIT ਮੈਡੀਕਲ ਸ਼ਿਮਲਾ ਹਮੀਰਪੁਰ ਕਿੱਥੇ ਬੈਠੇ ਨੇ ਵਿਨੋਦ ਜੀ ਚਲੇ ਗਏ ਭੱਜ ਗਏ ਅੱਛਾ ਉਹ ਹਿਮਾਚਲ ਦੇ ਵਿੱਚ ਕਾਫੀ ਮਤਲਬ ਅੱਛਾ ਇੱਕ ਲਿੰਕ ਬਣਿਆ ਬਲਕਿ ਨਦੌਨ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦਾ ਬਹੁਤ ਵੱਡਾ ਗੁਰਦੁਆਰਾ ਉੱਥੇ ਹੈ ਹਮੀਰਪੁਰ ਕੋਲ ਅਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਫੈਕਟਿਵ ਟੀਚਿੰਗ ਕਦੋਂ ਆਈ ਜਦੋਂ ਜੇਬ ਦੇ ਵਿੱਚ ਪੈਸੇ ਆਏ ਮੈਂ ਹੋਰ ਪੜ੍ਹਾਈ ਸ਼ੁਰੂ ਕਰਤੀ ਮੈਂ ਕਿਹਾ ਜੀ ਹੋਰ YDM ਦਿਲ ਮੰਗੇ ਮੋਰ ਮੇਰਾ ਏਮ ਪਤਾ ਕੀ ਸੀ ਮੋਟਰਸਾਈਕਲ ਲੈਣਾ ਮੈਂ 6 ਮਹੀਨਿਆਂ 'ਚ 16000 ਇਕੱਠੇ ਕਰਕੇ ਮੋਟਰਸਾਈਕਲ ਲੈ ਲਿਆ ਉਦੋਂ ਬਾਅਦ ਮੈਂ ਆਪਣੇ ਫਾਦਰ ਨੂੰ ਨਹੀਂ ਦੱਸਿਆ ਮੈਂ ਲੈ ਲਿਆ ਮੈਂ ਕਿਹਾ ਮੇਰੇ ਫਰੈਂਡ ਦਾ ਮੈਂ ਲੈ ਕੇ ਆਇਆ ਫਿਰ ਬਾਅਦ 'ਚ ਮਦਰ ਨੇ ਦੱਸਿਆ ਤਾਂ ਫਾਦਰ ਨੇ ਮੈਨੂੰ ਇੱਕ ਗੱਲ ਕਹੀ ਆਈ ਐਮ ਪ੍ਰਾਊਡ ਆਫ ਯੂ ਫਿਰ ਮੈਂ ਜਦੋਂ ਜੋਬ ਕਰਨ ਲੱਗਿਆ ਤਾਂ ਜੋਬ ਦੇ ਵਿੱਚ ਬੰਦਿਸ਼ਾਂ ਬੜੀਆਂ ਸੀ ਘੱਟ ਨੌਲੇਜ ਵਾਲਾ ਬੰਦਾ ਰੋਬ ਮਾਰਦਾ ਸੀ ਉਹ ਛੱਡਤੀ ਦੈਨ ਆਈ ਸਟਾਰਟਡ ਟੀਚਿੰਗ ਫਿਰ ਟੀਚਿੰਗ ਟੀਚਰ ਬਾਏ ਚੋਇਸ ਬਣਦਾ ਗਿਆ ਹੁਣ ਮੈਂ ਕਈ ਟੀਚਰਸ ਨੂੰ ਕਹਿੰਦਾ ਕਿ ਜੀ ਤੁਸੀਂ ਟੀਚਰਸ ਬਾਏ ਚੋਇਸ ਹੋ ਜਾਂ ਟੀਚਰ ਬਾਏ ਫੋਰਸ ਹੋ ਇੱਕ ਨੇ ਕਿਹਾ ਸਰ ਹਮ ਪਹਿਲੇ 15 ਤਰੀਕ ਤੱਕ ਤੋਂ ਟੀਚਰ ਬਾਏ ਚੋਇਸ ਹੋਤੇ ਹੈ ਕਹਿੰਦੇ ਉਸਕੇ ਬਾਅਦ ਅਗਲੇ 15 ਦਿਨ ਟੀਚਰ ਬਾਏ ਫੋਰਸ ਹੋਤੇ ਪਰ ਸਾਇੰਸ ਵਾਲੇ ਜਿਹੜੇ ਨਾ ਉਹ ਸਾਰਾ ਸਾਲ ਹੀ ਪੈਸੇ ਕਮਾਈ ਜਾਂਦੇ ਨੇ ਤਨਖਾਹ ਵੀ ਨਹੀਂ ਕਢਾਉਂਦੇ ਟਿਊਸ਼ਨ ਸੀ ਉਹ ਨਹੀਂ ਐਸਾ ਕੁਛ ਨਹੀਂ ਹੈ ਵੀ ਆਲ ਨੀਡ ਮਨੀ ਬਿਨਾਂ ਪੈਸੇ ਤੋਂ ਖਾਲੀ ਪੇਟ ਕਹਿੰਦੇ ਨੇ ਭਜਨ ਵੀ ਨਹੀਂ ਹੁੰਦਾ ਪੈਸਾ ਤਾਂ ਬਹੁਤ ਜ਼ਰੂਰੀ ਹੈ ਉਸ ਲਈ ਮੈਂ ਇੱਕੋ ਹੀ ਗੱਲ ਕਹੂੰਗਾ ਬਾਰ ਬਾਰ ਕਿ ਆਪਣੇ ਆਪ ਨੂੰ ਇੰਨਾ ਵਧੀਆ ਤੁਸੀਂ ਪ੍ਰੂਵ ਕਰੋ ਅੱਜ ਦੀ ਡੇਟ 'ਚ 50 ਬੱਚੇ ਇਕੱਠੇ ਕਰਕੇ ਪੜ੍ਹਾਉਣਾ ਮੁਸ਼ਕਿਲ ਹੈ ਹਾਂ ਜਾਂ ਨਾ ਸਕੂਲ ਤੁਹਾਨੂੰ ਇੱਕ ਗੋਲਡਨ ਅਪਰਚੁਨਿਟੀ ਦਿੰਦਾ ਟੂ ਡਿਸਪਲੇ ਯੋਰ ਸਕਿੱਲ ਗਿਵ ਯੋਰ ਬੈਸਟ ਟੂ ਦੈਮ ਉਹ ਖਾਲੀ ਦਸ਼ਮੇਸ਼ ਸਕੂਲ ਦੇ ਬੱਚੇ ਬਾਹਰ ਵੀ ਜਾ ਕੇ ਬੋਲਣਗੇ ਕਿ ਉੱਥੇ ਇੱਕ ਨਿਤਿਨ ਸਰ ਹੈ ਨਾਮ ਤੋਂ ਸੁਣਾ ਹੋਗਾ ਬਾਕੀ ਕਹਿੰਦੇ ਸਰ ਹਾਂ ਨਿਤਿਨ ਸਰ ਨੇ ਪਤਾ ਕੀ ਕਿਹਾ ਮੈਨੂੰ ਮੈਂ ਸਰ ਥੋੜ੍ਹਾ ਜਿਹਾ ਨਿਤਿਨ ਸਰ ਦੀ ਆਗਿਆ ਲੈਣਾ ਚਾਹੂੰਗਾ ਤੁਸੀਂ ਰਹੋ ਮੇਰੇ ਨਾਲ ਇੱਕ ਮਾਰਕਰ ਦੇਣਾ ਨਿਤਿਨ ਸਰ ਨੇ ਮੈਨੂੰ ਇੱਕ ਚੀਜ਼ ਸਿਖਾਈ ਮੈਂ ਹੈਰਾਨ ਹੋ ਗਿਆ ਉਸ ਚੀਜ਼ ਮੈਂ ਤੁਹਾਡੇ ਸਭ ਨਾਲ ਸਾਂਝੀ ਕਰਨਾ ਚਾਹੁੰਦਾ ਕਰਦਾ ਨਿਤਿਨ ਸਰ ਨੇ ਬਸ ਐਂ ਹੱਥ ਮਿਲਾਇਆ ਅਤੇ ਮੈਨੂੰ ਚੀਜ਼ ਸਿਖਾਈ ਨਿਤਿਨ ਸਰ ਕਹਿੰਦੇ ਵਿਪਿਨ ਸਰ ਮੈਂ ਕਿਹਾ ਹਾਂਜੀ ਡਸਟਰ ਚਾਹੀਦਾ ਸੀ
ਉਹ ਮੈਨੂੰ ਕਹਿੰਦੇ ਵੇ ਨਿਤਿਨ ਸਰ ਕਹਿੰਦੇ ਸਰ ਆਓ ਤੁਹਾਨੂੰ ਪੀਜ਼ਾ ਖਵਾਈਏ। ਮੈਂ ਕਿਹਾ ਸਰ ਮੈਂ ਤਾਂ ਖਾ ਲਊਂਗਾ, ਤੁਸੀਂ ਨਾ ਖਾਣਾ। ਕਹਿੰਦੇ ਨਹੀਂ ਨਹੀਂ ਮੈਂ ਤੁਹਾਨੂੰ ਹੀ ਖਵਾਊਂਗਾ। ਮੈਂ ਕਿਹਾ ਚਲੋ ਸਰ, ਪਹਿਲਾਂ ਪਤਾ ਪੀਜ਼ਾ ਦੇ ਨਾਂ 'ਤੇ ਪਹਿਲੇ ਮੈਨੂੰ ਸੁਣਨਾ ਪੈਂਦਾ, ਚਾਹੇ ਮੇਰੇ ਕੁਲੀਗਸ ਹੋਣ ਜਾਂ ਹੋਰ ਹੋਣ। ਨਿਤਿਨ ਸਰ ਥੋੜ੍ਹਾ ਦੇਖੋ ਬਚਾ ਕੇ, ਇੱਕ ਬੜਾ ਹੀ ਲਾਈਕ ਮੇਰਾ ਫੇਮਸ ਸੀਗਾ ਇੱਕ ਡਾਇਲੋਗ, ਮੈਂ ਬੱਚੇ ਨੂੰ ਅਕਸਰ ਕਹਿੰਦਾ ਥੋੜ੍ਹਾ ਵੇਟ ਕਰੋ, ਪਰ ਹੁਣ ਮੈਂ ਥੋੜ੍ਹਾ ਰੁਕਿਆ ਹੋਇਆ ਇਸ ਗੱਲ ਤੋਂ। ਜਦੋਂ ਮੈਂ ਕਹਿੰਦਾ ਥੋੜ੍ਹਾ ਵੇਟ ਕਰੋ, ਉਹ ਹੋਰ ਹੀ ਪਾਸੇ ਲੈ ਜਾਂਦੇ। ਨਹੀਂ ਸਰ ਨਹੀਂ, ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਤੁਹਾਨੂੰ। ਕੋਈ ਤੁਹਾਨੂੰ ਨਾ ਇੱਕ ਬੰਦਾ ਇੱਦਾਂ ਇੱਦਾਂ ਕਰਕੇ ਖੜਾ ਸੀਗਾ ਕਾਫੀ ਦੇਰ ਤੋਂ, ਅਤੇ ਦੋ ਬੰਦੇ ਖੜੇ, ਕਹਿੰਦਾ ਇਹਦੀ ਗਰਦਨ 'ਚ ਮੋਚ ਆਈ। ਕਹਿੰਦਾ ਨਹੀਂ ਇਹ ਜਮਾਂਦਰੂ ਲਕਵਾ, ਇਹਨੂੰ ਇਹ ਪੈਰਾਲਾਈਸਿਸ ਹੈ। 5 ਕੁ ਮਿੰਟ ਬਾਅਦ ਉਹਦੇ ਕੋਲ ਗਏ, ਉਹਨੇ ਮੋਬਾਈਲ ਚੱਕਿਆ, ਕਹਿੰਦਾ ਕਿਆ ਹੈ। ਸੋ ਆਪਾਂ ਨਾ ਸਾਰੇ ਜਿੰਨੇ ਵੀ 143 ਕਰੋੜ ਜੋ ਵੀ ਆਪਾਂ ਸਾਰੇ ਡਾਕਟਰ ਹੈ, ਸਾਰੇ ਸਲਾਹਕਾਰ ਹੈ, ਨਿਤਿਨ ਸਰ ਮੈਨੂੰ ਲੈ ਕੇ ਪੀਜ਼ਾ ਖਵਾਉਣ। ਮੈਂ ਕਿਹਾ ਸਰ, ਨਿਤਿਨ ਸਰ ਕਹਿੰਦੇ ਇਹ ਕੀ ਹੈ? ਮੈਂ ਕਿਹਾ ਜੀ ਪੀਜ਼ਾ। ਪਹਿਲਾਂ ਤਾਂ ਇਹਨਾਂ ਨੇ ਕਲਾਮ ਸਾਹਿਬ ਦੀ ਲਾਈਨ ਬੋਲੀ, ਕਹਿੰਦਾ ਜ਼ਿੰਦਗੀ ਵੀ ਇੱਕ ਪੀਜ਼ਾ ਹੈ, ਆਤਾ ਉਹ ਸਕੁਐਰ ਡੱਬੇ ਮੇ ਹੈ, ਦਿਖਤਾ ਗੋਲ ਹੈ, ਖਾਓ ਤਾਂ ਟ੍ਰੈਂਗੂਲਰ ਹੈ। ਮੈਂ ਕਿਹਾ ਥੈਂਕ ਯੂ ਸਰ। ਫਿਰ ਕਹਿੰਦੇ ਤੂੰ ਪੀਜ਼ਾ ਤਾਂ ਖਾ ਰਿਹਾ ਵਿਪਨ ਸਰ? ਮੈਂ ਕਿਹਾ ਹਾਂਜੀ। ਇਹ ਪੀਜ਼ੇ ਦਾ ਰੇਡੀਅਸ ਹੈ ਜੈੱਡ। ਹੁਣ ਮੈਥ ਵਾਲਾ ਨਾ, ਅਸੀਂ ਜਿੱਥੇ ਵੀ ਕੋਈ ਟੀਚਰ ਜਾਂਦੇ ਹਾਂ ਨਾ, ਕਿਤੇ ਠੰਡੀ ਥਾਂ 'ਤੇ ਜਾਈਏ, ਅਸੀਂ ਕਹਿੰਦੇ ਇੱਥੇ ਕੋਚਿੰਗ ਖੋਲ ਦਿੰਦੇ ਹਾਂ, ਬੋਰਡਿੰਗ ਕੋਚਿੰਗ, ਏਸੀ ਦਾ ਖਰਚਾ ਬਚੂਗਾ। ਹਲਵਾਈ ਕਹੇਗਾ ਜੇ ਇੱਥੇ ਕੁਛ ਹੋਰ ਖੋਲਿਆ ਜਾਵੇ, ਇੱਥੇ ਲੋਕਾਂ ਨੂੰ ਪਤਾ ਹੀ ਨਹੀਂ ਟੇਸਟ ਦਿੱਤਾ ਜੇ ਚਾਂਪ ਹੈ। ਕਹਿੰਦੇ ਪੀਜ਼ਾ ਦਾ ਰੇਡੀਅਸ ਹੈ ਜੈੱਡ, ਸਰ ਨੇ ਮੈਨੂੰ ਦੱਸਿਆ ਇਹ ਗੱਲ। ਕਹਿੰਦੇ ਇਹਦੀ ਥਿਕਨੈਸ ਹੈ ਏ। ਮੈਂ ਕਿਹਾ ਹਾਂਜੀ। ਕਹਿੰਦਾ ਦੱਸੋ ਇਹਦਾ ਵੋਲੀਅਮ ਕੀ ਹੋਇਆ? ਮੈਂ ਕਿਹਾ ਡਿਸਕ ਬਣ ਗਈ। ਵੋਲੀਅਮ ਹੁੰਦਾ ਏਰੀਆ ਆਫ ਕ੍ਰਾਸ ਸੈਕਸ਼ਨ ਇੰਟੂ ਥਿਕਨੈਸ ਪਾਈ ਜੈੱਡ ਸਕੁਆਇਰ, ਦੈਟ ਇਜ਼ ਏਰੀਆ ਇੰਟੂ ਥਿਕਨੈਸ। ਮੈਂ ਕਿਹਾ ਹਾਂਜੀ। ਕਹਿੰਦੇ ਕੀ ਹੈ? ਮੈਂ ਕਿਹਾ ਸਰ ਤੁਸੀਂ ਹੁਣ ਆਪਣੀ ਜਾਤ ਨਹੀਂ ਨਾ ਛੱਡੀ, ਪੜ੍ਹਾਤਾ ਮੈਥ। ਕਹਿੰਦਾ ਨਹੀਂ। ਕਹਿੰਦੇ ਇਹ ਹੈ ਪਾਈ, ਇਹ ਹੈ ਜੈੱਡ ਜੈੱਡ ਏ। ਓਕੇ ਸੋ ਨਿਤਿਨ ਸਰ ਲਵ ਯੂ। ਸੋ ਬਹੁਤ ਸਾਰੀਆਂ ਚੀਜ਼ਾਂ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਕਨੈਕਟ ਕਰ ਸਕਦੇ ਹਾਂ। ਅਤੇ ਮੈਂ ਪਿੱਛੇ ਮਤਲਬ ਓਨਲੀ ਮੈਂ ਹੀ ਇਕੱਲਾ ਮੇਲ ਬੋਲੀ ਜਾ ਰਿਹਾ, ਅਤੇ ਮੈਂ ਕੁਛ ਭਰਾਵਾਂ ਨੂੰ ਕਿਹਾ ਵੀ ਆਓ ਅਤੇ ਕੁਛ ਉਹਦੇ ਵਿਚਾਰ ਸਾਂਝੇ ਕਰੋ। ਅਦਰਵਾਈਜ਼ ਆਈ ਓਪਨਲੀ ਰਿਕੁਐਸਟ ਐਨੀ ਟੀਚਰ, ਪਲੀਜ਼ ਜੁਆਇਨ ਐਂਡ ਸੇ ਸਮਥਿੰਗ, ਇਟ ਇਜ਼ ਯੋਰ ਵਰਕਸ਼ਾਪ, ਇਟ ਇਜ਼ ਨੋਟ ਮਾਈ ਵਰਕਸ਼ਾਪ। ਅਦਰਵਾਈਜ਼ ਫਿਰ ਮੈਂ ਕੰਟੈਂਟ ਬੋਲੂੰਗਾ ਤਾਂ ਉਹ ਤਾਂ ਹੈ ਹੀ, ਮੈਂ ਤਾਂ ਬੋਲ ਹੀ ਦੇਣਾ। ਤੁਹਾਨੂੰ ਇੱਕ ਮੈਡਮ ਆਏ ਸੀ ਇੱਕ ਮਾਈਕ ਫੋਬੀਆ ਵਾਲੇ, ਕੌਣ ਸੀ? ਸੁਦਾ ਮੈਮ ਜਿਹੜਾ ਆਉਣਾ ਮਾਈਕ 'ਤੇ ਨਹੀਂ ਮੈਂ ਬੁਲਵਾਉਂਦਾ, ਬਟ ਤੁਸੀਂ ਆਉਣਾ, 2 ਮਿੰਟ ਲਈ ਆਉਣਾ, 2 ਮਿੰਟ ਲਈ ਆ ਜਾਓ ਪਲੀਜ਼। ਨਹੀਂ ਸ਼ੀ ਇਜ਼ ਵੈਰੀ ਓਨਰੇਬਲ ਟੀਚਰ ਫਾਰ ਆਲ ਆਫ ਅਸ, ਐਂਡ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ। ਮੈਮ ਮੈਂ ਪੜ੍ਹਿਆ ਸਰਕਾਰੀ ਸਕੂਲ 'ਚ, ਬਟ ਯੂ ਸਪੀਕ ਵੈਰੀ ਗੁੱਡ ਇੰਗਲਿਸ਼। ਕਹਿੰਦਾ ਆਈ ਐਮ ਆਲਸੋ, ਮੈਂ ਡਰ ਗਿਆ। ਹਾਂਜੀ, ਅਤੇ ਜਦੋਂ ਮੈਂ ਆਈ ਐਮ ਸ਼ੇਅਰਿੰਗ ਸਮਥਿੰਗ ਵਿਦ ਯੂ ਵੈਰੀ ਇੰਟਰਸਟਿੰਗ,
ਵੈਰੀ ਇੰਟਰਸਟਿੰਗ। ਪਹਿਲਾਂ ਜਦੋਂ ਕੋਈ ਟੀਚਰ ਰਿਟਾਇਰ ਹੁੰਦਾ ਸੀ ਨਾ, ਪਹਿਲਾਂ ਜਦੋਂ ਕੋਈ ਟੀਚਰ ਰਿਟਾਇਰ ਹੁੰਦਾ ਸੀ, ਉਹਦੇ ਵਿਚਾਰੇ ਨੂੰ ਸਵੇਰੇ ਹਾਰ ਪਾ ਕੇ ਨਾ ਮਾਰਨਿੰਗ ਅਸੈਂਬਲੀ 'ਚ, ਅਤੇ ਉਹਨੂੰ ਸਾਈਕਲ 'ਤੇ ਨਾ ਢੋਲ ਨਹੀਂ, ਉਹਨੂੰ ਸਾਈਕਲ 'ਤੇ ਬਿਠਾ ਕੇ ਘਰ ਛੱਡ ਜਾਂਦੇ ਸਾਰੇ ਟੀਚਰ। ਅੱਜ ਦੀ ਡੇਟ 'ਚ ਕੋਈ ਟੀਚਰ ਰਿਟਾਇਰ ਹੁੰਦਾ ਤਾਂ ਇਵੈਂਟ ਹੁੰਦਾ ਹੈ ਕਿ ਯੂ ਬ੍ਰੋ ਦੀਸ ਇਜ਼ ਆਲ ਦੇਅਰ ਐਂਡ ਆਲ, ਬਕਾਇਦਾ ਕਾਰਡ ਛਪਦਾ, ਇਨਵਿਟੇਸ਼ਨ ਜਾਂਦਾ, ਰਿਸ਼ਤੇਦਾਰ ਆਉਂਦੇ ਨੇ। ਹੈ ਸਾਡੇ ਇੱਕ ਟੀਚਰ ਰਿਟਾਇਰ ਹੋਏ ਅਤੇ ਸਾਡੇ ਇੱਕ ਮਾਸਟਰ ਜੀ ਹੁੰਦੇ ਸੀ, ਉਹਨਾਂ ਦਾ ਨਾਮ ਸੀ ਸ਼੍ਰੀ ਹੰਸ ਰਾਜ। ਉਹ ਸਪੋਰਟਸ ਟੀਚਰ ਸੀ ਮੈਮ, ਐਂਡ ਇੱਕ ਉਹਨਾਂ ਦਾ ਪੱਕਾ ਦੋਸਤ ਹੁੰਦਾ ਸੀ ਪ੍ਰੇਮ, ਨੋਟ ਪ੍ਰੇਮ ਚੋਪੜਾ, ਪ੍ਰੇਮ, ਪ੍ਰੇਮਪਾਲ ਸਰ। ਉਹ ਹਿੰਦੀ ਅਤੇ ਉਹ ਸਰ ਪੜ੍ਹਾਉਂਦੇ ਸੀਗੇ, ਉਹ ਸਪੋਰਟਸ ਦੇ ਪੀਟੀ ਸੀ। ਉਹ ਦੋਨੋਂ ਪੱਕੇ ਦੋਸਤ ਸੀਗੇ, ਬਿਕੋਜ਼ ਉਸ ਟਾਈਮ ਦਿਨ ਦਿਹਾੜੇ ਵੀ ਉਹ ਪਟਿਆਲੇ ਦੇ ਨਾਲ ਜੁੜੇ ਹੋਏ ਸੀ, ਪਟਿਆਲਾ, ਯੂ ਅੰਡਰਸਟੈਂਡ? ਹਾਂ, ਯੈਸ। ਸਾਡੇ ਜਦੋਂ ਮਾਸਟਰ ਜੀ ਰਿਟਾਇਰ ਹੋਏ ਤਾਂ ਬੱਚੇ ਪਿੰਡਾਂ ਦੇ ਵਿੱਚ ਬੜੇ ਸ਼ਰਾਰਤੀ ਹੁੰਦੇ ਆ, ਮਾਸਟਰ ਜੀ ਮਾਰਨਿੰਗ ਅਸੈਂਬਲੀ 'ਚ ਕਹਿੰਦਾ ਕਿਸੇ ਨੂੰ ਗਾਣਾ ਆਉਂਦਾ, ਮਾਸਟਰ ਜੀ ਇਹ ਗਾਉਂਦਾ ਜੀ, ਖੜਾ ਹੋਏ। ਉਹ ਪਤਾ ਕੀ ਕਰਦੇ ਸੀ, ਪਹਿਲਾਂ ਦੋ ਥੱਪੜ ਮਾਰਦੇ ਸੀ, ਹੈਂਜੀ, ਥੱਪੜ ਮਾਰ ਕੇ ਖੜਾ, ਐਸਾ ਠੁੱਡ ਵੀ ਪੈਂਦੀ ਸੀ, ਹਾਂਜੀ ਮਾਸਟਰ ਜੀ, ਖੜਾ ਚੱਲ ਮਾਈਕ 'ਤੇ ਜਾ ਕੇ ਗਾਣਾ ਗਾ। ਇਮੈਜਿਨ ਕਰੋ, ਯੂ ਆਰ ਸਲੈਪਡ ਐਂਡ ਕਿਕਡ ਐਂਡ ਯੂ ਹੈਵ ਗਾਟ ਅ ਮਾਈਕ ਟੂ ਸਿੰਗ, ਕੈਨ ਯੂ? ਅੱਛਾ, ਉਸ ਟਾਈਮ 'ਚ ਜਿਹੜਾ ਮਾਈਕ ਹੁੰਦਾ ਸੀ ਉਹਦੇ 'ਚ ਵੀ ਨਾ ਆਵਾਜ਼ਾਂ ਆਉਂਦੀ ਸੀ ਹੋਰ ਤਰ੍ਹਾਂ ਦੀਆਂ, ਉਹਦਾ ਬੈਸ ਅਤੇ ਟ੍ਰਿਬਲ ਅਤੇ ਇਕੋ ਉਹਦਾ ਸੈੱਟ ਕਰਨਾ ਪੈਂਦਾ ਸੀ। ਮੇਰੇ ਹੱਥ 'ਚ ਮਾਈਕ ਪਕੜਾਤਾ, ਮਾਈਕ ਫੋਬੀਆ ਦੀ ਗੱਲ ਕਰਦਾ ਮੈਂ, ਹੁਣ ਮੇਰੇ ਹੱਥ 'ਚ ਮਾਈਕ ਪਕੜਾਤਾ ਅਤੇ ਮੈਨੂੰ ਮਾਸਟਰ ਜੀ ਕਹਿੰਦੇ ਤੂੰ ਗਾਣਾ ਗਾ, ਮੂੰਹ ਛਪਿਆ ਆਇਆ, ਉਂਗਲੀਆਂ ਇੱਥੇ। ਅੱਛਾ, ਜੇ ਮੈਂ ਨਹੀਂ ਗਾਊਂਗਾ ਤਾਂ ਫਿਰ ਪੈਣਗੀਆਂ, ਮਰਦਾ ਕਿਆ ਨਾ ਕਰਦਾ, ਮੈਂ ਇੱਦਾਂ ਜੀ ਮਾਈਕ ਪਕੜ ਲਿਆ, ਪ੍ਰੈਕਟੀਕਲੀ ਕਰਕੇ ਦਿਖਾਵਾਂ, ਐਮ ਆਈ ਅਲਾਊਡ? ਓਕੇ, ਭੱਜਿਓ ਨਾ, ਪਰ ਮੈਂ ਇੱਦਾਂ ਮਾਈਕ ਪਕੜ ਲਿਆ। ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਇੱਕੋ ਹੀ ਮਨੋਰੰਜਨ ਦਾ ਸਾਧਨ ਹੁੰਦਾ ਸੀਗਾ, ਦੂਰਦਰਸ਼ਨ। ਅਸੀਂ ਕ੍ਰਿਸ਼ੀ ਦਰਸ਼ਨ ਵੀ ਬਹਿ ਕੇ ਦੇਖਦੇ ਸੀ ਪੜੋਸੀਆਂ ਦੇ ਘਰੇ। ਉਹਦੇ 'ਚ ਇੱਕ ਪ੍ਰੋਗਰਾਮ ਆਉਂਦਾ ਸੀ ਬੁੱਧਵਾਰ ਨੂੰ, ਚਿੱਤਰਹਾਰ। ਅਸੀਂ ਉਸ ਬੜਾ ਧਿਆਨ ਨਾਲ ਸੁਣਨਾ, ਅਤੇ ਇੱਦਾਂ ਜਦੋਂ ਮਾਈਕ ਪਕੜਾਇਆ ਤਾਂ ਮੈਨੂੰ ਕੋਈ ਗਾਣਾ ਯਾਦ ਰਹਿ ਗਏ ਕੁਛ ਉਹਦੇ, ਅਸੀਂ ਨੋਟ ਕਰਦੇ ਹੁੰਦੇ ਸੀ। ਮੈਂ ਇੱਦਾਂ ਮਾਈਕ ਪਕੜ ਕੇ ਮੈਂ ਕਿਹਾ, ਆਪਕੇ ਅਨੁਰੋਧ ਪੇ ਮੈਂ ਇਹ ਗੀਤ ਸੁਣਾਤਾ ਹੂੰ, ਮੈਂ ਇਹ ਗੀਤ ਸੁਣਾਤਾ ਹੂੰ, ਆਪਣੇ ਮਨ ਕੀ ਬਾਤੋਂ ਸੇ ਆਪਕਾ ਦਿਲ ਬਹਿਲਾਤਾ ਹੂੰ, ਆਪਕੇ ਅਨੁਰੋਧ ਪੇ ਮਤ ਪੂਛੋ ਔਰੋਂ ਕੇ ਦੁੱਖ ਮੇਂ ਯੇ ਪ੍ਰੇਮ ਕਵੀ ਕਿਉਂ ਰੋਤਾ ਹੈ, ਮਤ ਪੂਛੋ ਔਰੋਂ ਕੇ ਦੁੱਖ ਮੇਂ ਯੇ ਪ੍ਰੇਮ ਕਵੀ ਕਿਉਂ ਰੋਤਾ ਹੈ, ਬਸ ਚੋਟ ਕਿਸੀ ਕੋ ਲਗਤੀ ਹੈ ਔਰ ਦਰਦ ਕਿਸੀ ਕੋ ਹੋਤਾ ਹੈ, ਕੋਇਲ ਕੀ ਇੱਕ ਹੂਕ ਸੇ ਸਭ ਕੇ ਮਨ ਮੇਂ ਹੂਕ
उठाता हूँ आपके अनुरोध पे। मैं मास्टर जी ने देखा, मास्टर जी ने मैनू देखा, थोनू वधिया लग्या। अच्छा चलो, ऑर्गेनिक सिंगिंग हो गई, म्यूजिक नहीं है। मास्टर जी कहिंदे पीटी वाले सर प्रेम सर नू, कहिंदे प्रेम अनुरोध की हुंदा है? कहिंदा जी रिक्वेस्ट। कहिंदे इधर नू बुला जरा, बुला इधर आ। साढ़े स्कूल दे जिथे मॉर्निंग असेंबली उहदे बैक ते वॉशरूम सीगा, उहदे चलो जा के फिर मारे दो। कहिंदा तैनू मैं अनुरोध करूँगा, तैनू मैं रिक्वेस्ट करूँगा। ਇੰਨੇ 'ਚੋਂ ਪ੍ਰੇਮ ਸਰ, ਪਤਾ ਨਹੀਂ ਕੀ ਆਦਤ ਹੈ, ਉਹ ਤੂੰ ਕੀ ਬੋਲਿਆ, ਪ੍ਰੇਮ ਕਵੀ ਕਿਉਂ ਰੋਤਾ ਹੈ? ਦੋ ਉਹਨੇ ਮਾਰੇ ਜੀ ਟੋਟਲ। ਡੀਅਰ ਟੀਚਰਸ, ਮੇਰੇ 8 ਪੈ ਗਏ, ਮਾਈਕ ਮੇਰੇ ਹੱਥ 'ਚ, ਫੋਬੀਆ। ਸੁਣ ਲਿਆ? ਕਹਿੰਦੇ ਪਰ ਤੂੰ ਗਾਇਆ ਵਧੀਆ। ਕਹਿੰਦੇ ਇੱਕ ਹੋਰ ਸੁਣਾ। ਹੁਣ ਮੈਂ ਤੁਹਾਨੂੰ ਦੱਸਦਾ ਇਨਵਾਇਰਮੈਂਟ ਸਾਨੂੰ ਕਿੱਦਾਂ ਅਫੈਕਟ ਕਰਦਾ ਹੈ। ਇੱਕ ਬਹੁਤ ਸ਼ਖਸੀਅਤ ਨੇ ਲਿਖਿਆ ਹੈ ਕਿ ਸਾਤੋ ਦਿਨ ਭਗਵਾਨ ਕੇ ਕਿਆ ਮੰਗਲ ਕਿਆ ਪੀਰ, ਜਿਸ ਦਿਨ ਸੋਏ ਦੇਰ ਤੱਕ ਭੁੱਖਾ ਰਹੇ ਫਕੀਰ, ਸੂਰਜ ਠੇਕੇਦਾਰ ਸਾ ਸਭਕੋ ਬਾਟੇ ਕਾਮ, ਮੰਦਿਰ ਮੇ ਹੈ ਮੂਰਤੀ ਮੀਰਾ ਕੇ ਸੰਗ ਸ਼ਾਮ, ਨਦੀਆ ਸੀਚੇ ਖੇਤ ਕੋ ਤੋਤਾ ਕੁਤਰੇ ਆਮ, ਜਿਸਕੀ ਜਿਤਨੀ ਚਾਕਰੀ ਉਸਕੇ ਉਤਨੇ ਦਾਮ, ਜੈਸੀ ਸੰਗਤ ਸਾਧੀਏ ਵੈਸਾ ਹੋਗਾ ਰੂਪ, ਜੈਸੇ ਆਮ ਕੇ ਪੇੜ ਸੇ ਮਿਲਕਰ ਮਿੱਠੀ ਹੋ ਗਈ ਧੂਪ, ਚਾਹੇ ਗੀਤਾ ਵਾਚੀਏ ਚਾਹੇ ਪੜ੍ਹੀਏ ਕੁਰਾਨ, ਤੇਰਾ ਮੇਰਾ ਪਿਆਰ ਹੀ ਹਰ ਪੁਸਤਕ ਕਾ ਗਿਆਨ। ਹਾਊਜ਼ ਇਟ? ਤੋ ਜਿਸ ਤਰ੍ਹਾਂ ਉਹ ਜਿਹੜੀ ਧੁੱਪ ਅੰਬ ਦੇ ਪੇੜ ਨਾਲ ਮਿੱਠੀ ਹੋਈ, ਸੰਗਤ ਜੈਸਾ ਸਾਧੀਏ ਰੂਪ, ਸਰ ਦੇ ਮੂੰਹ 'ਚੋਂ ਗੰਦੀ ਸਮੈਲ ਆਈ, ਉਹ ਟੀਚਰ ਹੀ ਕੀ ਸਾਨੂੰ ਸਿੱਖਿਆ ਦੇਊਗਾ? ਤਾਂ ਮੈਨੂੰ ਕਹਿੰਦਾ ਤੂੰ ਇੱਕ ਹੋਰ ਗਾ। ਹੁਣ ਮੈਨੂੰ ਉੱਥੋਂ ਪ੍ਰੇਰਨਾ ਮਿਲ ਗਈ ਉਸ ਤੋਂ। ਮੈਂ ਕਿਹਾ ਮੁਝੇ ਦੁਨੀਆ ਵਾਲੋ ਸ਼ਰਾਬੀ ਨਾ ਸਮਝੋ, ਮੈਂ ਪੀਤਾ ਨਹੀਂ ਹੂੰ, ਪਿਲਾਈ ਗਈ ਹੈ। ਉਹ ਜਿਹੜਾ ਪੀਊਗਾ ਉਹਦੀ ਜ਼ਿੰਦਗੀ ਕੀ ਹੋਊਗੀ? ਜਹਾਂ ਬੇਖੁਦੀ ਮੈਂ ਕਦਮ ਲੜਖੜਾਏ, ਮਾਸਟਰ ਜੀ ਵਹੀ ਰਾਹ ਤੂਨੇ ਦਿਖਾਈ ਗਈ ਹੈ। ਉਹ ਕਹਿੰਦਾ ਤੂੰ ਮੇਰੇ 'ਤੇ ਫਿਰ ਗਾਇਆ, ਫਿਰ ਧੋਤਾ। ਕਹਿੰਦਾ ਅਲਟੀਮੇਟਲੀ ਤੁਹਾਨੂੰ ਲਾਸਟ ਚਾਂਸ ਹੈ, ਮੇਰੇ 'ਤੇ ਨਹੀਂ ਹੋਣਾ ਚਾਹੀਦਾ। ਮੈਂ ਕਿਹਾ ਹੰਸਰਾ ਸਰ ਠੀਕ ਹੈ। ਔਰ ਮੈਨੂੰ ਵੀ ਗੁੱਸਾ ਆ ਗਿਆ। ਮੈਂ ਆਈ ਐਮ ਵੈਰੀ ਗੁੱਡ ਅਦਰਵਾਈਜ਼ ਇਨ ਆਈ ਮੀਨ ਸਪੋਰਟਸ ਐਂਡ ਆਲ। ਤਾਂ ਮੈਂ ਮਾਸਟਰ ਜੀ ਨੂੰ ਦੇਖ ਕੇ ਮਾਈਕ ਪਕੜਿਆ, ਮੈਂ ਗਾਣਾ ਗਾਇਆ, ਓ ਹੰਸਨੀ ਮੇਰੀ ਹੰਸਨੀ ਕਹਾਂ ਉੜ ਚਲੀ, ਮੇਰੇ ਅਰਮਾਨੋ ਕੇ ਪੰਖ ਲਗਾ ਕੇ। ਮੈਂ ਉੜ ਗਿਆ, ਮੈਂ ਰੁਕਿਆ ਨਹੀਂ। ਉਹ ਪਿਆਰ ਨਾਲ ਆਪਣੀ ਵਾਈਫ ਨੂੰ ਹੰਸਨੀ ਬੋਲਦੇ ਸੀ। ਸੋ ਮੈਮ ਜੀ, ਉਦੋਂ ਬਾਅਦ ਆਹ ਦਿਨ ਆ ਗਿਆ, ਮੈਂ 7,000 ਬੱਚਿਆਂ ਨੂੰ ਮਾਸ ਲੈਕਚਰ ਦਿੱਤਾ ਹੈ, ਅਤੇ ਸੋ ਮੈਂ ਪਹਿਲੀ ਕਰ ਦਿੰਦਾ, ਉੱਠਣਾ ਪੈਂਦਾ। ਸੋ ਲੌਜਿਕ ਇਜ਼ ਦਿਸ, ਸਾਨੂੰ ਆਪਣੇ ਅੰਦਰ ਇੰਨਾ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ
ਕਿ ਅਸੀਂ ਡਰਨਾ ਨਹੀਂ ਜੀਵਨ ਮੇਂ ਤੋ ਡਰਨਾ ਨਹੀਂ ਸਰ ਨੀਚਾ ਕਭੀ ਕਰਨਾ ਨਹੀਂ ਹਿੰਮਤ ਵਾਲੇ ਕੋ ਕਭੀ ਮਾਰਨਾ ਨਹੀਂ ਠੀਕ ਹੈ ਨਾ ਸੋ ਮੇਰੀ ਭੈਣ ਇੱਧਰ ਆ ਅੱਜ ਤੋਂ ਬਾਅਦ ਆਪਣੇ ਭਰਾ ਵਰਗੀ ਬਣ ਜਾ ਪਰ ਉਹ ਕਹਾਵਤ ਥੋੜੀ ਏਦੀ ਬਣੀ ਹੈ ਪਿਤਾ ਪੇ ਪੂਤ ਜਾਤ ਪੇ ਘੋੜਾ ਔਰ ਨਹੀਂ ਤੋ ਥੋੜਾ ਥੋੜਾ ਮੰਮੀ ਤੇ ਨਹੀਂ ਨਾ ਗਏ ਉਹ ਪਾਪਾ ਤੇ ਚਲੇ ਗਏ ਫਿਰ ਸੋ ਗੋਡ ਬਲੈਸ ਯੂ ਥੈਂਕ ਯੂ ਵੈਰੀ ਮਚ ਸੋ ਡੀਅਰ ਟੀਚਰਸ ਵੀ ਰੀਅਲੀ ਆਈ ਟਰਾਈ ਟੂ ਡਿਕੋਡ ਐਵਰੀਥਿੰਗ ਵਿਦ ਐਗਜ਼ੈਂਪਲ ਕਿ ਇੰਗਲਿਸ਼ ਕਿੱਦਾਂ ਠੀਕ ਕੀਤੀ ਮਾਈਕ ਫੋਬੀਆ ਕਿੱਦਾਂ ਠੀਕ ਕੀਤਾ ਮੈਥ ਕਿੱਦਾਂ ਇੰਟਰਸਟਿੰਗ ਬਣਿਆ ਐਂਡ ਇਹ ਕਟਾਰੀਆ ਸਾਹਿਬ ਜਿਹੜੇ ਨੇ ਨਾ ਇਹ ਬਹੁਤ ਡਾਂਟਦੇ ਆ ਮੈਨੂੰ ਮਿੰਟ 'ਚ ਐਂ ਕਰ ਦੇਣਗੇ ਜਿਵੇਂ ਥਰਡ ਅੰਪਾਇਰ ਤੋਂ ਅਪੀਲ ਕਦੀ ਕੁਛ ਡੂ ਵੀ ਹੈਵ ਸਮ ਸਾਇੰਸ ਟੀਚਰਸ ਹੀਅਰ ਸਮ ਸਾਇੰਸ ਟੀਚਰਸ ਦੇਖੋ ਮੈਂ ਆਪਸ 'ਚ ਬੈਠ ਕੇ ਡਿਸਕਸ ਕਰ ਰਿਹਾ ਕੋਈ ਨਹੀਂ ਆਈ ਰਿਕੁਐਸਟ ਆਲ ਸਾਇੰਸ ਟੀਚਰਸ ਟੂ ਜੁਆਇਨ ਮੀ ਪਲੀਜ਼ ਵਿਗਿਆਨ ਪੜ੍ਹਾਉਣ ਵਾਲੇ ਅਧਿਆਪਕ ਆਰ ਦੇ ਪ੍ਰੈਜ਼ੈਂਟ ਪਲੀਜ਼ ਜੁਆਇਨ ਮੀ ਬੀ ਕੁਇਕ ਸ਼ੀ ਇਜ਼ ਰੀਅਲੀ ਅ ਬਰੇਵ ਯੂ ਨੋ ਸ਼ੀ ਟੁੱਕ ਇਨੀਸ਼ੀਏਟਿਵ ਵੈਰੀ ਗੁੱਡ ਆਫਟਰ ਗੋਡ ਬਲੈਸ ਯੂ ਸੋ ਮੈਮ ਕਾਈਂਡਲੀ ਇੰਟਰੋਡਿਊਸ ਯੋਰ ਸੈਲਫ ਐਂਡ ਸਬਜੈਕਟ ਐਂਡ ਮਾਈਕ ਗੁੱਡ ਆਫਟਰਨੂਨ ਟੂ ਆਲ ਆਫ ਯੂ I think all of you now have come to know me, Mrs. Gurlain, PGT Chemistry. Wow. PGT Chemistry. Right. Yes, ma'am. Please join us. I'll tell you. Yes, please, you two, just keep introducing. Okay, so very good afternoon. My name is Harpreet and I'm TGT Science. Science mein physics, chemistry, maths, all? Chemistry. Basically, my subject is chemistry. CNS2N+2. CNS2N+1, yes. ROH alcohol, yes. RCHO-aldehyde, ROH, hai na, ethanoic acid, ketone and all, hai na. Yes, ma'am. First of all, main aapko sach batane wala hoon. Bilkul bura nahi manna. Ma'am, I really, when I was talking to you, I humbly apologize. Like, I find my one of the teachers, she resembles a lot with her. So, with regards, please. I'm Swatantar. They know me very well, sir. I'm Swatantar. I'm teaching physics 9th, 10th block. Wow, great. Thank you, ma'am. It's an honor to talk to you. Yes, sir. Good afternoon, sir. My name is Charandeep Singh. Sir, idda name. Idda rajo. Mic nahi chal raha. Aap padh lo. Good afternoon, everyone. Good afternoon, sir. My name is Charandeep Singh. Right, sir. Subject? Science, basically I'm teaching physics and chemistry. Wow, great. Yes, please, ma'am. Good afternoon, everyone. I'm Pratibha, I'm PGT Chemistry. Wow, great. Good afternoon, all. I'm Anu Narula and I teach biology. Dar lag raha hai na kolo. Kyunki sanu aundi nahi hai. Ye pakadna. I'll tell you, dear teachers, being a physics teacher, I generally say all nature is physics, rest is stamp collection. Te kahin gusse ho jande, ek kyun kehta? And I'll tell you, honorable ma'am, I was a student in 9th class in Chandigarh. I was shifted Shishunaketan. So my teacher taught us that bada interesting hai sunan wala hai
कि एवरी मटीरियल बॉडी इन दिस यूनिवर्स अट्रैक्ट ईच अदर विद अ फोर्स विच इज डायरेक्टली प्रोपोर्शनल टू द प्रोडक्ट ऑफ द मासेस इनवर्सली प्रोपोर्शनल टू द स्क्वायर ऑफ द डिस्टेंस एंड एफ इज इक्वल टू जी एम एम अपॉन आर स्क्वायर. यू नो व्हाट इज फिजिक्स, हाउ वी रिलेट फिजिक्स. व्हेन वी स्टार्ट फिजिक्स, यू नो से आई डू जनरली रैंडम विद द स्टूडेंट्स, वाई इक्वल टू एक्स टेन थीटा वन माइनस एक्स अपॉन आर, और वाई इक्वल टू एम एक्स प्लस सी, इक्वेशन ऑफ स्ट्रेट लाइन. इफ द टू प्रोजेक्टाइल्स आर साइमल्टेनियसली प्रोजेक्टेड, दे अपीयर्स टू बी इन द स्ट्रेट लाइन. H is equal to u square sin square theta upon 2g, t is equal to 2u sin theta upon g, dr by r equal to minus dg by g, p square q square 2pq cos theta, under root is the resultant of a parallelogram, tan beta is equal to q sin theta upon p plus q cos theta. Hope I am right, ma'am. So like we quickly do that. My ma'am was teaching me every material body in this universe attract each other. Is Brahmand vich har vastu duje vastu nu akarshit kardi hai, jide vich unhan de product of mass in punj kehnde inversely proportional to square of distance kehnde hai. Main sunya hai sade 17 sector ch ik Ramesh Samosa wala hai, oh bag jaha ja mera paya na chutti hon to baad 3 baje da time samose kadda, 4 baje da time hunda si, us time ik zamana hunda si cha banande hunde si 4 baje har ghar ch. ਮੈਂ ਨਾ ਜੀ ਬੈਗ ਐਂ ਕਰ ਲਿਆ, ਮੈਂ ਕਿਹਾ ਐਵਰੀ ਮਟੀਰੀਅਲ ਬੋਡੀ ਅਟਰੈਕਟ, ਲੈਟ ਵਨ ਟੂ ਸਮੋਸਾ ਐਂਟਰ. ਆਇਆ ਨਹੀਂ ਸਵਤੰਤਰ ਮੈਮ. ਨੈਕਸਟ ਡੇ ਬੀਇੰਗ ਅ ਵੈਰੀ ਨੋਟੀ ਸਟੂਡੈਂਟ, ਮੈਂ ਮੈਮ ਨੂੰ ਪੁੱਛ ਲਿਆ, ਮੈਂ ਕਿਹਾ ਮੈਮ ਸਮੋਸਾ ਮੇਰੇ ਬੈਗ 'ਚ ਕਿਉਂ ਨਹੀਂ ਆਇਆ? ਕਹਿੰਦੀ ਖੜਾ ਹੋ. ਅਬ ਪਤਾ ਨਹੀਂ ਭਾਈ ਹੰਸਰਾਜ ਤੋਂ ਵੀ ਕੁੱਟ ਖਾਧੀ, ਉਸ ਤੋਂ ਵੀ ਖਾਧੀ, ਚੱਲ ਬਾਹਰ. ਉਦੋਂ ਬਾਅਦ ਜਦੋਂ ਬਾਹਰ ਖੜਾ ਕਰ ਦਿੰਦੇ ਸੀਗੇ, ਫਿਜ਼ਿਕਸ ਦਾ ਸਾਡਾ ਪਹਿਲਾ ਕਲਾਸ ਹੁੰਦਾ ਸੀ, ਉਦੋਂ ਪ੍ਰਿੰਸੀਪਲ ਸਰ ਰਾਊਂਡ 'ਤੇ ਆਉਂਦੇ ਹੁੰਦੇ ਸੀ, ਹਾਂਡਾ ਮੈਮ, ਉਹਨੇ ਵੀ ਦੋ ਧਰਤੀਆਂ. ਪਰ ਜੇ ਤੁਸੀਂ ਬਹੁਤ ਕੁੱਟ ਖਾਵਾ ਹੀ ਹੋਏਗੀ ਤਾਂ ਨੈਸ਼ਨਲ ਅਵਾਰਡ ਤਾਂ ਮਿਲਣਾ ਹੀ ਮਿਲਣਾ ਹੈ. ਹੈਂ ਸੋ ਮੈਨੂੰ ਆਂਸਰ ਨਹੀਂ ਮਿਲਿਆ. ਫਿਰ ਜਦੋਂ ਮੈਂ ਟੀਚਿੰਗ ਕਰਨ ਲੱਗਿਆ ਤਾਂ ਮੈਂ ਸਟੂਡੈਂਟ ਨੂੰ, ਮੈਂ ਐਕਚੁਅਲੀ ਪੜ੍ਹਾਉਂਦਾ ਘੱਟ ਸੀਗਾ, ਬੱਚਿਆਂ ਨੂੰ ਹੀ ਪੁੱਛੀ ਜਾਂਦਾ ਸੀ, ਦੱਸੋ ਕਿਉਂ ਹੋਊਗਾ? ਬੱਚੇ ਕਹਿੰਦੇ ਸਾਨੂੰ ਨਮੈਰੀਕਲਸ ਨਹੀਂ ਆਉਂਦੇ. ਨਮੈਰੀਕਲਸ ਇੱਕ, ਜਿੰਨੇ ਵੀ ਪੇਰੈਂਟਸ ਬੈਠੇ ਆ ਜਿਨ੍ਹਾਂ ਨੇ ਸਾਇੰਸ ਦੀ ਜਗ੍ਹਾ ਆਰਟਸ ਵੀ ਹੈ, ਅਗਰ ਉਹਨਾਂ ਦੇ ਬੱਚੇ ਮੈਡੀਕਲ ਨੋਨ ਮੈਡੀਕਲ ਚ, ਉਹਨਾਂ ਦੀ ਇੱਕੋ ਮਾਮਾ ਮੇਰੇ ਕੋਲ ਨਮੈਰੀਕਲ ਨਹੀਂ ਆਉਂਦੇ. ਨਮੈਰੀਕਲ ਕੋਈ ਇਸ਼ੂ ਨਹੀਂ ਹੈ. ਟੀਚਰ ਜਿਹੜਾ ਨਾ, ਕਿਤਾਬ ਜਿਹਨੇ ਲਿਖੀ ਉਹ ਵੀ ਤਾਂ ਸਾਡੇ ਵਰਗਾ ਹੀ ਹੈ. ਵਾਈ ਡੋਂਟ ਵੀ ਕ੍ਰੀਏਟ ਅਵਰ ਓਨ ਨਮੈਰੀਕਲਸ? ਕਨਸੈਪਟ ਹੈ, ਥਿਊਰੀ ਵੀ ਇੱਕ ਸਪੈਸ਼ਲ ਕੇਸ ਆਫ ਨਮੈਰੀਕਲ ਹੈ. ਮੈਂ ਆਈ ਵੈਂਟ ਸਮਵੇਅਰ, ਆਈ ਸੈਡ ਕਿ ਮੇਰਾ ਗਰੁੱਪ ਸਟਾਰਟ ਹੋਇਆ ਪੜ੍ਹਾਉਣ ਦਾ, ਬੱਚੇ 10 ਸੀਗੇ, ਅਗਲੇ ਦਿਨ 20 ਹੋ ਗਏ, 30, 40, 50, 60, 70. ਮੈਂ ਬੜਾ ਖੁਸ਼ ਹੋਇਆ. ਫਿਰ ਮੈਂ ਇੱਕ ਆਈਡੀਆ ਲਗਾਇਆ, ਦ ਟੀਚਿੰਗ ਆਫ ਅ ਟੀਚਰ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦ ਟਾਈਮ ਯੂ ਸਪੈਂਡ ਵਿਦ ਹਿਮ. ਜੇ ਕੋਈ ਬੱਚਾ ਤੁਹਾਡੇ ਕੋਲ ਆਏਗਾ, ਵਕਤ ਬਿਤਾਏਗਾ, ਔਰ ਤੁਹਾਡੇ ਕੋਲ ਨੌਲੇਜ ਕੰਟੈਂਟ ਆ, ਤੁਹਾਡੇ ਕੋਲ ਜੁੜ ਜਾਏਗਾ. ਹਾਂ ਜਾਂ ਨਾ? Teaching of a teacher is equal to k times the time you spend with him. K hai constant of proportionality. Assi puchde hain bachcha nu, assi kyu introduce karde hain? Oh kehnde hain jadon assi sign nu remove karde hain equal sign anda nahi. K depends karda nature of strength of relation. K greater than 0, teacher has knowledge. Equal to 0, teacher kitab khol ke, kahi teacher ki karde hain, kitab le aake na ode ch chhpo dende podium ch, likhao upar na dekha dant haddiyan tod do. ਉੱਥੋਂ ਦੇਖ ਦੇਖ ਕੇ ਬੋਲ ਜਾਂਦੇ ਬੱਚੇ, ਲਿਖੀ ਜਾਂਦੇ, ਔਰ ਐਸੇ ਟੀਚਰ ਦੇ ਕਲਾਸ 'ਚ ਬੱਚਾ ਨਹੀਂ ਪੜ੍ਹੇਗਾ, ਯਾਦ ਰੱਖ ਲੈਣਾ. ਚਾਹੇ ਬੱਚਾ ਨਲਾਇਕ ਹੀ ਕੀ ਕਿਉਂ ਨਾ ਹੋਏ, ਮੈਡਮ ਨੇ ਤਾਂ ਉਹੀ ਚੁਪਾਤਾ ਜੋ ਕਿਤਾਬ 'ਚ ਲਿਖਿਆ ਹੋਇਆ. ਐਮ ਆਈ ਰਾਈਟ? ਯੂ ਹੈਵ ਟੂ ਕ੍ਰੀਏਟ ਯੋਰ ਓਨ ਕੰਟੈਂਟ, ਬਟ
should be standard one, acceptable by the CBSE. If K is less than 0, teacher has no knowledge. ਉਹਨੂੰ ਸਬਜੈਕਟ ਨਹੀਂ ਪਤਾ, ਟੀਚਰ ਬਾਏ ਫੋਰਸ। ਹੁਣ ਇੱਥੇ ਕੀ ਹੈ, ਆਹ ਜਿਹੜਾ ਕੋਂਸਟੈਂਟ ਹੈ ਸਟਰੈਂਥ ਦੱਸਦਾ, ਇਸਦੀ ਵੈਲਿਊ ਹੈ 6.7 10^-11 ਨਿਊਟਨ ਮੀਟਰ ਸਕੁਆਇਰ ਕਿਲੋਗ੍ਰਾਮ ਇਨਵਰਸ ਸਕੁਆਇਰ, ਐਂਡ ਦਿਸ ਇਜ਼ ਨੀਅਰਲੀ 0। ਤਾਂ ਸਟਰੈਂਥ ਆਫ ਰਿਲੇਸ਼ਨ 0 ਹੈ, ਇਸ ਕਰਕੇ ਇਹ ਹੈਵਨਲੀ ਬਾਡੀਜ਼ ਦੇ ਵਿੱਚ ਲੱਗਦਾ ਹੈ। ਇਸ ਤਰ੍ਹਾਂ ਦੀ ਕੁਐਸਚਨ ਸਾਡੇ ਦਿਮਾਗ 'ਚ ਆਉਂਦੇ ਨੇ, ਟੀਚਰਸ ਨੂੰ ਆਂਸਰ ਕਰਨੇ ਪੈਂਦੇ ਆ। ਕਈ ਵਾਰ ਟੀਚਰ ਨੂੰ ਖੁਦ ਨੂੰ ਨਹੀਂ ਪਤਾ। ਇਟ ਡਜ਼ ਨੋਟ ਮੀਨ ਕਿ ਅਸੀਂ ਬੱਚੇ ਦੇ ਬੇਇੱਜ਼ਤੀ ਕਰ ਦਈਏ, ਅਸੀਂ ਐਕਸੈਪਟ ਕਰ ਲਈਏ। ਸਾਡੀ ਇੰਟੈਂਸ਼ਨ ਬਹੁਤ ਅੱਛੀਆਂ, ਬੱਚਾ ਸਾਨੂੰ ਕਹੇਗਾ ਮੈਮ ਤੁਸੀਂ ਬਹੁਤ ਵਧੀਆ ਪੜ੍ਹਾਉਂਦੇ ਹੋ ਮੈਮ, ਪਰ ਇਸ ਦੇ ਉੱਤੇ ਕੁਐਸਚਨ ਦਾ ਆਂਸਰ ਤੁਹਾਡਾ ਸੈਟਿਸਫੈਕਟਰੀ ਨਹੀਂ ਸੀ। ਬੇਟਾ ਮੈਨੂੰ ਵੀ ਨਹੀਂ ਮਜ਼ਾ ਆਇਆ, ਮੈਨੂੰ ਵੀ ਰਾਤ ਨੀਂਦ ਨਹੀਂ ਆਈ, ਮੈਂ ਤੇਰੇ ਕੁਐਸਚਨ ਦਾ ਆਂਸਰ। ਜਿੱਦਣ ਤੁਸੀਂ ਕਲਾਸ 'ਚ ਜਾ ਕੇ ਐਕਸੈਪਟ ਕਰ ਲਓਗੇ ਨਾ ਕਿ ਯੈਸ ਮੈਨੂੰ ਨਹੀਂ ਆਉਂਦਾ ਇਹ, ਔਰ ਮੈਂ ਇਸ 'ਤੇ ਵਰਕ ਕਰਨਾ ਹੈ, ਮੈਂ ਇਸ 'ਤੇ ਸਟੱਡੀ ਕਰਨਾ ਹੈ, ਬੱਚਾ ਤੁਹਾਨੂੰ ਐਕਸੈਪਟ ਕਰੇਗਾ, ਵਨ ਆਫ ਦਾ ਬੈਸਟ ਟੀਚਰ। ਜੇ ਆਪਾਂ ਉਹੀ ਘੁਮਾ ਦਾਂਗੇ ਉਹ ਇਸੇ ਨਾ ਇਹ ਕਹਾਣੀਆਂ ਨਾ ਨਾ ਨਾ। ਸੋ ਯੂ ਹੈਵ ਟੂ ਬੀ ਵੈਰੀ ਓਨੈਸਟ ਵੈਨ ਯੂ ਆਰ ਇਨਸਾਈਡ ਦੀ ਕਲਾਸ, ਐਂਡ ਯੂ ਹੈਵ ਟੂ ਐਕਸੈਪਟ ਇਫ ਯੂ ਡੋਂਟ ਨੋ, ਸੇ ਆਈ ਡੋਂਟ ਨੋ। ਡੂ ਯੂ ਐਗਰੀ? ਇਟ ਇਜ਼ ਵੈਰੀ ਇੰਪੋਰਟੈਂਟ। ਹੁਣ ਇੱਕ ਵਾਰ ਇੱਕ ਬੱਚੇ ਨੇ ਮੈਨੂੰ ਪੁੱਛਿਆ ਕਿ ਸਰ ਫਾਈਟਰ ਏਅਰਕ੍ਰਾਫਟ ਜਦੋਂ ਉੜਦਾ ਹੈ ਤਾਂ ਉਹਦੇ ਪਿੱਛੇ ਇੱਕ ਵਾਈਟ ਲਾਈਨ ਬਣ ਜਾਂਦੀ ਹੈ, ਦੇਖੀਏ। ਮੈਂ ਕਿਹਾ ਕਿਉਂ ਬਣਦੀ ਹੈ? ਕਹਿੰਦਾ ਸਰ ਉਹ ਭੋਲੇ ਹੜਦਾ ਸਰ, ਉਹ ਪੁਰਾਣੇ ਮਾਡਲ ਗੱਡੀ ਨਹੀਂ ਹੈ, ਉਹ ਬਲੈਰੋ। ਮੈਂ ਕਿਹਾ ਉਹ ਪਿੱਛੇ ਤੋਂ ਕਾਲਾ ਧੂੰਆਂ ਕੱਢਦੇ, ਉਹ ਵੀ ਤਾਂ ਇੱਦਾਂ ਹੈ ਧੂੰਆਂ ਹੈ। ਇਟਸ ਨੋਟ ਸਮੋਕ, ਇਟ ਇਜ਼ ਦੇਰ ਇਜ਼ ਵਨ ਬਰਨੌਲੀਜ ਥਿਓਰਮ, ਪ੍ਰੈਸ਼ਰ ਇਜ਼ ਇਕੁਅਲ ਟੂ ਕੋਂਸਟੈਂਟ ਮਾਈਨਸ ਹਾਫ ਰੋ ਵੀ ਸਕੁਆਇਰ। ਇਫ ਯੂ ਆਰ ਮੂਵਿੰਗ ਵੈਰੀ ਫਾਸਟ, ਜੇ ਤੁਸੀਂ ਕਾਰ 'ਚ ਬੜਾ ਫਾਸਟ ਜਾਂਦੇ ਹੋ ਤਾਂ ਤੁਹਾਡੇ ਨਾਲ ਜਿਹੜਾ ਮੀਡੀਅਮ ਹੈ ਉਹ ਵੀ ਉਨਾ ਹੀ ਫਾਸਟ ਟਰੈਵਲ ਕਰਦਾ ਹੈ। ਜਿਹੜਾ ਆਲੇ ਦੁਆਲੇ ਦਾ ਮੀਡੀਅਮ ਹੈ ਉਹ ਸਲੋ ਹੁੰਦਾ ਹੈ, ਤਾਂ ਤੁਹਾਡੇ ਪਿੱਛੇ ਵਿਲੋਸਟੀ ਵੱਧ ਜਾਂਦੀ ਹੈ, ਆਲੇ ਦੁਆਲੇ ਦਾ ਐਟਮੋਸਫੀਰਿਕ ਪ੍ਰੈਸ਼ਰ ਵੱਧ ਜਾਂਦਾ, ਉਹ ਆਰਟੀਫਿਸ਼ਲ ਕਲਾਊਡਸ ਬਣਦੇ ਆ। ਪਲੱਸ ਸਰਦੀਆਂ ਦੇ ਵਿੱਚ ਜਦੋਂ ਤੁਸੀਂ ਕਰਦੇ ਹੋ ਭਾਫ ਆਉਂਦੀ ਹੈ ਨਾ, ਤਾਂ ਉੱਪਰ ਜਿਹੜਾ ਉਹ ਏਅਰਕ੍ਰਾਫਟ ਐਡੇ ਆਲਟੀਚਿਊਡ 'ਤੇ ਉੱਡ ਰਿਹਾ, ਹਾਇਰ ਵੀ ਗੋ ਦਾ ਖੁੱਲਰ ਇਟ ਇਜ਼, ਖੁਦ ਹੀ ਕੋ ਬਰਕਰ ਬੁਲੰਦ ਇਤਨਾ ਖੁਦਾ ਪੁੱਛੇ ਬੱਚਾ ਹਮਾਰੀ ਰਜਾਈ, ਅਰੇ ਰਜਾਈ ਕਹਾਂ ਹੈ, ਮਤਲਬ ਤੁਸੀਂ ਆਪਣੇ ਆਪ ਨੂੰ ਇੰਨੀ ਹਾਈਟ 'ਤੇ ਲੈ ਜਾਓ ਠੰਡ ਹੋ ਜਾਂਦੀ ਹੈ। ਤਾਂ ਲੌਜਿਕ ਇਜ਼ ਦੈਟ ਕਿ ਜਹਾਜ਼ ਦੇ ਪਿੱਛੇ ਆਰਟੀਫਿਸ਼ਲ ਕਲਾਊਡਸ ਬਣ ਜਾਂਦੇ ਨੇ, ਤਾਂ ਬੱਚੇ ਇਹ ਚੀਜ਼ਾਂ ਨਾਲ ਕਨੈਕਟ ਹੁੰਦੇ ਨੇ। ਜੋ ਹੁਣ ਮੈਂ ਦੱਸਦਾ, ਸਾਡੇ ਪਿੰਡ 'ਚ ਇੱਕ ਅੰਕਲ ਆਉਂਦੇ ਸੀ ਵਿਦਿਆ ਸਾਗਰ ਮੈਮ, ਉਹਨੇ ਜਦ ਵੀ ਆਉਣਾ ਸਰ, ਅੰਕਲ ਉਹਦਾ ਨਾਮ ਸੀ ਵਿਦਿਆ ਸਾਗਰ, ਸਾਡੇ ਪਿੰਡ 'ਚ ਸਾਡੇ ਘਰ ਇੱਕ ਅੰਕਲ ਆਉਂਦੇ ਸੀ, ਨਾਮ ਸੀ ਵਿਦਿਆ ਸਾਗਰ, ਉਹ ਅੰਗਰੇਜ਼ਾਂ ਦੇ ਜ਼ਮਾਨੇ ਦਾ ਜੇਈ ਸੀ। ਉਹਨੇ ਇੱਕੋ ਹੀ ਕੁਐਸਚਨ ਪੁੱਛਣਾ, ਹੂ ਗੇਵ ਦੀ ਲਾਅ ਆਫ ਇਨਰਸ਼ੀਆ? ਮੈਂ ਕਿਹਾ ਜੀ ਪਤਾ ਨਹੀਂ। ਕਹਿੰਦਾ ਜੀ ਨਿਊਟਨ। ਹੂ ਗੇਵ ਦਾ ਲਾਅ ਆਫ ਇਨਰਸ਼ੀਆ? ਨਿਊਟਨ। ਮੈਂ ਪੇਪਰ 'ਚ ਲਿਖਤਾ ਨਿਊਟਨ, ਸਵਤੰਤਰ ਮੈਮ ਨੇ ਮਾਰਿਆ ਕਾਟਾ ਨਾਲੇ ਲਗਾਏ ਦੋ ਥੱਪੜ। ਮੈਂ ਕਿਹਾ ਮੈਮ ਇੱਦਾਂ ਕਿਉਂ ਹੈ? ਕਹਿੰਦੀ ਬੇਵਕੂਫ, ਗਲੇਲੀਓ ਨੇ ਦਿੱਤਾ ਸੀ, ਨਾਟ ਨਿਊਟਨ। ਦ ਲਾਅ ਆਫ ਇਨਰਸ਼ੀਆ ਇਜ਼ ਗਿਵਨ ਬਾਏ ਗਲੇਲੀਓ। ਜਦੋਂ ਵਿਦਿਆ ਸਾਗਰ ਮੇਰੇ ਕੋਲ ਆਇਆ, ਮੈਂ ਕਿਹਾ ਭੱਜ ਜਾ, ਤੂੰ ਵਿਦਿਆ ਦਾ ਉਹ ਸਾਗਰ ਹੈ ਜਿਸ 'ਚ ਵਿਦਿਆ ਦੀ ਇੱਕ ਬੂੰਦ ਨਹੀਂ। ਤਾਂ ਕਈ ਵਾਰ ਕੀ ਹੁੰਦਾ, ਪੁਰਾਣੇ ਜ਼ਮਾਨੇ 'ਚ ਜਿਹੜੇ ਘਰ ਆਉਂਦੇ ਸੀ ਚਾਰ ਕੁਝ ਲੋਕ ਨੌਲੇਜ ਵੰਡਣ, ਕਈ ਐਸੇ ਸੜੂ ਅੰਕਲ ਆਉਂਦੇ ਸੀ, ਉਹ ਆ ਕੇ ਪਹਿਲੇ ਦੇਖ ਕੇ ਅਸੀਂ ਭੱਜ ਲੈਂਦੇ ਸੀ, ਦਰਾ ਜਿਹੜਾ ਸੁਣਾ ਏ ਪਲੱਸ ਬੀ ਕਿਊਬ ਕਿਆ ਹੈ, ਉਹ ਛੱਡੋ ਜੀ ਤੁਸੀਂ ਕਿਉਂ ਪਟਵਾਈ ਕਰਾਉਣੀ ਹੈ। ਲੌਜਿਕ ਇਜ਼ ਵਾਟ, ਅੱਜ ਦੀ ਡੇਟ 'ਚ ਟੈਕਨੋਲੋਜੀ ਹੈ, ਕੌਣ? ਗੂਗਲ। ਹਰ ਬੱਚਾ ਗੂਗਲ ਕਰ ਸਕਦਾ ਹੈ, ਤੁਸੀਂ ਹਰ ਚੀਜ਼ ਨੂੰ ਗੂਗਲ ਕਰ ਸਕਦੇ ਹੋ। ਮੈਨੂੰ ਵੀ ਗੂਗਲ ਕਰ ਲੈਣਾ, ਮੇਰੇ ਜਾਣ ਤੋਂ ਬਾਅਦ ਮੇਰੀ ਜਨਮ ਪੱਤਰੀ ਖੁੱਲ੍ਹ ਜੂਗੀ, ਠੀਕ। ਸੋ ਲੌਜਿਕ ਇਜ਼ ਵਾਟ ਡੀਅਰ ਟੀਚਰਸ,
we cannot be over smart nowadays. Students are more smart than us. ਤਾਂ ਉਹਨਾਂ ਨੂੰ ਟੇਮ ਕਰਨ ਲਈ ਸਾਨੂੰ ਹੋਰ ਮਿਹਨਤ ਕਰਨੀ ਪੈਣੀ ਹੈ. ਸੋ ਉਹਦੇ ਲਈ ਕੋਰਡੋਵਾ ਵਾਲੇ ਬੜੀ ਮਿਹਨਤ ਕਰ ਰਹੇ ਨੇ. ਮੈਂ ਇਹ ਕਹਿੰਦਾ ਕਿ ਜੋ ਗੌਰਮੈਂਟ ਆਫ ਇੰਡੀਆ ਨਹੀਂ ਕਰ ਸਕਦੀ ਉਹ ਪਬਲਿਸ਼ਰਸ ਕਰ ਸਕਦੇ, ਉਹ ਪੜ੍ਹਾ ਸਕਦੇ ਆ ਜੋ ਉਹ ਤੁਸੀਂ ਚਾਹੋ. ਸੋ ਮੈਂ ਰਿਕੁਐਸਟ ਕਰਾਂਗਾ, ਐਨੀ ਆਫ ਦ ਟੀਚਰਸ ਵੁੱਡ ਲਾਈਕ ਟੂ ਸ਼ੇਅਰ ਸਮ ਆਫ ਦ ਵਿਊਜ਼ ਐਂਡ ਰਿਵਿਊਜ਼ ਰਿਗਾਰਡਿੰਗ ਦ ਸਬਜੈਕਟ. ਯੈਸ ਮੈਮ, ਇੱਧਰ ਆ ਜਾਓ ਮੈਮ, ਇੱਧਰ. ਐਕਚੁਅਲੀ ਨਾ ਹੁਣ ਸਾਰੇ ਮੋਸ਼ਨ ਚ ਆਏ ਔਰ ਵਰਕਸ਼ਾਪ ਬੰਦ ਹੋਣ ਵਾਲੀ ਹੈ, ਆਪਾਂ ਇੱਕ ਹੋਰ ਰੱਖ ਲਿਆ ਸੈਸ਼ਨ ਕਦੇ, ਹੈ ਨਾ, ਕਦੇ ਨਹੀਂ ਸਾਰੇ ਹੀ ਬਰਦਾਸ਼ਤ ਕਰਨਾ. ਯੈਸ actually what I have thought from these whatever the years I have spent while teaching the students, every day we are gaining a new experience. theek hai ji, just like sir has told ki jadon assi padde hunde sige to mostly jehdi teaching hundi sige oh student matlab instruction based hundi sige. theek hai ji, technology develop ho gayi, media aa gaya, ਖਾਸ ਕਰਕੇ ਕੋਰੋਨਾ ਦੇ ਸ਼ਤਾਬ ਬਹੁਤ ਹੀ ਜ਼ਿਆਦਾ. ਈਵਨ ਮੇਰਾ ਜਿਹੜਾ ਆਪਣਾ ਵੱਡਾ ਬੇਟਾ ਹੈ 10th ਦੇ ਵਿੱਚ ਹੈ ਐਂਡ ਆਈ ਹੈਵ ਬੀਨ ਕੰਸੀਡਰਡ ਐਜ਼ ਅ ਗੁੱਡ ਟੀਚਰ ਬਾਈ ਮਾਈ ਸਟੂਡੈਂਟਸ, ਬਟ ਉਹਨੇ ਮੈਨੂੰ ਆ ਕੇ ਕਦੇ ਨਹੀਂ ਪੁੱਛਿਆ ਮੰਮਾ ਮੈਨੂੰ ਕੈਮਿਸਟਰੀ ਦੇ 'ਚ ਆਹ ਪ੍ਰੋਬਲਮ ਆਉਂਦੀ ਹੈ, ਮੈਨੂੰ ਆਹ ਆਨਸਰ ਦੇ ਦਿਉ. ਐਂਡ ਵਟ ਆਈ ਹੈਵ ਨੋਟਿਸਡ, ਹੁਣ ਮੈਨੂੰ ਹੁਣ ਆਦਤ ਹੈ, ਮੈਂ ਕਲਾਸ ਦੇ ਵਿੱਚ ਵੀ ਅਤੇ ਘਰ ਦੇ 'ਚ ਵੀ ਬੱਚਿਆਂ ਦੇ ਨਾਲ ਥੋੜ੍ਹਾ ਥੋੜ੍ਹਾ ਨਾ ਇੰਟਰੈਕਟ ਕਰਦੀ ਰਹਿੰਦੀ ਹਾਂ, ਜਿਵੇਂ ਪਿੰਚ ਕਰਦਾ ਨਹੀਂ ਹੁੰਦਾ ਉਹਨਾਂ ਨੂੰ ਉਵੇਂ. ਤਾਂ ਆਈ ਵਾਜ਼ ਆਇਰਨਿੰਗ ਮਾਈ ਕਲੋਥ, ਕੱਪੜੇ ਪ੍ਰੈਸ ਕਰ ਰਹੀ ਸੀ ਉਹਦੇ ਕੋਲ, ਮੈਂ ਕਿਹਾ ਵੀ ਕੀ ਗੱਲ, ਯੂ ਆਰ ਵੈਰੀ ਇੰਟੈਲੀਜੈਂਟ. ਕਹਿੰਦਾ ਕਿਉਂ ਮੰਮਾ, ਕੀ ਹੋ ਗਿਆ? ਮੈਂ ਕਿਹਾ ਤੈਨੂੰ ਕਦੇ ਕੈਮਿਸਟਰੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ? ਕਹਿੰਦਾ ਨਹੀਂ ਮੰਮਾ, ਆਉਂਦੀ ਹੈ. ਮੈਂ ਕਿਹਾ ਦੈਨ ਯੂ ਆਰ ਨੋਟ ਆਸਕਿੰਗ ਮੀ. ਤੋ ਹੀ ਸੈਡ ਯੂਟਿਊਬ, ਯੂਟਿਊਬ ਤਾਂ ਦੇਖ ਲੈਂਦਾ. ਨਾਓ ਜਸਟ ਆਈ ਵਾਂਟ ਟੂ ਇਨੈਕਟ ਵਨ ਮਾਈ ਰੀਅਲ ਲਾਈਫ ਐਕਸਪੀਰੀਅੰਸ ਫਰੋਮ ਲਾਸਟ ਈਅਰ ਓਨਲੀ, ਐਂਡ ਦਾ ਸਟੂਡੈਂਟ ਇਜ਼ ਸਿਟਿੰਗ ਵਿਦ ਮੀ ਇਨ ਪਲੱਸ ਟੂ ਦਿਸ ਸੈਸ਼ਨ. ਠੀਕ ਹੈ ਜੀ. She came to plus one and she took admission, I think 15 days late as compared to other students. Oh, 15 dinan da jada syllabus khatam ho gaya siga, she has not done. So I gave some problems to the child, to the whole class. The child was trying to solve it, but kyunki unhe kitna hi nahi sikha iska, the child was not having the guts to solve that problem. It was balancing off redox reactions. I was taking around in the class, I found the girl struggling with the equation. ਮੈਂ ਕਿਹਾ ਕਿ ਮੈਂ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ? ਤਾਂ ਬੱਚੇ ਨੇ ਕਿਹਾ ਨਹੀਂ ਨਹੀਂ ਮੈਮ, ਨੋ ਪ੍ਰੋਬਲਮ, ਆਈ ਐਮ ਟਰਾਇੰਗ ਟੂ ਸੋਲਵ ਇਟ. ਆਈ ਗੇਵ ਸਪੇਸ ਟੂ ਦ ਚਾਈਲਡ, ਉਹਨੇ ਕੋਸ਼ਿਸ਼ ਕੀਤੀ ਬਟ ਸ਼ੀ ਵਾਜ਼ ਨੋਟ ਸਕਸੈਸਫੁਲ. ਕਿ ਨਹੀਂ ਮੈਮ, ਮੈਂ ਨਾ, ਮੈਂ ਕਿਹਾ ਤੁਹਾਨੂੰ ਹੈਲਪ ਚਾਹੀਦੀ, ਤੁਸੀਂ ਲੇਟ ਆਏ ਹੋ. ਕਹਿੰਦੇ ਨੋ, ਮੈਂ ਘਰ ਜਾ ਕੇ ਨਾ ਮੈਂ ਫਿਜ਼ਿਕਸ ਵਾਲਾ ਉਹ ਦੇਖਦੀ ਹਾਂ ਯੂਟਿਊਬ, ਤਾਂ ਮੈਂ ਉਹਤੋਂ ਥੋੜ੍ਹਾ ਜਿਹਾ ਇੰਸਟਰਕਟ ਲੈ ਕੇ ਕੱਲ੍ਹ ਨੂੰ ਮੈਂ ਜ਼ਰੂਰ ਸੋਲਵ ਕਰਕੇ ਦੱਸੂੰਗੀ. ਮੈਂ ਕਿਹਾ ਠੀਕ ਹੈ, ਯੂ ਕੈਨ ਟੇਕ ਯੂਅਰ ਟਾਈਮ, ਥੈਂਕ ਯੂ. ਤੋ ਨੈਕਸਟ ਡੇ ਮੈਂ, ਕਿਉਂਕਿ ਆਈ ਵਾਜ਼ ਅ ਟੀ ਆਈ ਐਮ ਅ ਟੀਚਰ, ਤੋ ਆਈ ਐਮ ਬਾਉਂਡ ਵਿਦ ਇਨ ਦ ਬਾਉਂਡਰੀਜ਼ ਆਫ ਕਵਰਿੰਗ ਦਾ ਸਿਲੇਬਸ ਆਲਸੋ, ਹੈ ਨਾ ਜੀ. ਤੋ ਮੈਂ ਦੁਬਾਰਾ ਉਹ ਰਿਪੀਟ ਨਹੀਂ ਕਰ ਸਕਦੀ ਸੀਗੀ, ਬਟ ਆਈ ਆਸਕਰ ਕਿ ਜਦੋਂ ਵੀ ਤੈਨੂੰ ਲੋੜ ਪੈਂਦੀ ਆ ਯੂ ਕੈਨ ਕਾਲ ਮੀ, ਆਈ ਵਿਲ ਆਲਵੇਜ਼ ਵੀ ਅਵੇਲੇਬਲ. ਬਟ ਸ਼ੀ ਸੈਡ ਨਹੀਂ ਮੈਮ, ਯੂ ਗਿਵ ਮੀ ਵਨ ਚਾਂਸ, ਤੋ ਆਈ ਵਿਲ ਬੀ ਜਸਟ ਟਰਾਇੰਗ ਮਾਈ ਬੈਸਟ ਟੂ ਜਸਟ ਡੂ ਦਿਸ ਟੋਪਿਕ ਔਨ ਮਾਈ ਓਨ. ਮੈਨੇ ਕਿਹਾ ਯੈਸ, ਯੂ ਕੈਨ ਟੇਕ ਯੂਅਰ ਟਾਈਮ. ਟੈਸਟ ਹੋ ਗਿਆ ਜੀ ਉਸ ਚੈਪਟਰ ਦਾ, ਉਸ ਇਕੁਏਸ਼ਨਸ ਦਾ, ਸ਼ੀ ਵਾਜ਼ ਨੋਟ ਏਬਲ ਟੂ ਗੈਟ ਪਾਸ ਮਾਰਕਸ. ਤੋ ਵਨ ਡੇ ਆਈ ਵਾਜ਼ ਟੀਚਿੰਗ ਮੋਲ ਕੰਸੈਪਟ, ਮੋਲੈਰਿਟੀ, ਮੋਲੈਲਿਟੀ, ਤੋ ਸ਼ੀ ਵਾਜ਼ ਡੂਇੰਗ ਸਮਥਿੰਗ ਐਲਸ. ਮੈਨੇ ਕਿਹਾ ਬੱਚੇ ਤੁਸੀਂ ਕੀ ਕਰ ਰਹੇ ਹੋ? ਕਹਿੰਦੀ ਆਈ ਐਮ ਡੂਇੰਗ ਸਮਥਿੰਗ ਐਲਸ, ਜਿਹੜਾ ਮੈਂ ਪਿੱਛੇ ਨਹੀਂ ਸੀ ਕੀਤਾ. ਮੈਨੇ ਕਿਹਾ ਯੂ ਆਰ ਨੋਟ ਲਿਸਨਿੰਗ ਟੂ ਮੀ. ਕਹਿੰਦੀ ਨਹੀਂ ਮੈਮ, ਤੋ ਇਹ ਮੈਂ ਬਾਅਦ ਵਿੱਚ ਕਰੂੰਗੀ ਕਿਉਂਕਿ ਮੈਨੂੰ ਪਿਛਲਾ ਨਹੀਂ ਆਉਂਦਾ. ਮੈਨੇ ਕਿਹਾ ਠੀਕ ਹੈ, ਓਕੇ. ਸਮਰ ਵਕੇਸ਼ਨ ਵਾਜ਼ ਗੋਇੰਗ ਟੂ ਸਟਾਰਟ, ਕਿਉਂਕਿ ਉਹ ਪ੍ਰੋਵੀਜ਼ਨਲ ਕਲਾਸਿਸ ਸੀਗੀਆਂ.
I was going to leave the class just like he is leaving the auditorium. So when I was there at the door, have a nice day, I wish the students. So when I was about to step out of my class, she ran behind me. Ma'am, I want to talk to you something personally, but it is very personal. Please, you give me the time. Now I told her ki I usually reach school earlier, so you can come to me and we will share whatever the case is there. She came to me next day in the morning. The school has not started yet. So she came to me. Some students were there in the class. So I took her around the school. Maine kaha chalo baatein karte hain aur saath mein thoda sa walk karte hain. Kehti ma'am kuch dasna siga. Main kaha haan ji dasso. Kehti madam bada negative feel ho raha hai. Main kaha kiven? Kehti samajh nahi aanda, but mainu aidha lagda ki mere sare passe kuch na kuch negative vibrations ne. Main kaha eh to baat kahani main puri karan. ਕਹਿੰਦੀ ਹਾਂਜੀ ਹਾਂਜੀ ਮੈਂ ਕਿਹਾ ਜਦੋਂ ਬੱਚੇ ਨਾਲ ਵਾਲੇ ਬੈਠ ਕੇ ਤੁਹਾਡੇ ਨਾਲ ਇਕੁਏਸ਼ਨ ਸੋਲਵ ਕਰਦੇ ਨੇ ਤੁਹਾਨੂੰ ਕੁਛ ਮਹਿਸੂਸ ਹੁੰਦਾ ਕਹਿੰਦੀ ਹਾਂ ਮੈਂ ਕਿਹਾ ਕੀ ਮਹਿਸੂਸ ਹੁੰਦਾ ਉਹ ਵੀ ਮੈਂ ਦੱਸਾਂ ਕਹਿੰਦੀ ਹਾਂਜੀ ਮੈਂ ਕਿਹਾ ਤੁਹਾਨੂੰ ਇੱਦਾਂ ਲੱਗਦਾ ਕਿ ਬਾਕੀ ਸਾਰਿਆਂ ਨੂੰ ਆਉਂਦਾ ਮੈਨੂੰ ਉਹ ਨਹੀਂ ਆਉਂਦਾ ਕਹਿੰਦੀ ਹਾਂਜੀ ਬਿਲਕੁਲ ਸਹੀ ਤੁਸੀਂ ਅਪਰੋਚ ਕੀਤੀ ਹੈ ਕਿ ਮੈਨੂੰ ਸੱਚੀ ਨਹੀਂ ਆਉਂਦਾ ਮੈਂ ਕਿਹਾ ਅੱਛਾ ਹੁਣ ਇਹਦਾ ਆਪਾਂ ਸੋਲਿਊਸ਼ਨ ਕੱਢੀਏ ਮੈਂ ਕਿਹਾ ਮੈਂ 15 ਦਿਨ ਉਹ ਟੋਪਿਕ ਟੀਚ ਕੀਤਾ ਤੁਸੀਂ 15 ਦਿਨ ਮੇਰੀ ਕਲਾਸ 'ਚ ਸੀਗੇ ਕਹਿੰਦੀ ਨੋ ਮੈਨੇ ਕਿਹਾ ਦੈਨ ਹਾਊ ਕੈਨ ਯੂ ਐਕਸਪੈਕਟ ਕਿ ਜਿਹੜਾ 15 ਦਿਨ ਮੈਂ ਤੁਹਾਨੂੰ ਪੜ੍ਹਾਇਆ ਤੁਸੀਂ ਮੇਰੀ ਕਲਾਸ 'ਚ ਬੈਠੇ ਨਹੀਂ ਸੀਗੇ ਹਾਊ ਯੂ ਵਿਲ ਬੀ ਏਬਲ ਟੂ ਕਮ ਟੂ ਨੋ ਦੈਟ ਕਹਿੰਦੀ ਨਹੀਂ ਮੈਂ ਸੋਚਿਆ ਸੀ ਮੈਂ ਆਪਣੇ ਲੈਵਲ ਦੇ ਉੱਤੇ ਯੂਟਿਊਬ ਦੇਖ ਕੇ ਕਰ ਲੂੰਗੀ ਮੈਨੇ ਕਿਹਾ ਤੁਸੀਂ ਸਕਸੈਸ ਹੋਏ ਕਹਿੰਦੀ ਨਹੀਂ ਮੈਂ ਕਿਹਾ ਦੈਨ ਫੋਰਗੇਟ ਅਬਾਊਟ ਦੈਟ ਅੱਜ ਤੁਸੀਂ ਮੇਰੀ ਕਲਾਸ 'ਚ ਇਹ ਸਮਝੋ ਕਿ ਮੈਂ ਅੱਜ ਪਹਿਲੇ ਦਿਨ ਨਵੀਂ ਕਲਾਸ ਆਈ ਹਾਂ ਸਟੂਡੈਂਟ ਇਸ ਕਰਕੇ ਜੋ ਅੱਜ ਟੀਚ ਕੀਤਾ ਜਾ ਰਿਹਾ ਤੁਸੀਂ ਉਹਦੇ 'ਤੇ ਫੋਕਸ ਕਰੋ ਫੋਰਗੇਟ ਅਬਾਊਟ ਦਾ ਰੈਸਟ ਦੇਖਾਂਗੇ ਬਾਅਦ ਵਿੱਚੋਂ ਵੈਨ ਯੂ ਵਿਲ ਫੀਲ ਦਾ ਨੀਡ ਵੈਨ ਆਈ ਵਿਲ ਬੀ ਫੀਲਿੰਗ ਦਾ ਨੀਡ ਵੀ ਵਿਲ ਸਿਟ ਟੂਗੈਦਰ ਵੀ ਵਿਲ ਡੂ ਦੈਟ ਵਰਕ on that time but still you should be present at the present moment in the class the girl accepted the advice she was sitting in the class just like the student has entered just on that day only forgetting about the past and within few days after the summer vacation a new student had come to my class and today she is sitting in the topper sections wow, scoring great. 90% plus so this is the situation ki matlab give the students the time space ठीक है दे विल ऑटोमैटिकली कम टू यू रिगार्डिंग द सोल्यूशन ऑफ दियर प्रॉब्लम्स सो आपां नूं पता नहीं हुंदा कि बच्चा कई बार ना किस ट्रॉमा दे विचों पास हो रहा हुंदा है उन्हें बहुत कोशिश की उन्हें कोशिश करन दो तो वैन शी वॉज नॉट एबल टू गैट सक्सैसफुल दैन शी फाउंड देखो AI सर ने हुणी गल की टैक्नोलॉजी आ गई यूट्यूब मैं भी इसे भुलेखे दे च सीगी कि कोरोना करके बच्चे सारे यूज टू हो गए ने YouTube ਦੇਖ ਕੇ ਮੈਂ ਆਈ ਵਾਜ਼ ਆਲਸੋ ਹੈਵਿੰਗ ਦ ਸੇਮ ਬਿਲੀਫ ਕਿ ਨਹੀਂ ਇਹ ਬੱਚਾ ਇੰਟੈਲੀਜੈਂਟ ਤਾਂ ਕਰ ਲੂਗਾ ਬਟ ਸ਼ੀ ਵਾਜ਼ ਨੋਟ ਏਬਲ ਟੂ ਡੂ ਦੈਟ ਤੋ ਦੇਅਰ ਦਾ ਰੋਲ ਆਫ ਦਾ ਰੀਅਲ ਲਾਈਫ ਸਿਚੁਏਸ਼ਨ ਇਜ਼ ਦੇਅਰ ਤੋ ਟੀਚਰਸ ਆਰ ਆਲਵੇਜ਼ ਦਾ ਬੈਸਟ ਥੈਂਕ ਯੂ ਮੈਂ ਮੇਰੀ ਗ੍ਰੈਂਡ ਮਦਰ ਕਾਫੀ ਏਜਡ ਹੈ ਤੇ ਸ਼ੀ ਇਜ਼ ਫੌਂਡ ਆਫ ਓਲਡ ਸੌਂਗਸ ਔਨ ਦਾ ਯੂਟਿਊਬ ਤੇ ਉਹਨਾਂ ਨੇ ਮੈਨੂੰ ਮੈਂ ਵੈਜੀਟੇਰੀਅਨ ਹੈ ਤਾਂ ਮੈਨੂੰ ਕਹਿੰਦੇ ਤੈਨੂੰ ਮੈਂ ਬਿਨਾਂ ਅੰਡਿਆਂ ਦਾ ਆਮਲੇਟ ਖਿਲਾਵਾਂ ਮੈਂ ਕਿਹਾ ਕਿੱਥੋਂ ਕਹਿੰਦਾ ਮੈਂ ਯੂਟਿਊਬ ਤੋਂ ਦੇਖ ਕੇ ਸਿੱਖਿਆ ਸੋ ਥੈਂਕ ਯੂ ਮੈਮ ਫੋਰ ਸ਼ੇਅਰਿੰਗ ਵੰਡਰਫੁਲ ਐਕਸਪੀਰੀਅੰਸ ਆਫ ਯੂ ਰਾਦਰ ਇਟਸ ਐਕਚੁਲੀ ਦੇਖੋ ਨਾ ਕਿਸੇ ਨਾ ਕਿਸੇ ਅਸੀਂ ਪਤਾ ਨਹੀਂ ਆਲ ਇਨ ਵਨ ਅਸੀਂ ਪੇਰੈਂਟਸ ਵੀ ਹਾਂ ਅਸੀਂ ਟੀਚਰਸ ਵੀ ਹਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਘਰ 'ਚ ਕੋਈ ਨਾ ਕੋਈ ਬੱਚਾ ਸਾਇੰਸ 'ਚ ਵੀ ਹੋਏਗਾ ਤਾਂ ਮੈਮ ਦੀ ਗੱਲ ਹੋਪ ਯੂ ਪੰਜਾਬੀ 'ਚ ਕਹਿੰਦੇ ਆਪਣੇ ਲੜ ਵੱਲ ਲੈਣਾ ਆਈ ਰਿਕੁਐਸਟ ਯੂ ਮੈਮ just say some yes ma'am please thank what do you want to hear
What do you want to say, ma'am? Rule number one, whatever you say is correct, sir. No, sir, still. Something you want to hear? Yes, ma'am. What? Some of your good experience, like as a teacher, you would like to share with us. As yet, sir, nothing is coming in my mind, but yes, I'm a very great counselor for my students. They love me like anything. And when I teach physics, I teach it from my heart and I make mental pictures. They create mental pictures. You know, physics is very difficult to understand. You already know. If the teacher is not that communicative. Correct. So I just create mental pictures. They travel through the concept along with me through those topics. Yes, ma'am. Can you tell me? Yes. Yes. That's it. Thank you, ma'am. Thank you for accepting my request. Thank you. I was nodding at that time because I could not digest that, sir. Thank like you. When you were saying about that okay, topic. Okay. Thank you. Know? Thank That's you. Why. Thank you. God bless you. Yes, sir. Like to come. Gala kharab. Sir, ma'am. Thoda bhi gala kharab. And you want to say. Gagan ma'am wants to say something. Gagan ma'am, please come. Nahi tusta aai jao. Harpreet. You too come. Good afternoon. Since you told me to speak something, I just think before starting any topic, we should start from the very basic level, whether a kid knows or not knows. Huh? That is not the scenario, because in the class, last year I took the 9th yellow class, considered as a topper section, and one of the kid asked me the structure of DNA. And some of them were not even knowing the full form of DNA. So what I thought was, I just started from the basic level, theek hai? ਕਲਾਸ ਦੇ ਵਿੱਚ ਬਹੁਤ ਸਾਰੇ ਬੱਚੇ ਅਲੱਗ ਅਲੱਗ ਲੈਵਲ ਦੇ ਬੈਠੇ ਹੁੰਦੇ ਆ ਤਾਂ ਵੀ ਸ਼ੁੱਡ ਨੋਟ ਕੰਸੀਡਰ ਕਿ ਸਿੰਸ ਇਟ ਇਜ਼ ਅ ਟੋਪਰ ਸੈਕਸ਼ਨ ਤਾਂ ਸਾਰਿਆਂ ਨੂੰ ਹੀ ਸਭ ਕੁਛ ਆਉਂਦਾ ਹੋਊਗਾ ਤਾਂ ਵੀ ਸ਼ੁੱਡ ਸਟਾਰਟ ਫਰੋਮ ਬੇਸਿਕ ਲੈਵਲ ਦੈਟਸ ਇਟ ਯੂ ਨੋ ਟੀਚਰਸ ਮੇ ਇੱਕ ਬਹੁਤ ਬੜੀ ਕੁਆਲਿਟੀ ਹੋਣੀ ਚਾਹੀਏ ਪੇਸ਼ੈਂਸ ਕਭੀ ਕਭੀ ਸਮਟਾਈਮਸ ਹਮਾਰੇ ਨੌਲੇਜ ਕੰਟੈਂਟ ਬੱਚੇ ਸੇ ਜ਼ਿਆਦਾ ਹੋਤਾ ਹੈ ਐਂਡ ਵੀ ਟਰਾਈ ਟੂ ਨੋਟ ਡਾਈਜੈਸਟ ਦੈਟ ਔਰ ਸਮਟਾਈਮਸ ਇਟ ਹਰਟਸ ਅਸ ਤੋ ਦੇਅਰ ਯੂ ਹੈਵ ਟੂ ਬੀ ਯੂ ਨੋ ਜਸਟ ਆਪਣੇ ਆਪ ਨੂੰ ਥੋੜ੍ਹਾ ਕੂਲ ਕਰਨਾ ਪੈਂਦਾ ਹੈ ਕੰਪਰੋਮਾਈਜ਼ ਕਰਨਾ ਪੈਂਦਾ ਇਟ ਟੇਕਸ ਟਾਈਮ ਸਮਟਾਈਮਸ ਸਾਰੇ ਇੱਕੋ ਜੈਸੇ ਨਹੀਂ ਹੁੰਦੇ ਹੁਣ ਮੈਂ ਆਪਣੀ ਗੱਲ ਦੱਸਦਾ ਮੈਨੂੰ ਕੈਨੇਟਿਕ ਥਿਊਰੀ ਆਫ ਗੈਸਿਸ ਦੇ ਪੋਸਚੂਲੇਟਸ ਨਹੀਂ ਯਾਦ ਹੁੰਦੇ ਸੀ ਮੈਮ ਕੈਮਿਸਟਰੀ ਦੇ ਤਾਂ ਆਈ ਸੈਡ ਮੋਲੀਕਿਊਲਸ ਆਰ ਸਫੇਰੀਕਲ ਦੇ ਆਰ ਵੈਰੀ ਹਾਰਡ ਟੂ ਕੰਪਰੈਸ ਕੋਈ ਗੱਲ ਨਹੀਂ ਕਟਾਰੀਆ ਸਾਹਿਬ ਦੇ ਆਰ ਵੈਰੀ ਹਾਰਡ ਟੂ ਕੰਪਰੈਸ they move in random direction their collision is instantaneous the distance between the two molecule is called free path their collision is elastic their volume is negligible as compared to the total volume of the gas their impact on the wall causes pressure postulates yaad ho gaye hun sade sar hunde si ke ਮਤਲਬ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਕ੍ਰੀਏਟ ਕਰਨੀ ਪੈਂਦੀਆਂ ਜਿਹੜੀ ਬੱਚਿਆਂ ਨੂੰ ਅਟਰੈਕਟ ਕਰਦੀਆਂ ਔਰ ਸਾਨੂੰ ਉਹੀ ਚੀਜ਼ਾਂ ਨਿਤਿਨ ਸਰ ਦੀ ਤਰਫ ਫੇਮਸ ਕਰਦੀਆਂ ਜਿਵੇਂ ਸਰ ਨੇ ਮੈਨੂੰ ਪੀਜ਼ਾ ਸਿਖਾਤਾ ਕਿਉਂ ਸਰ ਸਰ ਆਪਨੇ ਆਜ ਕੇ ਬਾਅਦ ਔਰ ਵੀ ਮੁਝੇ ਸਿਖਾਤੇ ਰਹਿਣਾ ਰਾਈਟ ਸੋ ਐਨੀ ਟੀਚਰ ਵੁੱਡ ਲਾਈਕ ਟੂ ਸੇ ਸਮਥਿੰਗ ਨੋ ਤੋ ਆਈ ਰੀਅਲੀ ਥੈਂਕ ਯੂ ਆਲ ਥੈਂਕ ਯੂ ਵੈਰੀ ਮੱਚ ਗਗਨ ਨਾਲ ਮੇਰੀ ਗੱਲ ਹੋਈ ਸ਼ੀ ਸੈਡ ਦੈਟ ਆਈ ਐਮ ਐ ਆਈ ਟੀ ਟੀਚਰ ਐਂਡ ਗਗਨ ਬੀਂਗ ਐਨ ਆਈ ਟੀ ਟੀਚਰ ਵਟ ਮੈਸੇਜ ਯੂ ਵੁੱਡ ਲਾਈਕ ਟੂ ਕਨਵੇ ਆਲ ਟੀਚਰਸ ਗੁੱਡ ਆਫਟਰਨੂਨ ਐਵਰੀਵਨ
So being an IT teacher, so I can say that it's an era of a technology. So technology make your students learning easy. You can use a chat GPT. Earlier I worked in EDP. So sir used to say, 5 minutes mein ye kaam karke aa jao. 5 minutes mein ye type karke aa jao. So like typing is one and a different thing. To make a content is one and a different thing. So then at that time I started using GPT. Chat GPT actually it is. So sir said, English badi achhi hai teri. But actually I'm not working behind it. It's working at chat GPT. So like it's in one example, and then like everyday class also you can use a smart board. Every class we have a smart board. So like animated video can be given to the students, for example a YouTube that can make an easy. Sir ne example bhi diya ki ande ke bina omelet nahi ban sakta. Like some videos are good enough also. So we can use a YouTube channel for the students. So that's also. I think the teachers are more aware about the technology than me, because during the corona period all have used the Zoom meeting classes, all have taken the Google form, many more things are there which we can use with the help of technology. Yes, thank you sir. I always request the two teachers in the, every school wherever I go, that you just do one favor to all the teachers. First of all, PTI, I said start aerobic classes in the school with the permission of school, so that everybody should be fit and fine. And IT teachers, I request you to teach basics of computers to everyone, because moreover the children in our family jinke mama ko knowledge nahi hai UPI kya hai, basics Facebook ye reel banana ye etc, so you must spend some extra timings with the permission of your school authority to teach and to upgrade at least ये कैसे ऑपरेट करना है. यू लाइक इट, मेरी बात को फॉलो कर रहे हैं? तो ये इट्स यू शुड बिकम द टीचर्स ऑफ योर टीचर्स वेयर एवर यू नो यू विल रियली गेट अप्रिसिएशन एंड दे विल ऑल एडमायर यू कि गगन बहुत छोटी है हमसे लेकिन उससे सीखा है. एम आई राइट मैम? एक्चुअली आज की डेट में इफ यू आर नॉट अपग्रेडिंग योर सेल्फ देन यू आर आउटडेटेड हार्डवेयर. Agreed? अगर आप अपने आप को अपडेट नहीं करोगे तो आपका हालत वो फोन की हो जाएगी जो नोकिया की हुई है. ओके, नोकिया पायनियर था लेकिन अब किसी के पास नहीं है. ओके, और ये टेक्नोलॉजी इतनी जल्दी चेंज हो रही है, एआई आ रही है, तो एआई बहुत बड़ा चैलेंज है हमारे लिए. तो हमें अपने आप को प्रोपोर्शनल टू दैट अपग्रेड करना होगा. एंड ऑलमोस्ट आई रिक्वेस्ट यू कोऑर्डिनेटर मैम टू वाइंड इट वर्कशॉप एंड कोई प्लीज आई रिक्वेस्ट मैम स्टे हियर नो प्रॉब्लम थैंक यू मैम. मैम इन ओके गुड आफ्टरनून ऑल. आई थिंक फर्स्ट एंड फॉरमोस्ट थिंग आई मस्ट थैंक यू सर for this, your valuable time, and all what you have delivered today will be helping most of us. Really a nice session. Thank you so much. Thank you, ma'am. Thank you, ma'am. Should I say one thing, dear teachers? Main dil se bolta hu, jo main abhi bola. Ji sir. Main dilo bolya jo bolya. ਜੇ ਕਿਸੇ ਨੂੰ ਕੋਈ ਮੇਰੀ ਗੱਲ ਨਾ ਚੰਗੀ ਲੱਗੀ ਹੋਵੇ ਤਾਂ ਉਹਦੇ ਲਈ ਮੈਂ
ਉਸ ਤੋਂ ਮੈਂ ਅਪੋਲੋਜੀ ਲੈਂਦਾ ਬਟ ਇੰਨਾ ਜ਼ਰੂਰ ਕਹਿਣਾ ਕਿ ਤੁਸੀਂ ਸੁਣੋ ਸਭ ਦੀ ਕਰੋ ਆਪਣੇ ਮਨ ਦੀ ਜਦੋਂ ਤੱਕ ਤੁਸੀਂ ਆਪ ਨਹੀਂ ਧਾਰੋਗੇ ਕਿ ਮੈਂ ਇੱਦਾਂ ਕਰਨਾ ਹੈ ਨਾ ਤਾਂ ਮੈਂ ਆਪਣੀ ਗੱਲ ਕਰਨਾ ਕਿ ਮੈਂ ਉਹੀ ਕਰਦਾ ਜਿਸ 'ਤੇ ਮੈਂ ਕਨਵਿੰਸ ਹੋਵਾਂ ਕਿ ਮੈਂ ਸਹੀ ਹਾਂ ਜਿੱਥੇ ਮੈਂ ਕਨਵਿੰਸ ਨਹੀਂ ਹਾਂ ਮੈਂ ਗਲਤ ਹੈ ਮੈਂ ਐਕਸੈਪਟ ਕਰਦਾ ਰਾਈਟ ਮੇਰੇ ਸਰ ਹੈ ਪ੍ਰੋਫੈਸਰ ਸੁਰਿੰਦਰ ਲਾਲ ਉਹਨਾਂ ਦੀ ਕਿਤਾਬਾਂ ਜਦੋਂ ਲਿਖੀਆਂ ਜਾਂਦੀਆਂ ਸੀ ਤਾਂ ਮੈਂ ਵੀ ਬਹਿ ਜਾਂਦਾ ਸੀ ਸਰ ਨਾਲ ਤਾਂ ਮੈਂ ਕਹਿੰਦਾ ਸੀ ਸਰ 6 ਕਿਤਾਬਾਂ ਰੱਖੋ 7ਵੀਂ ਆਪਣੇ ਲਿਖ ਲਓ ਕਹਿੰਦੇ ਨਹੀਂ ਖੁਦ ਦੀ ਲੈਂਗੁਏਜ ਖੁਦ ਦਾ ਕੋਨਸੈਪਟ ਹਾਂ ਸਰ ਦਾ ਇੱਕ ਬਹੁਤ ਵੱਡਾ ਖਾਸੀਅਤ ਹੈ ਕਿ ਉਹਨਾਂ ਨੇ ਆਪਣੀ ਸਾਰੀਆਂ ਸਟੂਡੈਂਟਸ ਦੇ ਨਾਲ ਕੰਸਲਟ ਕਰਕੇ ਕਿਤਾਬਾਂ ਲਿਖੀਆਂ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੇਰਾ ਨਾਂ ਉਸ ਬੁੱਕ ਦੇ ਵਿੱਚ ਪ੍ਰੀਫੇਸ 'ਚ ਲਿਖਿਆ ਜਾਂਦਾ ਤਾਂ ਮੈਨੂੰ ਸਰ ਤੋਂ ਇੰਨਾ ਪਿਆਰ ਮਿਲਿਆ ਮੇਰੇ ਟੀਚਰਸ ਨੇ ਮੈਨੂੰ ਬਹੁਤ ਪਿਆਰ ਦਿੱਤਾ ਤਾਂ ਅੱਜ ਦੀ ਡੇਟ 'ਚ ਮੈਂ ਆਪਣੇ ਮਾਤਾ ਪਿਤਾ ਜੋ ਕਿ ਇਸ ਦੁਨੀਆ 'ਚ ਨਹੀਂ ਮੈਂ ਆਪਣੇ ਵਿਦਿਆਰਥੀ ਆਪਣੇ ਅਧਿਆਪਕ ਸਭ ਤੋਂ ਜ਼ਿਆਦਾ ਵਰਕਸ਼ਾਪ ਦੇ ਅੰਦਰ ਮੇਰਾ ਇੱਕ ਪਰਿਵਾਰ ਜੁੜਦਾ ਜਾ ਰਿਹਾ ਉਹ ਪਰਿਵਾਰ ਨੂੰ ਮੈਂ ਹੋਰ ਜੋੜਨਾ ਚਾਹੂੰਗਾ ਬਸ ਮੇਰਾ ਇੱਕੋ ਹੀ ਕੁਐਸਚਨ ਹੈ ਵਟ ਇਜ਼ ਦੀ ਸੋਸ਼ਲ ਸਿਕਿਉਰਿਟੀ ਆਫ ਏ ਪ੍ਰਾਈਵੇਟ ਟੀਚਰ ਨਹੀਂ ਹੈ ਨਾ ਇਸ ਕਰਕੇ ਸਾਨੂੰ ਬਹੁਤ ਮਿਹਨਤ ਕਰਨੀ ਹੋਏਗੀ ਔਰ ਬਹੁਤ ਹੀ ਆਪਣੇ ਫਿਊਚਰ ਨੂੰ ਸਿਕਿਓਰ ਕਰਕੇ ਚੱਲਣਾ ਪਏਗਾ ਔਰ ਸਾਡੀ ਸੋਸ਼ਲ ਸਿਕਿਉਰਿਟੀ ਨਹੀਂ ਹੈ ਅਸੀਂ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਬ੍ਰਾਂਡ ਬਣਾਉਣਾ ਹੈ ਆਪਣੀ ਵੈਲਿਊ ਬਣਾਉਣੀ ਹੈ ਅਸੀਂ ਜੇ 2 ਦਿਨ ਬੈੱਡ 'ਤੇ ਪੈ ਜਾਈਏ ਤਾਂ ਸਾਨੂੰ ਟੈਨਸ਼ਨ ਹੋ ਜਾਂਦੀ ਹੈ ਚੰਗਾ ਸਕੂਲ ਤਾਂ ਚਲੋ ਕੋਪਰੇਟ ਕਰਦਾ ਹੈ ਕਈ ਕਹਿ ਦਿੰਦੇ ਜੀ ਕੱਲ੍ਹ ਤੋਂ ਨਹੀਂ ਆਉਣਾ ਇਸ ਕਰਕੇ ਮੇਰੇ ਟੀਚਰਸ ਆਪਣਾ ਬੈਸਟ ਦਿਓ ਮੈਨੇਜਮੈਂਟ ਨੂੰ ਪਰੂਵ ਆਪਾਂ ਕਰ ਹੀ ਰਹੇ ਹਾਂ ਆਲਰੇਡੀ ਇੰਨੇ ਵਧੀਆ ਰਿਜ਼ਲਟਸ ਨੇ ਜਦੋਂ ਮੈਂ ਇੱਥੇ ਐਂਟਰ ਕੀਤਾ ਗਲੈਕਸੀ ਆਫ ਸਲੈਕਸ਼ਨਸ ਅ ਬਿਗ ਰਾਊਂਡ ਆਫ ਅਪਲੌਸ ਫੋਰ ਦਸ਼ਮੇਸ਼ ਸਕੂਲ ਪਰਫੋਰਮੈਂਸ ਸੋ ਥੈਂਕ ਯੂ ਆਲ ਥੈਂਕ ਯੂ ਵੈਰੀ ਮੱਚ ਫੋਰ ਸੱਚ ਅ ਵੰਡਰਫੁਲ ਕੋਆਪਰੇਸ਼ਨ ਐਂਡ ਦੇਰ ਇਜ਼ ਸਮ